ਚਰਚਾ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਕੁਛ ਬੰਗਲਾਦੇਸ਼ ਦੇ ਵਿੱਚ ਹੋ ਰਿਹਾ, ਜਿਸ ਕਿਸਮ ਦੀ ਉੱਥੇ ਹਿੰਸਾ ਹੋ ਰਹੀ ਹੈ, ਤੇ ਖਾਸ ਤੌਰ ਤੇ ਹੁਣ ਹਿੰਦੂਆਂ ਦੇ ਘਰਾਂ ਤੇ ਦੁਕਾਨਾਂ ਤੇ ਹਮਲੇ ਹੋ ਰਹੇ ਨੇ, ਮੰਦਰਾਂ ਤੇ ਹਮਲੇ ਹੋ ਰਹੇ ਨੇ। ਇਹਦੇ ਨਾਲ ਜ਼ਿਆਦਾ ਕੰਸਰਨ ਹੈ ਸਾਡੇ ਦੇਸ਼ ਦਾ, ਕਿ ਜਿਸ ਤਰੀਕੇ ਨਾਲ ਉੱਥੇ ਵੱਡੀ ਗਿਣਤੀ 'ਚ 6% ਲੋਕ ਹਿੰਦੂ ਜਿਹੜੇ ਨੇ, ਕਰੋੜ ਦੇ ਕਰੀਬ ਜਿਹੜੇ ਵੱਸਦੇ ਨੇ, ਉਹ ਸੱਚਮੁੱਚੀ ਕਾਫੀ ਡਰੇ ਹੋਏ ਨੇ, ਸਹਿਮੇ ਹੋਏ ਨੇ, ਉਹਨਾਂ ਤੇ ਹਮਲੇ ਹੋ ਰਹੇ ਨੇ। ਪਰ ਦਰਸ਼ਕੋ, ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ, ਇਹਦੇ 2-3 ਹਿੱਸੇ ਹੋਣਗੇ। ਇੱਕ ਤਾਂ ਜੋ ਕੁਛ ਉੱਥੇ ਹੋਇਆ ਤੁਹਾਨੂੰ ਪਤਾ ਹੀ ਹੋਗਾ, ਤਖਤਾ ਪਲਟ ਹੋ ਗਿਆ। ਸਿੱਖ ਹਸੀਨਾ ਜਿਹੜੀ ਹੈ, ਉਹ ਹੁਣ ਹਿੰਦੁਸਤਾਨ ਦੇ ਜਿਹੜਾ ਗਾਜ਼ੀਆਬਾਦ ਦਾ ਹਿਡਨ ਏਅਰਬੇਸ ਆ, ਹਾਲੇ ਉੱਥੇ ਬੈਠੀ ਹੈ। ਕਿਸੇ ਵੀ ਦੇਸ਼ ਨੇ ਅਜੇ ਸਿੱਖ ਹਸੀਨਾ ਨੂੰ ਸ਼ਰਨ ਨਹੀਂ ਦਿੱਤੀ। ਉਹਦੇ ਵੀ ਕਈ ਕਾਰਨ ਨੇ। ਅੱਜ ਕੱਲ੍ਹ ਜਿਵੇਂ ਇੰਗਲੈਂਡ ਦੇ ਵਿੱਚ ਚੱਲ ਰਿਹਾ, ਉੱਥੇ ਵੀ ਇੱਕ ਕਿਸਮ ਦੀ ਜਾਤੀ ਹਿੰਸਾ ਹੈ, ਤਾਂ ਉਹ ਉੱਥੇ ਵੀ ਉਹਨੂੰ ਹਾਲੇ ਤੱਕ ਨਹੀਂ ਹਰੀ ਝੰਡੀ ਮਿਲੀ, ਤੇ ਪਤਾ ਇਹ ਲੱਗਿਆ ਕਿ ਹੱਥ ਦੀ ਘੜੀ ਉਹ ਹਿੰਦੁਸਤਾਨ 'ਚ ਹੀ ਰਹਿਣਗੇ, ਜਦੋਂ ਕਿਤੇ ਹੋਰ ਨਹੀਂ ਮਿਲਦੀ ਸਰ। ਲੇਕਿਨ ਇਹ ਸਾਰਾ ਹੋਇਆ ਕਿਵੇਂ? ਇਹ 2 ਮਹੀਨੇ ਤੋਂ ਅਸਲ ਸ਼ੁਰੂ ਹੋਇਆ, ਜਦੋਂ ਰੈਜ਼ਰਵੇਸ਼ਨ ਵਿਰੋਧੀ ਸਟੂਡੈਂਟਸ ਨੇ ਇੱਕ ਐਜੀਟੇਸ਼ਨ ਸ਼ੁਰੂ ਕੀਤੀ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਹ ਸਾਰੀ ਗੱਲਬਾਤ ਹੋਈ ਹੈ। 56% ਰੈਜ਼ਰਵੇਸ਼ਨ ਦਾ ਵਿਰੋਧ ਸੀ ਅਸਲ ਦੇ ਵਿੱਚ, ਇਹ ਸਾਰੀ ਗੱਲ ਜਦੋਂ ਹੋਈ, ਤੇ 200 ਲੋਕ ਇਹਦੇ 'ਚ ਮਾਰੇ ਗਏ ਸੀ। ਹਾਲਾਂਕਿ ਵਾਪਸ ਲੈ ਲਿਆ ਸੀ, ਸੁਪਰੀਮ ਕੋਰਟ ਦਾ ਹੁਕਮ ਆ ਗਿਆ ਸੀ। ਲੇਕਿਨ ਜਿਸ ਤਰੀਕੇ ਦੇ ਨਾਲ ਸ਼ੇਖ ਹਸੀਨਾ ਨੇ ਕਹਿੰਦੇ ਨੇ ਕਿ ਜਿਹੜੇ ਐਜੀਟੇਟਰਸ ਨੇ ਉਹਨੂੰ ਇਰੀਟੇਟ ਕੀਤਾ, ਇਹ ਕਹਿ ਕੇ ਇਹ ਤਾਂ ਇਹ ਸਟੂਡੈਂਟਸ ਹੀ ਨਹੀਂ ਹੈਗੇ, ਇਹ ਕੋਈ ਹੋਰ ਹੀ ਫੋਰਸਿਸ ਕੰਮ ਕਰਦੀਆਂ ਨੇ, ਇਸ ਕਰਕੇ ਉਹ ਜਿਹੜਾ ਹੈ ਉਹਨਾਂ ਨੇ ਸ਼ੇਖ ਹਸੀਨਾ ਨੂੰ ਹਟਾਉਣ ਦੇ ਲਈ ਐਜੀਟੇਸ਼ਨ ਸ਼ੁਰੂ ਕਰ ਲਈ। ਨਾਮ ਮਿਲਵਰਤਨ ਲਹਿਰ ਦੀ ਗੱਲ ਉੱਥੇ ਚੱਲ ਪਈ ਸੀ। ਇਸ ਸਾਰੇ ਹਾਲਾਤ ਦੇ ਵਿੱਚ 200-300 ਬੰਦਿਆਂ ਦੇ ਮਰਨ ਦੀ ਖਬਰ ਹੁਣ ਤੱਕ ਹੈ। ਜਦੋਂ ਆਹ ਦੂਜਾ ਐਜੀਟੇਸ਼ਨ ਸ਼ੁਰੂ ਹੋਇਆ, ਪਹਿਲੇ ਦਿਨ ਹੀ 15 ਪੁਲਿਸ ਵਾਲੇ ਫੁੱਟ ਕੇ ਮਾਰਦੇ ਸੀ। ਤੋ ਇਸ ਤਰ੍ਹਾਂ ਹੁਣ ਤਾਂ ਜਿੱਥੇ ਇੰਨੀ ਹਿੰਸਾ ਚੱਲ ਰਹੀ ਹੈ ਕਿ ਉੱਥੇ ਕੁਛ ਲੁੱਟਿਆ ਜਾ ਰਿਹਾ, ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਲੋਕ ਵੜ ਗਏ ਨੇ। ਜਦੋਂ ਤਖਤਾ ਪਲਟ ਹੋਇਆ, ਜਦੋਂ ਇਹ ਮਿਲਟਰੀ ਨੇ ਕਿਹਾ ਵੀ ਤੁਸੀਂ ਬਾਹਰ ਜਾਓ, ਸ਼ੇਖ ਹਸੀਨਾ ਆ ਗਈ, ਕਹਿੰਦੇ 45 ਮਿੰਟ ਦਿੱਤੇ ਸੀ, 45 ਮਿੰਟ ਦੇ ਵਿੱਚ ਸ਼ੇਖ ਹਸੀਨਾ ਜਿਹੜੀ ਹੈ ਉਹਨਾਂ ਨੇ ਭਾਰਤ ਜਾ ਕੇ ਸ਼ਰਨ ਲੈ ਲਈ। ਤੇ ਉਦੋਂ ਬਾਅਦ ਢਾਕੇ ਦੀਆਂ ਗਲੀਆਂ ਦੇ ਵਿੱਚ, ਢਾਕੇ ਦੀ ਸੜਕ ਤੇ ਕਹਿੰਦੇ 4 ਲੱਖ ਲੋਕ ਦੇਖੇ ਗਏ, ਤੇ ਹੱਥ 'ਚ ਡਾਂਗਾਂ ਨੇ, ਜਿਹਨੂੰ ਜੋ ਮਿਲਿਆ ਲੁੱਟ ਰਿਹਾ। ਔਰ ਹੁਣ ਤਾਂ ਇੱਕ ਖਬਰ ਇਹ ਵੀ ਆਈ ਹੈ, ਅਵਾਮੀ ਲੀਗ ਦੇ ਮੰਤਰੀ ਦਾ ਘਰ ਤਾਂ ਸਾੜਨਾ ਸੀ, ਇੱਕ ਬੰਦੇ ਨੂੰ ਅਵਾਮੀ ਲੀਗ ਦੇ ਲੀਡਰ ਨੂੰ ਜਿਉਂਦੇ ਹੀ ਸਾੜਤਾ। ਇਹ ਕੀ ਸਟੂਡੈਂਟਸ ਹੀ ਕਰ ਰਹੇ ਨੇ? ਇਹ ਵੀ ਇੱਕ ਸਵਾਲ ਉੱਠ ਕੜਿਆ ਕਿ ਕੋਈ ਹੋਰ ISI ਕਰ ਰਹੀ ਹੈ, ਜਮਾਤੇ ਇਸਲਾਮੀ ਦਾ ਨਾਮ ਆ ਰਿਹਾ, ਇਹੋ ਜਿਹਾ ਕੁਛ ਵੀ ਉੱਥੇ ਚੱਲ ਰਿਹਾ ਹੈ। ਵੈਸੇ ਇਹਨੂੰ ਸਮਝਣ ਲਈ ਜੇ ਆਪਾਂ ਦੇਖੀਏ, 1971 ਤੋਂ ਆਪਾਂ ਜੇ ਗੱਲ ਸ਼ੁਰੂ ਕਰੀਏ, ਤੇ ਜਦੋਂ ਪਾਕਿਸਤਾਨ ਹਾਲੇ ਬਣਿਆ ਨਹੀਂ ਸੀ, ਪੂਰਬੀ ਪਾਕਿਸਤਾਨ ਹੁੰਦਾ ਸੀ, ਬੰਗਲਾਦੇਸ਼ ਨਹੀਂ ਬਣਿਆ ਸੀ, ਉਸ ਵੇਲੇ ਸ਼ੇਖ ਮੁਜੀਬੁਰ ਰਹਿਮਾਨ ਜਿਹੜਾ ਕਿ ਇਹਨਾਂ ਦਾ ਪਿਤਾ ਸੀ, ਉਹਦੀ ਅਗਵਾਈ ਦੇ ਵਿੱਚ ਜਿਹੜੀ ਲੜਾਈ ਲੜੀ ਗਈ, ਤੇ ਉਸ ਤੋਂ ਬਾਅਦ ਉਹਨਾਂ ਦੀ ਸਰਕਾਰ ਬਣੀ, ਪਰ ਉਹ ਜ਼ਿਆਦਾ ਚਿਰ ਨਹੀਂ ਚੱਲੀ ਸੀ। 75 ਦੇ ਵਿੱਚ ਕੂਪ ਹੋ ਗਿਆ, ਮਿਲਟਰੀ ਕੂਪ ਹੋ ਗਿਆ, ਉਹਦੇ
ਪਰਿਵਾਰ ਲਗਭਗ ਸਾਰਾ ਮਾਰਿਆ ਗਿਆ, ਤਿੰਨ ਮੁੰਡੇ ਮਾਰੇ ਗਏ, ਸਾਰਾ ਪਰਿਵਾਰ, ਇਹ ਦੋ ਭੈਣਾਂ ਬੱਚੀਆਂ ਸੀ ਕਿਉਂਕਿ ਉਹ ਵਿਦੇਸ਼ ਦੇ ਵਿੱਚ ਸੀ। ਤੋਂ ਇਹ ਸ਼ੇਖ ਹਸੀਨਾ ਜਦੋਂ ਵਾਪਸ ਜਾਂਦੀ ਹੈ, ਇਹ 86 ਚ ਵਾਪਸ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਅਵਾਮੀ ਲੀਗ ਦੀ ਲੀਡਰ ਬਣਦੀ ਹੈ ਔਰ ਪਹਿਲੀ ਵਾਰ ਇਹ 23 ਜੂਨ 1996 ਚ ਪ੍ਰਧਾਨ ਮੰਤਰੀ ਬਣਦੀ ਹੈ। ਫਿਰ 2001 ਤੋਂ ਲੈ ਕੇ 2009 ਤੱਕ ਵਿਰੋਧੀ ਧਿਰ ਦੇ ਨੇਤਾ ਬਣਦੀ ਹੈ। ਫਿਰ 6 ਜਨਵਰੀ 2009 ਦੇ ਵਿੱਚ ਦੂਸਰੀ ਵਾਰ ਪ੍ਰਧਾਨ ਮੰਤਰੀ, 14 ਚ ਤੀਸਰੀ ਵਾਰ, 19 ਚ ਚੌਥੀ ਵਾਰ, ਹੁਣ 5ਵੀਂ ਵਾਰ ਪ੍ਰਧਾਨ ਮੰਤਰੀ ਬਣੀ। ਲੇਕਿਨ ਇਹ ਹੌਲੀ ਹੌਲੀ ਇਹਦੇ ਚ ਬੜੀ ਚੇਂਜ ਆਈ, ਇਹਨੇ ਬੜੀ ਸਖਤੀ ਦਿਖਾਈ। ਇਹਨੂੰ ਤਾਨਾਸ਼ਾਹ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਲੋਕ ਜਾਣਦੇ ਸੀ। ਲੋਕਾਂ ਦੀਆਂ ਭਾਵਨਾਵਾਂ ਦੀ ਬਜਾਏ ਹੌਲੀ ਹੌਲੀ ਇੰਨੀ ਜਕੜ ਮਜ਼ਬੂਤ ਕਰ ਲਈ ਸੰਸਥਾਵਾਂ ਤੇ ਮੀਡੀਆ ਤੇ, ਮਤਲਬ ਇੱਕ ਕਿਸਮ ਦੀ ਡਿਕਟੇਟਰਸ਼ਿਪ ਵਾਲੀ ਜਿਹੜੀ ਗੱਲ, ਉਹ ਵੀ ਇਹਦੇ ਚ ਦੇਖਣ ਨੂੰ ਮਿਲੀ। ਤੇ ਹੁਣ ਜਦੋਂ ਇਹ ਰੈਜ਼ਰਵੇਸ਼ਨ ਦਾ ਚੱਲਿਆ ਦੌਰ, ਜਿਹੜਾ ਐਜੀਟੇਸ਼ਨ, ਉਦੋਂ ਬਾਅਦ ਤੁਸੀਂ ਦੇਖਿਆ ਕਿ ਇਹ ਇਹਨੂੰ ਬਾਹਰ ਆਉਣਾ ਪਿਆ। ਯਾਨੀ ਇਹ ਐਜੀਟੇਸ਼ਨ ਮਿਲਟਰੀ ਐਜੀਟੇਸ਼ਨ ਜਾਂ ਕੂਪ ਨਹੀਂ ਸੀ, ਇਹ ਜਿਹੜੇ ਵਿਦਿਆਰਥੀਆਂ ਨੇ, ਸ਼ੁਰੂਆਤ ਤਾਂ ਵਿਦਿਆਰਥੀਆਂ ਨੇ ਕੀਤੀ, ਪਿੱਛੋਂ ਪੋਲੀਟੀਕਲ ਪਾਰਟੀ ਜਾਂ ਹੋਰ ਜਿਹੜੇ ਲੋਕ ਨੇ ਉਹਦੇ ਚ ਸ਼ਾਮਿਲ, ਅਕਸਰ ਇਸ ਤਰ੍ਹਾਂ ਹੀ ਹੁੰਦਾ ਜਿਹੜਾ ਹੈ, ਹੋ ਗਏ ਸੀ। ਹੁਣ ਜਿਹੜੇ ਹਾਲਾਤ ਬਣੇ ਨੇ ਉਹਦੇ ਚ ਨੈਸ਼ਨਲਿਸਟ ਪਾਰਟੀ ਹੈ ਜਿਹਦੀ ਖਾਲਦ ਜੀ ਆ, ਉਹ ਬਾਹਰ ਆ ਰਹੀ ਹੈ, ਉਹਨੂੰ ਕਹਿੰਦੇ ਕਿ ਰਿਹਾਇਸ਼ ਦੇ ਉਹਦੇ ਹੁਕਮ ਹੋ ਗਏ ਸੀ ਤੇ ਹੁਣ ਅੰਤਰਿਮ ਸਰਕਾਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਕਦੋਂ ਬਣਦੀ ਹੈ, 1-2 ਦਿਨਾਂ ਦੇ ਵਿੱਚ, ਇਹ ਸਾਰੀ ਗੱਲਬਾਤ ਜਿਹੜੀ ਚੱਲ ਰਹੀ ਹੈ। ਇਸ ਸਾਰੇ ਹਾਲਾਤ 'ਚ ਹਿੰਸਾ ਫੈਲੀ ਹੋਈ ਹੈ, ਜਿਹੜੀ ਸ਼ੇਖ ਹਸੀਨਾ ਹਿੰਦੁਸਤਾਨ 'ਚ ਬੈਠੀ ਹੈ ਤੇ ਅੰਤਰਿਮ ਸਰਕਾਰ ਜਿਹੜੀ ਹੈ ਬਣ ਰਹੀ ਹੈ, ਕਰਫਿਊ ਲੱਗਿਆ ਹੋਇਆ ਹੈ। ਇਸ ਹਾਲਾਤ 'ਚ ਅਸੀਂ ਇੱਥੇ ਚਰਚਾ ਕਰਨੀ ਹੈ ਕਿ ਕਿੰਨਾ ਕੁ ਅਸੀਂ ਸਾਵਧਾਨ ਹਾਂ ਤੇ ਕੀ ਸਾਡੇ ਹਿੰਦੁਸਤਾਨ 'ਤੇ ਅਸਰ ਪਊ, ਹਿੰਦੂ ਜਿਹੜੇ ਟਾਰਗੇਟ ਹੋ ਰਹੇ ਨੇ ਉਹਨਾਂ 'ਤੇ ਕੀ ਅਸਰ ਪਊ। ਜਿਹੜੀ 4000 ਕਿਲੋਮੀਟਰ ਲੰਬੀ ਸਰਹੱਦ ਹੈ ਬੰਗਾਲ, ਤ੍ਰਿਪੁਰਾ, ਆਸਾਮ, ਇਹ ਸਰਹੱਦ 'ਤੇ ਕਿਵੇਂ ਨਿਗਾਹ ਰੱਖੀ ਜਾਊ। ਹਾਲਾਂਕਿ ਕਿਹਾ ਕਿ BSF ਬੜੀ ਬਸਤੈਦੀ ਨਾਲ ਉੱਥੇ ਕਰ ਰਹੀ ਹੈ ਕਿ ਲੋਕ ਇੱਧਰ ਨੂੰ ਨਾ ਆਉਣ। ਇਸ ਸਾਰੀ ਗੱਲਬਾਤ 'ਤੇ ਆਪਾਂ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਜਿਹੜੇ ਮਹਿਮਾਨ ਜੁੜੇ ਨੇ ਉਹਨਾਂ ਦੇ ਵਿੱਚ ਸਾਡੇ ਨਾਲ ਸ਼ਾਮਿਲ ਨੇ ਭਾਰਤੀ ਜਨਤਾ ਪਾਰਟੀ ਤੋਂ ਚੇਤਨ ਮੋਹਨ ਜੋਸ਼ੀ ਸਾਹਿਬ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਤੇ ਕਾਂਗਰਸ ਪਾਰਟੀ ਵੱਲੋਂ ਸਾਡੇ ਨਾਲ ਜਸਪ੍ਰੀਤ ਸਿੰਘ ਨਰਵਾਲ ਸਾਹਿਬ ਨੇ, ਔਰ ਦੋ ਸਾਡੇ ਕੋਲ ਜਿਹੜੇ ਨਿਰਪੱਖ ਟਿੱਪਣੀਕਾਰ ਨੇ, ਡਾਕਟਰ ਕੇਰ ਸਿੰਘ, ਸਿਆਸੀ ਮਾਹਰ ਸਾਡੇ ਪੰਜਾਬ ਦੇ ਵੱਡੇ ਮਾਹਰ, ਤੇ ਨਾਲ ਡਾਕਟਰ ਰਜਿੰਦਰਪਾਲ ਸਿੰਘ ਬਰਾੜ, ਜਿਹੜੇ ਚਿੰਤਕ ਨੇ, ਲੇਖਕ ਨੇ, ਰੋਚਕ ਨੇ, ਪੰਜਾਬੀ ਯੂਨੀਵਰਸਿਟੀ ਤੋਂ ਡੀਨ ਦੇ ਤੌਰ ਤੇ ਰਿਟਾਇਰ ਹੋਏ ਨੇ। ਤੁਹਾਡੇ ਸਭ ਦਾ ਬਹੁਤ ਬਹੁਤ ਸਵਾਗਤ। ਡਾਕਟਰ ਕੇਰ ਸਿੰਘ ਜੀ, ਤੁਹਾਡੀ ਟਿੱਪਣੀ ਨਾਲ ਗੱਲ ਸ਼ੁਰੂ ਕਰਦੇ ਹਾਂ ਕਿ ਹਾਲਾਤ ਕਿਵੇਂ ਬਣੇ ਨੇ, ਤੇ ਅਸੀਂ ਜ਼ਿਆਦਾ ਜਿਹੜਾ ਸਾਡਾ ਦਿਲਚਸਪੀ ਹੈ ਕਿ ਦੇਸ਼ ਦੇ ਵਿੱਚ ਜਾਂ ਜਿਸ ਤਰ੍ਹਾਂ ਦੀ ਇਹਦੀ ਆਪਣੀ ਅਖੀਰਲੇ ਕੁਛ ਟਰਮ ਦੇ ਵਿੱਚ, ਜਿਵੇਂ ਇਸ ਵਾਰ ਜਿੱਤੀ ਸ਼ੇਖ ਹਸੀਨਾ, ਜਿਸ ਤਰ੍ਹਾਂ ਇਹ ਲੱਗਿਆ ਕਿ ਹੇਰਾਫੇਰੀ ਹੋਈ ਚੋਣ ਦੇ ਵਿੱਚ, ਕੱਲਾ ਇਹ ਰੈਜ਼ਰਵੇਸ਼ਨ ਤਾਂ ਬਹਾਨਾ ਹੈ, ਬਹੁਤ ਲੋਕਾਂ ਦੇ ਵਿੱਚ ਬੇਚੈਨੀ ਸੀ ਉਹ ਸਾਹਮਣੇ ਆਈ, ਇਹ ਸਾਰੀਆਂ ਗੱਲਾਂ ਕਿਸ ਤਰ੍ਹਾਂ ਦੇ ਇਸ਼ਾਰੇ ਕਰਦੀਆਂ ਨੇ, ਭਾਰਤ ਦੇ ਅਸਰ ਨੂੰ ਦੇਖਣ ਦੀ ਆਪਾਂ ਕੋਸ਼ਿਸ਼ ਕਰੀਏ। ਡਾਕਟਰ ਕੇਰ ਸਿੰਘ ਜੀ, ਵਾਲੀਆ ਸਾਹਿਬ, ਇਹ ਮਸਲਾ ਭਾਰਤ ਵਾਸਤੇ ਬਹੁਤ ਹੀ ਮਹੱਤਵਪੂਰਨ ਹੈ। ਤੁਸੀਂ ਆਪਣੀ ਭੂਮਿਕਾ 'ਚ ਬਿਲਕੁਲ ਠੀਕ ਢੰਗ ਨਾਲ ਵਿਆਖਿਆ ਕਰ ਦਿੱਤੀ ਹੈ ਇਹਦਾ ਪਿਛੋਕੜ ਕੀ ਸੀਗਾ।
ਔਰ ਉੱਥੋਂ ਦੀ ਜਿਹੜੀ ਸਥਾਨਕ ਰਾਜਨੀਤੀ ਸੀ ਬੰਗਲਾਦੇਸ਼ ਦੀ, ਜਿਸ ਢੰਗ ਨਾਲ ਸ਼ੇਖ ਹਸੀਨਾ ਨੇ ਆਪਣੀ ਰਾਜਨੀਤੀ ਚਲਾਈ ਜਾਂ ਸ਼ਾਸਨ ਚਲਾਇਆ, ਉਹ ਕੋਈ ਹਰਮਨ ਪਿਆਰੇ ਨਹੀਂ ਸੀ। ਲੰਬਾ ਸਮਾਂ ਉਹ ਪ੍ਰਾਈਮ ਮਿਨਿਸਟਰ ਉੱਥੇ ਰਹੇ ਔਰ ਉਹਨਾਂ ਦੇ ਵਿਰੋਧੀ ਭਾਵਨਾਵਾਂ ਜਿਹੜੀਆਂ ਉਹ ਬਹੁਤ ਮਜ਼ਬੂਤ ਸੀ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਕਿ ਪਿਛਲੀ ਇਲੈਕਸ਼ਨ ਜਿਹੜੀ ਹੋਈ ਆ ਉਹਦੇ ਵਿੱਚ ਨਿਰਪੱਖਤਾ ਅਤੇ ਕਿੰਤੂ ਪ੍ਰੰਤੂ ਵੀ ਲੱਗੇ ਸੀਗੇ, ਅਤੇ ਉਹ ਉਹਨਾਂ ਦਾ ਸਟਾਈਲ ਆਫ ਫੰਕਸ਼ਨਿੰਗ ਜਿਹੜਾ ਡਿਕਟੇਟੋਰੀਅਲ ਸੀ ਅਤੇ ਕਾਫੀ ਲੋਕ ਉਹਨਾਂ ਦੇ ਨਾਲ ਨਾਰਾਜ਼ ਸੀਗੇ। ਕਿਹਾ ਇਹ ਜਾਏ ਕਿ ਅੰਦਰੂਨੀ ਹਾਲਾਤ ਉੱਥੇ ਇਹੋ ਜਿਹੇ ਸੀ, ਵਿਸਫੋਟਕ ਸੀ, ਅਤੇ ਸਿਰਫ ਚਿੰਗਾਰੀ ਦੀ ਲੋੜ ਸੀ। ਉਹ ਕੋਈ ਨਾ ਕੋਈ ਫੌਰੀ ਮੁੱਦਾ ਖੜਾ ਹੋ ਗਿਆ, ਜਿਹਨੂੰ ਆਪਾਂ ਰੈਜ਼ਰਵੇਸ਼ਨ ਦਾ ਕਹਿੰਦੇ ਹੈਗੇ ਹਾਂ, ਉਹ ਮੁੱਦਾ ਖੜਾ ਹੋ ਗਿਆ। ਪਰ ਤਾਕਤਾਂ ਪਹਿਲਾਂ ਹੀ ਉਹਨਾਂ ਦੇ ਖਿਲਾਫ, ਬਹੁਤ ਜਥੇਬੰਦ ਤਾਕਤਾਂ ਜਿਹੜੀਆਂ ਹੈ ਉਹ ਉਹਨਾਂ ਦੇ ਖਿਲਾਫ ਬਹੁਤ ਤਿਆਰ ਸੀਗੀਆਂ ਕਿ ਇਹਨਾਂ ਨੂੰ ਡਿਸਲੋਜ ਕਰਨਾ, ਇਹਨਾਂ ਦੇ ਖਿਲਾਫ ਕਰਨਾ। ਔਰ ਉੱਥੋਂ ਦੀ ਜਿਹੜੀ ਆਫਟਰ ਆਲ ਅਲਟੀਮੇਟਲੀ ਪੁਲਿਸ ਔਰ ਫੌਜ ਜਿਹੜੀ ਹੈਗੀ ਹੈ ਉਹਨਾਂ ਦੇ ਵਿੱਚ ਵੀ ਬਦਅਮਨੀ ਆ ਗਈ ਸੀ। ਉਹ ਵੀ ਕੋਈ ਬਹੁਤੇ ਖੁਸ਼ ਨਹੀਂ ਸੀ ਇਹਨਾਂ ਦੀ ਰਾਜਨੀਤੀ ਤੋਂ। ਇਸੇ ਕਰਕੇ ਹੋਇਆ ਕਿ ਉਹ ਕੰਟਰੋਲ ਨਹੀਂ ਕਰ ਸਕੇ। ਇਹ ਤਾਂ ਉਹਨਾਂ ਦੀ ਅੰਦਰੂਨੀ ਮਸਲਾ ਹੈ, ਜਿਹੜਾ ਤੁਸੀਂ ਦੱਸਿਆ ਉਹ ਠੀਕ ਹੈ, ਇੱਕ ਪੱਖ ਹੋ ਗਿਆ। ਹਿੰਦੁਸਤਾਨ ਵਾਸਤੇ ਵਾਲੀਆ ਸਾਹਿਬ ਬਹੁਤ ਹੀ ਮਹੱਤਵਪੂਰਨ ਹੈ, ਉੱਥੋਂ ਦੀਆਂ ਡਿਵੈਲਪਮੈਂਟਸ। ਉਹ ਦੋ ਤਿੰਨ ਕਾਰਨਾਂ ਕਰਕੇ, ਇੱਕ ਤਾਂ ਹੈ ਕਿ ਜੀਓਗ੍ਰਾਫਿਕਲ ਲੋਕੇਸ਼ਨ ਜਿਹੜੀ ਹੈ ਨਾ, ਇਹ ਭੂਗੋਲਿਕ ਸਥਿਤੀ ਇਸ ਦੇਸ਼ ਦੀ ਉਹ ਬੜੀ ਮਹੱਤਵਪੂਰਨ ਹੈ ਹਿੰਦੁਸਤਾਨ ਵਾਸਤੇ। ਕਿ ਤੁਹਾਨੂੰ ਪਤਾ ਕਿ ਇਹ ਸਾਰੇ ਇਹਦੇ ਚਾਰੇ ਪਾਸੇ ਤਾਂ ਇੰਡੀਆ ਹੀ ਹੈ ਨਾ ਜੀ। ਇੱਧਰੋਂ ਆਪਾਂ ਕਹਿ ਦਈਏ ਕਿ ਬਿਆ ਬੰਗਾਲ ਆ ਗਿਆ ਥੱਲੇ, ਅਤੇ ਇੱਧਰੋਂ ਨਾਲ ਉੱਧਰੋਂ ਚਲੋ ਮਿਆਂਮਾਰ ਆ ਗਿਆ ਈਸਟ ਵਾਲੇ ਪਾਸੇ, ਅਤੇ ਬਾਕੀ ਸਾਰਾ ਹੀ ਨਾਰਥ ਦਾ ਹਿੱਸਾ ਅਤੇ ਇੱਧਰੋਂ ਵੈਸਟ ਦਾ ਜਿਹੜਾ ਹੈ ਉਹ ਹਿੰਦੁਸਤਾਨ ਹੈ। ਅੱਜ ਨੂੰ ਆਪਾਂ ਨਾਰਥ ਈਸਟਰਨ ਸਟੇਟਸ ਕਹਿੰਦੇ ਹਾਂ ਨਾ ਜੀ, ਉਹ ਵੀ ਇਹਨਾਂ ਦੇ ਨਾਲ ਲੱਗਦੀਆਂ। ਉਹ ਬੰਗਾਲ 'ਚੋਂ ਹੀ ਕੱਟ ਕੇ ਬਣਿਆ ਹੋਇਆ ਸੀ ਨਾ ਜੀ ਈਸਟ ਪਾਕਿਸਤਾਨ, ਜਿਹੜਾ ਬੰਗਾਲ ਦਾ ਹਿੱਸਾ ਨਾ, ਬੰਗਾਲ ਦੀ ਡਿਵੀਜ਼ਨ ਕਰਕੇ ਕੀਤਾ ਗਿਆ ਸੀਗਾ। ਸੋ ਬੰਗਾਲ ਇੱਕ ਪਾਸੇ ਹਿੰਦੁਸਤਾਨ ਵਾਲਾ ਬੰਗਾਲ ਹੋ ਗਿਆ, ਵੈਸਟ ਬੰਗਾਲ ਜਿਹੜਾ ਹੁੰਦਾ ਸੀ ਆਪਣਾ ਹੁਣ ਹੈਗਾ, ਅਤੇ ਇਹ ਈਸਟ ਬੰਗਾਲ ਵਾਲਾ ਹਿੱਸਾ ਜਿਹੜਾ ਇਹ ਬਣ ਗਿਆ ਸੀ ਬਾਂਗਲਾਦੇਸ਼। ਹੁਣ ਇਹਦੇ ਨਾਲ ਜਿਹੜੀਆਂ ਉੱਪਰੋਂ ਸਟੇਟਸ ਜਿਨ੍ਹਾਂ ਨੂੰ ਸੈਵਨ ਸਿਸਟਰਸ ਵੀ ਕਿਹਾ ਜਾਂਦਾ ਉਹ ਵੀ ਨਾਲ ਲੱਗਦੀਆਂ ਹੈਗੀਆਂ, ਔਰ ਇੱਧਰੋਂ ਆਪਣਾ ਭਾਰਤ ਦਾ ਦੂਸਰਾ ਹਿੱਸਾ ਆ ਗਿਆ। ਸੋ ਇਹਦੀ ਲੋਕੇਸ਼ਨ ਹਿੰਦੁਸਤਾਨ ਵਾਸਤੇ ਵਾਲੀਆ ਸਾਹਿਬ ਬਹੁਤ ਹੀ ਮਹੱਤਵਪੂਰਨ ਹੈ, ਔਰ ਕਾਫੀ ਲੰਬੇ ਸਮੇਂ ਤੋਂ ਹਿੰਦੁਸਤਾਨ ਦੀ ਜਿਹੜੀ ਕੂਟਨੀਤੀ ਹੈ ਉਹ ਹਸੀਨਾ ਦੇ ਹੱਕ ਵਿੱਚ ਹੀ ਭੁਗਤਦੀ ਰਹੀ ਹੈ, ਕਿਉਂਕਿ ਇਹ ਲਾਹੇਵੰਦਾ ਸਮਝਿਆ ਜਾਂਦਾ ਸੀਗਾ ਕਿ ਇਹਨਾਂ ਦਾ ਜਿਹੜਾ ਐਟੀਚਿਊਡ ਭਾਰਤ ਪ੍ਰਤੀ ਹੈ ਉਹ ਮਿੱਤਰਾਨਾ ਹੈ, ਦੋਸਤਾਨਾ ਹੈ, ਤੋ ਇਹਦੇ ਕਰਕੇ ਉਹ ਭਾਰਤ ਦੀ ਇਹਨਾਂ ਨੂੰ ਸਪੋਰਟ ਰਹੀ। ਪਰ ਜਿਸ ਕਿਸਮ ਦੇ ਅੰਤਰਰਾਸ਼ਟਰੀ ਹਾਲਾਤ ਹਨ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਪਾਕਿਸਤਾਨ ਵੀ ਹੈ, ਚੀਨ ਵੀ ਹੈਗਾ, ਅਤੇ ਨਾਲ ਮਿਆਂਮਾਰ ਵੀ ਪਿਆ ਹੋਇਆ, ਅਤੇ ਬਾਕੀ ਜਿਹੜੀਆਂ ਇਹ ਅੰਤਰਰਾਸ਼ਟਰੀ ਫੋਰਸਿਸ ਹੈਗੀਆਂ ਉਹ ਬੰਗਲਾਦੇਸ਼ ਨੂੰ ਜਿਹੜੇ ਇਹ ਸੰਬੰਧ ਸੀਗੇ ਭਾਰਤ ਨਾਲ ਬੜੇ ਮਜ਼ਬੂਤ ਸੰਬੰਧ, ਉਹਨਾਂ ਨੂੰ ਡੀਸਟੈਬਲਾਈਜ਼ ਕਰਨ ਵਿੱਚ ਸਾਰੀਆਂ ਹੀ ਤਾਕਤਾਂ ਇੰਟਰਸਟਡ ਸੀਗੀਆਂ। ਸੋ ਕਈ ਮਿਲਗੋਭਾ ਜਿਹਾ ਹੈ ਵਾਲੀਆ ਸਾਹਿਬ, ਜਿਹੜੇ ਕਈ ਫੈਕਟਰ ਹੈ ਜਿਨ੍ਹਾਂ ਕਰਕੇ ਇਹ ਵਰਤਾਰਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਹੁਣ ਦੋ ਤਿੰਨ ਗੱਲਾਂ ਜਿਹੜੀਆਂ ਸੂਚਕ ਹਨ ਜੋ ਐਕਟੀਵਿਟੀਜ਼ ਕੀਤੀਆਂ ਗਈਆਂ ਅੰਦੋਲਨਕਾਰੀਆਂ ਵੱਲੋਂ ਵਾਲੀਆ ਸਾਹਿਬ, ਉਹ ਬੜੀਆਂ ਧਿਆਨ ਮੰਗਦੀਆਂ।
ਤੁਸੀਂ ਦੇਖੋ ਕਿ ਜਿਸ ਤਰ੍ਹਾਂ ਉਹ ਮੁਜੀਬ ਉਰ ਰਹਿਮਾਨ ਉਹ ਚਿੰਨ ਹਨ ਉਹ ਬੰਗਲਾਦੇਸ਼ ਦੀ ਆਜ਼ਾਦੀ ਦਾ ਔਰ ਬੰਗਲਾਦੇਸ਼ ਦੀ ਸੱਭਿਅਤਾ ਦਾ, ਮੇਰੇ ਮੁਤਾਬਕ ਸਿਆਸਤ ਦੀ ਸੱਭਿਅਤਾ ਦਾ ਚਿੰਨ ਹੈ। ਇਹ ਖਾਸ ਕਿਸਮ ਦੀ ਜਿਹੜੀ ਰਾਜਨੀਤੀ ਦੇ ਉਹ ਪ੍ਰਤੀਨਿਧ ਹਨ। ਔਰ ਉਹਨਾਂ ਦੇ ਬੁੱਤ ਨੂੰ ਤੋੜਨਾ, ਉਹਨਾਂ ਨੂੰ ਵੈਂਡਲਿਜ਼ਮ ਕਰਨਾ ਔਰ ਇਹਨਾਂ ਦੇ ਨਾਲ ਜਿਹੜੀਆਂ ਸਾਰੀਆਂ ਹੀ ਉਹ ਸੱਭਿਅਤਾ ਉਹਨਾਂ ਦੇ ਨਾਲ ਵਿਚਾਰ ਨਾਲ ਜੁੜੀਆਂ ਹੋਈਆਂ ਗੱਲਾਂ ਹੈ ਉਹਨਾਂ ਨੂੰ ਟਾਰਗੇਟ ਕਰਨਾ, ਇਹ ਬਹੁਤ ਮਹੱਤਵਪੂਰਨ ਗੱਲ ਹੈ। ਇਹ ਇਸ ਗੱਲ ਦਾ ਸੂਚਕ ਹੈ ਕਿ ਬੰਗਲਾਦੇਸ਼ ਦੇ ਵਿੱਚ ਹੁਣ ਜਿਹੜੀਆਂ ਤਾਕਤਾਂ ਉੱਭਰ ਰਹੀਆਂ ਹੋਈਆਂ ਜਿਨ੍ਹਾਂ ਦੀ ਇਹ ਪ੍ਰਤੀਨਿਧਤਾ ਹੋਣ ਵਾਲੇ ਐਜੀਟੇਸ਼ਨਿਸਟ ਕਰ ਰਹੇ ਹੈ, ਇਹ ਰੈਡੀਕਲਾਈਜੇਸ਼ਨ ਦੇ ਸੂਚਕ ਹਨ। ਰੈਡੀਕਲਾਈਜੇਸ਼ਨ ਯਾਨੀ ਕਿ ਹਿੰਦੁਸਤਾਨ ਦੀ ਇਹ ਬਹੁਤ ਖਤਰਨਾਕ ਰੁਝਾਨ ਉੱਥੇ ਹੋਏਗਾ ਜਦੋਂ ਰੈਡੀਕਲਾਈਜ਼ ਉਹ ਤਾਕਤ ਹੁੰਦੀ ਹੈ ਔਰ ਖਾਸ ਕਰਕੇ ਇਸਲਾਮਿਕ ਰੈਡੀਕਲਾਈਜੇਸ਼ਨ ਜਦੋਂ ਹੁੰਦੀ ਹੈ ਉਹ ਭਾਰਤ ਦੇ ਹਿੱਤ ਵਿੱਚ ਨਹੀਂ ਹੈ ਔਰ ਭਾਰਤ ਨੂੰ ਬਹੁਤ ਹੀ ਧਿਆਨ ਨਾਲ ਚੱਲਣਾ ਪੈਣਾ। ਆਪਣੇ ਤੁਸੀਂ ਦੇਖੋ ਆਲਾ ਦੁਆਲਾ ਪਿਆ ਹੋਇਆ ਹੈ ਕਿ ਪਹਿਲਾਂ ਦੇਖੋ ਇਹ ਜਦੋਂ ਇਸਲਾਮਿਕ ਰੈਡੀਕਲਾਈਜੇਸ਼ਨ ਹੁੰਦੀ ਹੈ ਅਤੇ ਮਾਲਦੀਵ 'ਚ ਵੀ ਆਪਾਂ ਦੇਖ ਲਿਆ ਉਹਦਾ ਅਸਰ ਸੀਗਾ, ਉੱਥੇ ਵੀ ਉਹਦਾ ਅਸਰ ਹੋਇਆ। ਮੁਇਜ਼ੂ ਜਿਹੜਾ ਸੀ ਉੱਥੋਂ ਦਾ ਉਹ ਪ੍ਰੋ ਚਾਈਨੀਜ਼ ਐਟੀਚਿਊਡ ਹੁਣ ਮੋੜਾ ਕੱਟਣ ਦੀ ਕੋਸ਼ਿਸ਼ ਕਰ ਰਿਹਾ ਹੋਇਆ ਔਰ ਪਾਕਿਸਤਾਨ ਪਿਆ ਹੋਇਆ ਆਪਣੇ ਨਾਲ ਹੀ ਪਿਆ ਹੋਇਆ, ਉੱਥੇ ਸਾਡੀ ਦੁਸ਼ਮਣੀ ਦੇ ਹਾਲਾਤ ਹਨ। ਇੱਧਰੋਂ ਵੀ ਜੇ ਇੱਕ ਤਾਕਤ ਸਾਡੇ ਖਿਲਾਫ ਖੜੀ ਹੋ ਜਾਂਦੀ ਰੈਡੀਕਲਾਈਜੇਸ਼ਨ ਨਾਲ ਤਾਂ ਹਿੰਦੁਸਤਾਨ ਲਈ ਸਮੱਸਿਆ ਹੁੰਦੀ ਹੈ। ਸੋ ਮੈਂ ਕਹਿਣ ਤੋਂ ਭਾਵ ਇਹ ਸੀ ਕਿ ਉਹ ਮੁਜੀਬ ਉਰ ਰਹਿਮਾਨ ਦਾ ਜਿਹੜਾ ਦ੍ਰਿਸ਼ਟੀਕੋਣ ਸੀ ਔਰ ਉਹ ਚਿੰਨ੍ਹ ਸੀ, ਉਹ ਚਿੰਨ ਨੂੰ ਹੀ ਉਹ ਮਲੀਆ ਮੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋਏ। ਇੱਕ ਤੇ ਇਹ ਗੱਲ, ਦੂਜੀ ਸਾਡੇ ਵਾਸਤੇ ਮਹੱਤਵਪੂਰਨ ਗੱਲ ਇਹ ਹੈ ਕਿ ਉੱਥੇ ਹਿੰਦੂ ਜਿਹੜੀ ਵਸੋਂ ਹੈ ਉਹ ਕਾਫੀ ਵੱਡੀ ਗਿਣਤੀ ਸੀ ਜਦੋਂ ਬੰਗਲਾਦੇਸ਼ ਬਣਿਆ, ਹੁਣ ਤੇ ਬਹੁਤ ਗਿਣਤੀ ਘੱਟ ਗਈ ਹੋਈ ਹੈ ਤੇ ਹੁਣ ਉਹਨਾਂ ਨੂੰ ਉਹ ਟਾਰਗੇਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਕਿ ਹਿੰਦੂ ਕਾਰੋਬਾਰ ਹੈ, ਵਸੋਂ ਹੈਗੀ ਹੈ ਔਰ ਮੰਦਿਰ ਹਨ, ਧਾਰਮਿਕ ਸਥਾਨ ਹਨ, ਉਹ ਵੀ ਟਾਰਗੇਟ ਕੀਤੇ ਜਾ ਰਹੇ ਹਨ। ਇਹ ਭਾਰਤ ਵਾਸਤੇ ਬਹੁਤ ਖਤਰਨਾਕ ਰੁਝਾਨ ਹੈ ਕਿਉਂਕਿ ਉੱਥੋਂ ਦੇ ਲੋਕ ਹਿਜਰਤ ਕਰਨਗੇ। ਫਿਰ ਜਦੋਂ ਹਿਜਰਤ ਕਰਦੇ ਨੇ ਤੇ ਉਹਦੇ ਨਾਲ ਆਪਾਂ ਨੂੰ ਪਤਾ ਹੈ ਕਿ ਡੈਮੋਗ੍ਰਾਫਿਕ ਤਵਾਜ਼ਨ ਜਿਹੜਾ ਹੈ ਉਹ ਇਹਦਾ ਅਸਰ ਇੱਥੇ ਵੀ ਪੈਂਦਾ, ਵਾਲੀਆ ਸਾਹਿਬ ਸਿਆਸਤ ਦੇ ਵਿੱਚ ਇੱਥੇ ਵੀ ਅਸਰ ਪੈਂਦਾ। ਸੋ ਕਹਿਣ ਤੋਂ ਭਾਵ ਇਹ ਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਤੇ ਅੰਦਰੂਨੀ ਪੱਧਰ ਤੇ ਵੀ ਭਾਰਤ ਵਾਸਤੇ ਬਹੁਤ ਜੀ ਡਾਕਟਰ ਸਾਹਿਬ, ਜਿਹੜੇ ਤੁਸੀਂ ਦੋਨੇ ਤਿੰਨੇ ਗੱਲਾਂ ਦੱਸੀਆਂ ਨੇ, ਇੱਕ ਵੱਡਾ ਸਵਾਲ ਜਿਹੜਾ ਆਪਾਂ ਹੋਰ ਡਿਸਕਸ ਕਰਨਾ ਸਾਨੂੰ ਪੈਣਾ ਜਾਂ ਚਾਹੀਦਾ ਹੈ ਕਿ ਸਾਡੀ ਜਿਹੜੀ ਵਿਦੇਸ਼ ਨੀਤੀ ਹੈ, ਹੁਣ ਤੁਸੀਂ ਦੇਖੋ ਨੇਪਾਲ ਉਹ ਵੀ ਚੀਨ ਦੇ ਨੇੜੇ, ਸ਼੍ਰੀ ਲੰਕਾ ਉਹਦੇ 'ਚ ਵੀ ਇਹੋ ਜਿਹਾ ਕੁਛ ਹੀ ਹੋਇਆ, ਉਹਦੇ ਵੀ ਰਾਸ਼ਟਰਪਤੀ ਭਵਨ 'ਚ ਵੜ ਗਏ, ਇੱਧਰ ਇਹਨਾਂ ਦੇ ਪ੍ਰਾਈਮ ਮਿਨਿਸਟਰ ਹਾਊਸ 'ਚ ਵੜ ਗਏ ਤੇ ਅਫਗਾਨਿਸਤਾਨ ਪਹਿਲੀ ਆਪਾਂ ਦੇਖ ਚੁੱਕੇ ਹਾਂ, ਪਾਕਿਸਤਾਨ ਮਤਲਬ ਮਿਆਂਮਾਰ ਹੁਣਾ ਬੰਗਲਾਦੇਸ਼, ਮਤਲਬ ਕਿ ਸਾਡੇ ਗੁਆਂਢ ਚ ਅਸੀਂ ਦਾਅਵੇ ਤਾਂ ਕਰਦੇ ਹਾਂ ਵਿਸ਼ਵ ਗੁਰੂ ਬਣਦੇ, ਦੱਖਣੀ ਏਸ਼ੀਆ ਚ ਸਾਡੀ ਕਿਸੇ ਨਾਲ ਹੁਣ ਕਿਸੇ ਕਿਸਮ ਦੀ ਸਾਂਝ ਨਹੀਂ। ਜਿਹੜਾ ਸਾਡਾ ਇੱਕੋ ਹੀ ਦੇਸ਼ ਬੰਗਲਾਦੇਸ਼ ਜਿਹਦੇ ਨਾਲ ਸਾਂਝ ਸੀ ਉਹ ਵੀ ਹੱਥੋਂ ਨਿਕਲ ਗਿਆ, ਇਹ ਚੱਲ ਕੀ ਰਿਹਾ ਇਹ ਤੇ ਵੀ ਚਰਚਾ ਕਰਾਂਗੇ, ਲੇਕਿਨ ਇੱਕ ਬ੍ਰੇਕ ਤੋਂ ਬਾਅਦ। ਹੁਣ ਲੈਣੇ ਇੱਕ ਬ੍ਰੇਕ। ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ।
ਪਹਿਲੇ ਦੱਸੋ, ਜਿਨ੍ਹਾਂ ਨੇ 1971 ਜਿਨ੍ਹਾਂ ਨੇ ਦੇਖਿਆ ਜਿਸ ਤਰੀਕੇ ਨਾਲ ਸਰ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ 90 ਲੱਖ ਪਾਕਿਸਤਾਨੀ ਫੌਜੀਆਂ ਨੇ ਹਥਿਆਰ ਸਿੱਟੇ ਸੀ ਜਦੋਂ ਬੰਗਲਾਦੇਸ਼ ਬਣਿਆ ਸੀ, ਤੇ ਉਸ ਵੇਲੇ ਜਦੋਂ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ। ਯਾਨੀ ਮੇਰਾ ਕਹਿਣ ਦਾ ਮਤਲਬ, ਚਾਹੇ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਤੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਪ੍ਰਾਈਮ ਮਿਨਿਸਟਰ, ਬੰਗਲਾਦੇਸ਼ ਨਾਲ ਜਾਂ ਇਸ ਪਰਿਵਾਰ ਨਾਲ ਸੰਬੰਧ ਠੀਕ ਰਹੇ, ਤੇ ਹੁਣ ਸੰਬੰਧ ਠੀਕ ਰਹਿਣਗੇ ਜਾਂ ਨਹੀਂ, ਇਹ ਤੇ ਇੱਕ ਵੱਡਾ ਪ੍ਰਸ਼ਨ ਚਿੰਨ। ਜਸਪ੍ਰੀਤ ਸਿੰਘ ਨਰਵਾਲ ਸਾਹਿਬ, ਕਾਂਗਰਸ ਪਾਰਟੀ। ਤੁਹਾਡੀ ਆਵਾਜ਼ ਨਹੀਂ ਆ ਰਹੀ ਜਸਪ੍ਰੀਤ। ਤੁਸੀਂ ਹੈਲੋ ਜਸਪ੍ਰੀਤ? ਹੈਲੋ, ਹਾਂਜੀ ਹਾਂ ਹਾਂਜੀ, ਹੁਣ ਹਾਂਜੀ ਕਰੋ ਹਾਂਜੀ। ਗੱਲ। ਦੇਖੋ ਜੀ, ਜਿਹੜਾ ਅੱਜ ਦਾ ਮੁੱਦਾ ਹੈ ਬੰਗਲਾਦੇਸ਼ ਦਾ, ਉਹਦੇ ਉੱਤੇ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਭਾਰਤ ਦੀ, ਉਹ ਬਹੁਤ ਹੀ ਜ਼ਿਆਦਾ ਸੀਰੀਅਸ ਹੈ। ਔਰ ਇਸ ਮੈਟਰ ਦੇ ਵਿੱਚ ਜਿਹੜੀ ਹੁਣ ਮੀਟਿੰਗ ਹੋ ਕੇ ਹਟੀ ਆਲ ਪਾਰਟੀ ਮੀਟਿੰਗ, ਔਰ ਭਾਰਤ ਦੀ ਫੋਰਨ ਪਾਲਿਸੀ ਨੂੰ ਬਕਾਇਦਾ ਤੌਰ ਤੇ ਲੀਡਰ ਆਫ ਆਪੋਜੀਸ਼ਨ ਨੇ ਰਾਹੁਲ ਗਾਂਧੀ ਜੀ ਨੇ ਤੇ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੇ ਸਪੋਰਟ ਕੀਤਾ ਹੈ ਕਿ ਜਿੱਥੇ ਵੀ ਭਾਰਤ ਸਰਕਾਰ ਨੂੰ ਜ਼ਰੂਰਤ ਪਏਗੀ ਉੱਥੇ ਜਿਹੜੀ ਹੈ ਕਿ ਆਪੋਜੀਸ਼ਨ ਜਿਹੜੀ ਹੈ ਕਿ ਫੁੱਲ ਸਪੋਰਟ ਦੇ ਨਾਲ ਭਾਰਤ ਸਰਕਾਰ ਦੇ ਨਾਲ ਖੜੀ ਹੈ ਜਿਹੜੇ ਵੀ ਫੈਸਲੇ ਲੈਣਗੇ, ਕਿਉਂਕਿ ਫੋਰਨ ਪਾਲਿਸੀ ਦੇ ਆਧਾਰ ਤੇ ਸਾਡੇ ਦੇਸ਼ ਦੀ ਜੋ ਬੰਗਲਾਦੇਸ਼ ਦੇ ਨਾਲ ਨੀਤੀ ਹੈ, ਚਾਹੇ ਉਹ ਆਪਾਂ ਪੋਲੀਟੀਕਲ ਇਨਸਟੇਬਿਲਿਟੀ ਕਹਿ ਦਈਏ, ਚਾਹੇ ਆਪਾਂ ਹਿਊਮਨ ਰਾਈਟਸ ਦੇ ਇਸ਼ੂ ਕਹਿ ਦਈਏ, ਔਰ ਉਸ ਤੋਂ ਬਾਅਦ ਜਿਹੜੀ ਪਲਾਇਨ ਦੀ ਹੈ, ਰਿਫਿਊਜੀ ਕ੍ਰਾਈਸਿਸ ਆਉਣੇ ਹੈ ਉਹਦੀ ਸਥਿਤੀ, ਫਿਰ ਰੀਜਨਲ ਸਿਕਿਉਰਿਟੀ ਹੋ ਗਈ, ਫਿਰ ਸਾਡੇ ਕੋਲ ਜਿਹੜਾ ਹੈਗਾ ਇਕਨੋਮਿਕ ਜਿਹੜੀ ਹੈਗੀ ਹੈ ਇੰਪਲੀਮੈਂਟੇਸ਼ਨ ਜਿਹੜੀ ਸਾਡੀ ਉਹਨਾਂ ਦੇ ਨਾਲ ਚੱਲ ਰਹੀ ਸੀ, ਤੇ ਡੈਮੋਕ੍ਰੇਸੀ ਤੇ ਗਵਰਨੈਂਸ, ਇਹ ਜਿਹੜੇ 6 ਮੁੱਦੇ ਨੇ, ਇਹਨਾਂ ਦੇ ਉੱਤੇ ਜੋ ਵੀ ਭਾਰਤ ਸਰਕਾਰ ਫੈਸਲੇ ਰਹੇਗੀ ਔਰ ਜਿਸ ਤਰੀਕੇ ਦੀ ਵੀ ਸਥਿਤੀ ਹੋਏਗੀ, ਜਿਹੜੀ ਆਪੋਜੀਸ਼ਨ ਹੈ ਭਾਰਤ ਸਰਕਾਰ ਦੇ ਨਾਲ ਖੜੇਗੀ, ਕਿਉਂਕਿ ਬੰਗਲਾਦੇਸ਼ ਦੇ ਵਿੱਚ ਸਾਡਾ 15.9 ਬਿਲੀਅਨ ਦਾ ਡਾਲਰ ਦਾ ਜਿਹੜਾ ਹੈਗਾ ਵਪਾਰ ਚੱਲ ਰਿਹਾ ਹੈ। ਔਰ ਨਾਲ ਦੀ ਨਾਲ ਜਿੱਥੇ ਤੱਕ ਗੱਲ ਕਰੀਏ ਕਿ ਉੱਥੇ ਜਾਨ ਮਾਲ ਦੀ ਰਾਖੀ, ਸਾਡੇ ਸਿੱਖ ਭਰਾ ਵੀ ਉੱਥੇ ਰਹਿੰਦੇ ਨੇ, ਸਾਡੇ ਵੀ ਗੁਰੂ ਧਾਮ ਹੈਗੇ ਨੇ, ਹਿੰਦੂ ਵੀਰ ਵੀ ਉੱਥੇ ਨੇ, ਔਰ ਇਹਨਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਜੋ ਵੀ ਭਾਰਤ ਸਰਕਾਰ ਕਦਮ ਚੱਕੇਗੀ ਉਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਕਿ ਆਪੋਜੀਸ਼ਨ ਹੈ ਉਹ ਅਪੋਜ਼ ਨਹੀਂ ਕਰੇਗੀ, ਸਰਕਾਰ ਦਾ ਸਾਥ ਦੇਗੀ। ਨਾਲ ਦੀ ਨਾਲ ਰਾਹੁਲ ਗਾਂਧੀ ਨੇ ਇਹ ਵੀ ਜਤਾਇਆ ਹੈ ਜੈ ਸ਼ੰਕਰ ਜੀ ਕੋਲ ਕਿ ਜਿਹੜੇ ਕਿ ਹੋਰ ਵਿਰੋਧੀ ਮੁਲਕ ਹੈਗੇ ਨੇ, ਜਿਵੇਂ ਕਿ ਇੰਟਰਸਟ ਹੋ ਸਕਦਾ ਪਾਕਿਸਤਾਨ ਦਾ, ਉਹਨਾਂ ਦੇ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾਵੇ ਤੇ ਉਹ ਵੀ ਜਿਹੜੀ ਹੈ ਕਿ ਆਪੋਜੀਸ਼ਨ ਦੇ ਨਾਲ ਸਾਂਝੀ ਕੀਤੀ ਜਾਵੇ, ਤਾਂ ਕਿ ਕੋਈ ਵੀ ਸਾਰਥਕ ਹੱਲ, ਕਿਉਂਕਿ ਸਾਡਾ ਸਿਕਿਉਰਿਟੀ ਦਾ ਰੀਜ਼ਨ ਬਹੁਤ ਵੱਡਾ ਹੈ, ਜਿਵੇਂ ਤੁਸੀਂ ਪਹਿਲਾਂ ਦੱਸ ਚੁੱਕੇ ਹੋ, ਬਾਰਡਰ ਬਹੁਤ ਸਾਡਾ ਲੰਬਾ ਲੱਗਦਾ ਹੈ ਬੰਗਲਾਦੇਸ਼ ਦੇ ਨਾਲ। ਔਰ ਜਿੱਥੇ ਤੱਕ ਗੱਲ ਕਰੀਏ ਪੰਜਾਬੀਆਂ ਦੀ ਭੂਮਿਕਾ ਬੰਗਲਾਦੇਸ਼ ਬਣਾਉਣ ਦੇ ਵਿੱਚ ਬਹੁਤ ਰਹੀ ਹੈ, ਚਾਹੇ ਉਹਨਾਂ ਦੀ ਫਰੀਡਮ ਫਾਈਟਰ ਜਿਹੜੀ ਮੁਕਤੀ ਬੋਹਨੀ ਸੀਗੀ ਉਹਨੂੰ ਬਣਾਉਣ ਦੇ ਵਿੱਚ, ਜਿਹੜਾ ਸੀਗਾ ਆਪਾਂ ਸਭ ਜਾਣਦੇ ਹਾਂ ਕਿ ਬਹੁਤ ਸਾਰੇ ਭਾਰਤ ਆਰਮੀ ਨੇ ਮਦਦ ਕੀਤੀ, ਔਰ ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਬੰਗਲਾਦੇਸ਼ ਨੂੰ ਰਾਤੋ ਰਾਤ ਪੋਲੀਟੀਕਲੀ ਸਿਲੰਡਰ ਕਲਾਉਣਾ ਪਾਕਿਸਤਾਨ ਨੂੰ, ਆਪਾਂ ਸਭ ਜਾਣਦੇ ਹਾਂ ਕਿ ਉਸ ਵੇਲੇ ਬਹੁਤ ਸਾਰੀਆਂ ਇੰਟਰਨੈਸ਼ਨਲ ਤਾਕਤਾਂ ਵੀ ਭਾਰਤ ਦੇ ਖਿਲਾਫ ਖੜੀਆਂ ਹੋ ਰਹੀਆਂ ਸੀ, ਔਰ ਉਸ ਚੀਜ਼ ਨੂੰ ਦਬਾਉਣ ਦੇ ਵਿੱਚ, ਉਸ ਚੀਜ਼ ਦੇ ਵਿੱਚ ਜਿਹੜੀ ਭਾਰਤ ਦੀ ਪੋਲੀਟੀਕਲ ਉਸ ਵੇਲੇ ਰਣਨੀਤੀ ਸੀ, ਜਿਹੜੀ ਫੋਰਨ ਪਾਲਿਸੀ ਦੀ ਰਣਨੀਤੀ ਸੀ, ਉਹ ਉਸ ਵੇਲੇ ਕਾਮਯਾਬ ਹੋਈ ਸੀ। ਔਰ ਉਮੀਦ ਕਰਦੇ ਹਾਂ ਕਿ ਇਸ ਵੇਲੇ ਵੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਜੋ ਵੀ ਨੀਤੀ ਬਣਾਏਗੀ ਉਹ ਸਾਡੇ ਭਾਰਤ ਨੂੰ ਤੇ ਬੰਗਲਾਦੇਸ਼ ਦੇ ਸੰਬੰਧਾਂ ਨੂੰ ਵਿਗੜਨ ਤੋਂ ਬਚਾਏਗੀ। ਦੇਖੋ ਨਰਵਾਲ ਸਾਹਿਬ, ਜਿਹੜੀ ਗੱਲ, ਜਿਹੜੀ ਹਿੰਸਾ ਹੈ ਨਾ ਜਿਸ ਤਰ੍ਹਾਂ ਦੀ ਹੈ, ਉਹਦੇ ਚ ਹੁਣ ਸਟੂਡੈਂਟਸ ਨਹੀਂ,
ਤਿੰਨ ਸਟੂਡੈਂਟਸ ਦਾ ਨਾਂ ਆਉਂਦਾ ਹੈ, ਲੇਕਿਨ ਜਿਹੜਾ ਅਮਰੀਕਾ ਚ ਇਹਨਾਂ ਦਾ ਹਾਈ ਕਮਿਸ਼ਨਰ ਹੈ, ਉੱਥੇ ਵੀ ਉਹੀ ਕੁਛ ਕੀਤਾ ਜੋ ਬੰਗਲਾਦੇਸ਼ ਚ ਕੀਤਾ। ਜਿਹੜੀ ਜਿੱਥੇ ਜਿੱਥੇ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ, ਖਾਸ ਤੌਰ ਤੇ ਇਸ ਜਿਹੜਾ ਮੈਂ ਨਹੀਂ ਕਹਿੰਦਾ, ਲੇਕਿਨ ਇਸ ਭਾਈਚਾਰੇ ਤੇ ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਹੋਇਆ, ਤਿੰਨ ਕੁੜੀਆਂ ਦਾ ਜਿਹੜਾ ਬੱਚਿਆਂ ਦੇ ਕਤਲ ਦੀ ਖਬਰ ਤੋਂ ਬਾਅਦ ਜਿਸ ਤਰ੍ਹਾਂ ਦੀ ਉੱਥੇ ਹਿੰਸਾ ਭੜਕੀ ਹੈ, ਉਹਨਾਂ ਨੇ ਵੀ ਹੱਥ ਖੜੇ ਕਰਤੇ, ਜਿਹੜਾ ਇਹਨਾਂ ਨੂੰ ਹਾਲਤੀ ਕਰਨ ਸ਼ਰਨ ਨਹੀਂ ਦਿੱਤੀ। ਹੋਰ ਕੰਟਰੀ ਵੀ, ਈਵਨ ਅਰੇਬਿਕ ਕੰਟਰੀ ਵੀ ਨਹੀਂ ਦੇ ਰਹੇ। ਇਹ ਤਾਂ ਕਿਤੇ ਨਾ ਕਿਤੇ ਕਾਫੀ ਜਿਹੜਾ ਸੋਚਣ ਵਾਲੀ ਗੱਲ ਬਣ ਰਹੀ ਹੈ, ਗੰਭੀਰ ਹੈ ਕਿ ਹੁਣ ਭਾਰਤ ਦੇ ਵਿੱਚ ਜੇ ਸ਼ਰਨ ਦਿੱਤੀ ਜਾਂਦੀ ਹੈ ਤਾਂ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ। ਚੇਤਨ ਮੋਹਨ ਜੋਸ਼ੀ ਜੀ, ਦੇਖੋ ਮੁੱਦਾ ਤੇ ਬਹੁਤ ਸੰਗੀਨ ਆ, ਔਰ ਜੋ ਇੱਕ ਗਵਾਂਢੀ ਮੁਲਕ ਦੇ ਵਿੱਚ ਹੋਇਆ ਉਹ ਮੈਨੂੰ ਲੱਗਦਾ ਕਿ ਜਿੰਨੇ ਵੀ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਜਾਵੇ ਉਹ ਘੱਟ ਆ, ਕਿਉਂਕਿ ਇੱਕ ਮੁਲਕ ਦੇ ਵਿੱਚ ਤਖਤਾ ਪਲਟਣਾ ਮਤਲਬ ਇਹ ਆ ਕਿ ਉੱਥੋਂ ਦੀ ਜਨਤਾ ਦੇ ਵਿੱਚ ਕਿਸ ਤਰ੍ਹਾਂ ਦਾ ਆਕਰੋਸ਼ ਆ, ਉਹਦਾ ਮੈਸੇਜ ਸਮਾਜ ਦੇ ਵਿੱਚ ਤੇ ਸੰਸਾਰ ਵਿੱਚ ਸਹੀ ਨਹੀਂ ਜਾਂਦਾ। ਦੂਜੀ ਗੱਲ ਇਹ ਹੈ ਕਿ ਬਤੌਰ ਭਾਰਤੀ ਜਨਤਾ ਪਾਰਟੀ ਦੀ, ਜੋ ਕਿ NDA ਦੀ ਸਰਕਾਰ ਆ, ਤੇ ਕੋਈ ਵੀ ਸਰਕਾਰ ਹੋਵੇ ਚਾਹੇ ਉਹ ਸਰਕਾਰ ਕਿਸੇ ਪਾਰਟੀ ਦੀ ਹੋਵੇ, ਤੇ ਜਿਹੜੀ ਦੂਸਰੀ ਵਿਰੋਧੀ ਧਿਰ ਇਸ ਮੌਕੇ ਤੇ ਵਿਦੇਸ਼ ਦੀ ਨੀਤੀ ਦੇ ਉੱਤੇ ਸਾਰੀਆਂ ਪਾਰਟੀਆਂ ਇੱਕ ਹੋ ਕੇ ਭਾਰਤ ਨੂੰ ਰਿਪ੍ਰੈਜ਼ੈਂਟ ਕਰਦੀਆਂ, ਉਹਦੇ ਮੁਤਾਬਕ ਸਾਰੀਆਂ ਪਾਰਟੀਆਂ ਇਕੱਠੀਆਂ ਨੇ। ਕਿਸੇ ਪਾਰਟੀ ਦਾ ਅੰਦਰੂਨੀ ਵਿਅਕਤੀਗਤ ਵਿਰੋਧ ਪਾਰਲੀਮੈਂਟ ਜਾਂ ਇੱਕ ਦੂਜੇ ਨੀਤੀਆਂ ਤੋਂ ਹੋਏਗਾ, ਲੇਕਿਨ ਵਿਦੇਸ਼ ਨੀਤੀਆਂ ਤੇ ਆ ਕੇ ਸਾਰਾ ਭਾਰਤ ਔਰ ਸਾਰੀ ਭਾਰਤ ਦੀਆਂ ਪਾਰਟੀਆਂ ਇੱਕ ਪਲੇਟਫਾਰਮ ਤੇ ਨੇ, ਔਰ ਸਾਰਿਆਂ ਦੀ ਮਨਸ਼ਾ ਇਹੀ ਆ ਕਿ ਜਿਹੜੇ ਸਾਡੇ ਵਿਦਿਆਰਥੀ ਉੱਥੇ ਪੜ੍ਹਦੇ ਪਏ ਨੇ ਉਹ ਸਹੀ ਸਲਾਮਤ ਵਾਪਸ ਆਉਣ, ਜਿਹੜੇ ਸਾਡੇ ਵਪਾਰੀ ਲੋਕਾਂ ਨੇ ਉੱਥੇ ਐਡੀ ਵੱਡੀ ਇਨਵੈਸਟਮੈਂਟ ਕੀਤੀ ਆ ਉਹਦਾ ਬਿਲਕੁਲ ਰੱਖ ਰਖਾਵ ਧਿਆਨ ਕੀਤਾ ਜਾਵੇ, ਔਰ ਪੂਰੀ ਨਜ਼ਰ ਆ ਜਿੱਥੇ NDA ਜਾਂ ਜਿੱਥੇ ਭਾਰਤ ਸਰਕਾਰ ਦੀ ਨਜ਼ਰ ਆ ਉੱਥੇ ਦੂਸਰੀ ਲੀਡਰ ਆਫ ਆਪੋਜੀਸ਼ਨ ਦੇ ਨਾਲ ਨਾਲ ਦੂਸਰੀਆਂ ਪਾਰਟੀਆਂ ਉਹਨਾਂ ਦੀ ਵੀ ਨਿਗਾਹ ਵਾ, ਯਾਨੀ ਕਿ ਵਿਦੇਸ਼ੀ ਨੀਤੀ ਵਿੱਚ ਭਾਰਤ ਇੱਕ ਵਾ, ਉੱਥੇ ਉੱਥੇ ਭਾਰਤੀ ਬਣ ਕੇ ਅਸੀਂ ਆਪਣੇ ਮੁਲਕ ਦੇ ਲੋਕਾਂ ਨੂੰ ਦੇਖਦੇ ਪਏ ਹਾਂ, ਚਾਹੇ ਉੱਥੇ ਗੁਰੂ ਘਰ ਇੱਕ ਬਣਿਆ ਹੋਇਆ ਵਾ ਉਹਦੇ ਬਾਰੇ ਵੀ ਪੂਰਾ ਇੱਕ ਇੱਕ ਚੀਜ਼ ਦੀ ਜਾਣਕਾਰੀ ਆ। ਠੀਕ ਆ, ਉੱਥੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ, ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਉੱਥੇ ਜਿਹੜਾ ਇੱਕੋ ਹੀ ਹਿੰਦੂ ਪਲੇਅਰ ਸੀਗਾ ਬੰਗਲਾਦੇਸ਼ ਦੀ ਟੀਮ ਦੇ ਵਿੱਚ ਉਹਦਾ ਘਰ ਵੀ ਸਾੜ ਦਿੱਤਾ ਗਿਆ। ਕਹਿਣਾ ਨਹੀਂ ਚਾਹੀਦਾ, ਕੁਛ ਇਸ ਤਰ੍ਹਾਂ ਦੀਆਂ ਹਰਕਤਾਂ ਹੋਈਆਂ ਨੇ ਜਿਹੜੀਆਂ ਉੱਥੇ ਜਾਤ ਤੇ ਧਰਮ ਨੂੰ ਵੰਡਦੀਆਂ ਪਈਆਂ ਨੇ। ਮੈਂ TV ਦੇ ਉੱਤੇ ਤਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਂ ਕਿਸੇ ਇੱਕ ਵਿਸ਼ੇਸ਼ ਧਰਮ ਨੂੰ ਇੱਥੇ ਟਾਰਗੇਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਹਿੰਦੁਸਤਾਨ 'ਚ ਸਾਰੇ ਧਰਮ ਹਿੰਦੁਸਤਾਨ ਨਾਲ ਸੰਬੰਧ ਰੱਖਦੇ ਨੇ। ਸੋ ਉੱਥੇ ਜੋ ਚੱਲਦਾ ਪਿਆ ਵਾ ਉਹ ਤੁਹਾਡੇ ਸਾਹਮਣੇ ਆ, ਕਿਉਂਕਿ ਅਸੀਂ ਆਲਰੇਡੀ ਅਗਰਤਲਾ ਤੋਂ ਵੀ ਇੱਕ ਟ੍ਰੇਨ ਲਾਈਨ ਰੇਲਵੇ ਲਾਈਨ ਆ ਉਹਦਾ ਵੀ ਉੱਥੇ ਵਿਸਤਾਰ ਕੀਤਾ ਸੀ। ਬੜੀ ਇਨਵੈਸਟਮੈਂਟ ਹੋਈ ਹੈ ਹਿੰਦੁਸਤਾਨ ਦੀ ਉੱਥੇ, ਸਾਡੇ ਵਪਾਰ ਬੜੇ ਵੱਡੇ ਨੇ ਉੱਥੇ ਉਹਨਾਂ ਦੇ ਲੋਕਾਂ ਦੇ ਨਾਲ, ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਿਰਫ ਬੰਗਲਾਦੇਸ਼ ਤੋਂ ਹੀ ਸਾਡੇ ਕੋਲ ਆਉਂਦੀਆਂ ਨੇ, ਕਈ ਰਿਸਰਚ ਸੈਂਟਰ ਖੋਲੇ ਨੇ ਹਿੰਦੁਸਤਾਨ ਨੇ। ਇਸ ਕੋਲੋਂ ਇਹਦਾ ਮਸਲਾ ਉੱਥੇ ਚੱਲਦਾ ਪਿਆ ਨਾ, ਇਹਦੇ ਉੱਤੇ ਸਾਡੀ ਬਿਲਕੁਲ ਪੂਰੇ ਹਿੰਦੁਸਤਾਨ ਦੀ ਪੂਰੀ ਨਜ਼ਰ ਆ ਉੱਤੇ, ਔਰ ਮੈਂ ਇੱਥੇ ਤਾਂ ਕਹੂੰਗਾ ਕਿ ਹਿੰਦੁਸਤਾਨ ਦੀ ਹਰ ਪਾਰਟੀ ਦਾ ਬੰਦਾ ਭਾਰਤ ਸਰਕਾਰ ਦਾ ਹਿੱਸਾ ਵਾ, ਔਰ ਭਾਰਤ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਆ ਕਿ ਜਿਹੜੇ ਸਾਡੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਾ ਕੇ ਹਿੰਦੁਸਤਾਨ ਲਿਆਂਦਾ ਜਾਵੇ। ਠੀਕ ਹੈ ਜੀ, ਉਸ ਮੁਲਕ ਦੇ ਵਿੱਚ ਕੀ ਹੁੰਦਾ ਪਿਆ ਵਾ ਇਹਦੇ ਬਾਰੇ ਤਾਂ ਪਤਾ ਲੱਗੇਗਾ ਜਦੋਂ ਉੱਥੇ ਨਵਾਂ ਕੋਈ ਹਾਕਮ ਆ ਕੇ ਬੈਠੇਗਾ, ਉਹਦੇ ਨਾਲ ਸਾਡੇ ਕਿੱਦਾਂ ਦੇ ਸੰਬੰਧ ਹੋਣਗੇ, ਉਸ ਬੰਦਾ ਦੇ ਨਾਲ ਕਿਸ ਤਰ੍ਹਾਂ ਚੱਲਣਾ ਵਾ। ਔਰ ਬੜੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਬਤੌਰ ਇੱਕ ਸਰਕਾਰ ਨੂੰ ਦੂਜੀ ਸਰਕਾਰ ਤੋਂ ਉਮੀਦ ਕੀਤੀ ਜਾਂਦੀ ਆ ਕਿ ਅਸੀਂ ਕਿਸ ਤਰ੍ਹਾਂ ਸ਼ਾਂਤੀ ਬਹਾਲ ਕਰਨੀ, ਕਿਉਂਕਿ ਤੁਸੀਂ ਦੇਖੋ ਸ਼੍ਰੀਲੰਕਾ ਚ ਤਖਤਾ ਪਲਟ ਹੋ ਚੁੱਕਿਆ ਹੈ,
ਬੰਗਲਾਦੇਸ਼ ਦੇ ਵਿੱਚ ਹੋ ਚੁੱਕਿਆ, ਲੇਕਿਨ ਜਿਹੜੀ ਵਿਦੇਸ਼ ਨੀਤੀ ਇਹ ਕਹਿੰਦੀ ਆ ਕਿ ਉਸ ਮੁਲਕ ਦੇ ਲੋਕਾਂ ਨੇ ਉੱਥੋਂ ਦਾ ਨਿਜ਼ਾਮ ਚੁਣਨਾ, ਉੱਥੋਂ ਦੀ ਸਮੱਸਿਆ ਵਾ, ਉੱਥੋਂ ਦੀ ਸਮੱਸਿਆ ਨੇ ਤਖਤਾ ਪਲਟ ਕੀਤਾ। ਅਸੀਂ ਆਪਣੀ ਵਿਦੇਸ਼ ਨੀਤੀ ਦੇ ਵਿੱਚ ਜੋ ਕੁਛ ਵੀ ਅਗਲਾ ਸਟੈਪ ਲਵਾਂਗੇ ਆਪਣੇ ਸਾਰੇ ਦਲਾਂ ਨੂੰ, ਹੁਣ ਕਿਉਂਕਿ ਵਿਦੇਸ਼ ਨੀਤੀ ਕੋਈ ਵਿਰੋਧੀ ਦਲ ਨਹੀਂ ਹੁੰਦਾ, ਠੀਕ ਹੈ, ਤੇ ਸਾਰੇ ਚਿੰਤਮੋਲ ਲੈ ਕੇ ਸਾਡਾ ਅਗਲਾ ਕਦਮ ਹੋਏਗਾ ਤੇ ਸੁਰੱਖਿਆ ਨੂੰ ਲੈ ਕੇ ਸਾਡੀ ਨਜ਼ਰ ਆਪਣੀ। ਜੀ ਜੀ, ਤੁਸੀਂ ਇਹ ਪੱਖ ਨੂੰ ਦੋ ਵਾਰੀ ਕਹਿਤਾ, ਇਹਦਾ ਮਤਲਬ ਤੁਹਾਡਾ ਇਹੀ ਤਰਕ ਹੈ, ਲੇਕਿਨ ਤੁਸੀਂ ਠੀਕ ਕਹਿ ਰਹੇ ਹੋ 19,000 ਭਾਰਤੀ ਉੱਥੇ ਜਿਹੜੇ ਵਿਦਿਆਰਥੀ ਨੇ ਉਹ ਉਹਨਾਂ ਨੂੰ ਉਹਨਾਂ ਦੀ ਸੇਫਟੀ ਦੇ ਲਈ ਫਿਕਰਮੰਦ ਹੈ ਸਰਕਾਰ, ਉਹਨਾਂ ਚੋਂ 9,000 ਤਾਂ ਵਾਪਸ ਆ ਵੀ ਗਏ ਨੇ, ਇਹ ਗੱਲ ਵੀ ਠੀਕ ਹੈ, ਲੇਕਿਨ ਬਹੁਤ ਸਾਰੀਆਂ ਗੱਲਾਂ ਹਾਲੇ ਸਾਡੇ ਧਿਆਨ ਚ ਨੇ ਤੇ ਜਾਂ ਸਵਾਲ ਖੜੇ ਕਰਦੀਆਂ ਨੇ। ਹੁਣ ਜਿਵੇਂ ਚੇਤਨ ਮੋਹਨ ਜੋਸ਼ੀ ਕਹਿ ਰਹੇ ਸੀ ਕਿ ਜੀ ਸ਼੍ਰੀਲੰਕਾ ਚ ਵੀ ਹੋਇਆ, ਬਿਲਕੁਲ ਮੈਂ ਤਾਂ ਸ਼ੁਰੂ ਚ ਕਿਹਾ ਨੇਪਾਲ ਤੋਂ ਸ਼ੁਰੂ ਕਰ ਲਈਏ, ਨੇਪਾਲ, ਸ਼੍ਰੀਲੰਕਾ, ਪਾਕਿਸਤਾਨ, ਇਹ ਤਿੰਨ, ਈਵਨ ਮਿਆਂਮਾਰ ਜਾਂ ਵਰਮਾ ਕਹਿ ਲਓ, ਤੇ ਇਹਦੇ ਵਿੱਚ ਹੁਣ ਕਿਹਦਾ ਅਸਰ ਹੈ? ਮਤਲਬ ਭਾਰਤ ਨਾਲੋਂ ਚੀਨ ਜਿਹੜਾ ਹੈ ਉਹ ਜ਼ਿਆਦਾ ਅਸਰਦਾਰ ਆ, ਉੱਥੇ ਉਹਦਾ ਪ੍ਰਭਾਵ ਜ਼ਿਆਦਾ ਹੈ। ਹੁਣ ਰਹਿ ਗਿਆ ਸੀ ਬੰਗਲਾਦੇਸ਼ ਜਿਹੜਾ ਇੰਡੀਆ ਦੇ ਨਾਲ, ਉਹ ਵੀ ਗਿਆ, ਜੇ ਚਾਹੇ ਵਿਦੇਸ਼ ਨੀਤੀ ਜੇ, ਲੇਕਿਨ ਵਿਦੇਸ਼ ਨੀਤੀ ਤੇ ਵੀ ਤਾਂ ਸੰਵਾਦ ਹੋ ਸਕਦਾ ਹੈ, ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਨੇ। ਡਾਕਟਰ ਰਜਿੰਦਰਪਾਲ ਬਰਾੜ ਸਾਹਿਬ, ਦੇਖੋ ਅੰਤਰਰਾਸ਼ਟਰੀ ਪੱਧਰ ਦੀ ਵੱਡੀ ਘਟਨਾ ਹੈ ਤੇ ਉਸ ਵਿੱਚ ਬਹੁਤ ਸਾਰੇ ਪੱਖ ਨੇ। ਤੁਸੀਂ ਆਰਥਿਕ ਪੱਖ ਦੀ ਗੱਲ ਕਰ ਸਕਦੇ ਆ ਕਿ ਸਾਡਾ ਪੈਸਾ ਲੱਗਿਆ ਹੋਇਆ, ਤੁਸੀਂ ਰਾਜਨੀਤਿਕ ਪੱਖ ਦੀ ਗੱਲ ਕਰ ਸਕਦੇ ਆ ਕਿ ਆਖਿਰ ਜਿਹੜੀ ਡੈਮੋਕ੍ਰੇਸੀ ਨਾਲ ਚੁਣੀ ਸਰਕਾਰ ਆ ਉਹਦਾ ਤਖਤਾ ਪਲਟ ਕਿਉਂ ਹੋ ਗਿਆ। ਤੁਸੀਂ ਰਿਫਿਊਜੀਆਂ ਦੀ ਸਮੱਸਿਆ ਦੀ ਗੱਲ ਕਰ ਸਕਦੇ ਆ ਕਿ ਕੱਲ ਨੂੰ ਉੱਥੋਂ ਦੇ ਸਤਾਏ ਹੋਏ ਜਿਹੜੇ ਲੋਕ ਨੇ ਉਹ ਇੱਧਰ ਆਣਗੇ, ਫਿਰ ਸਾਡੀ ਪੁਰਾਣੀ ਸਮੱਸਿਆ ਫਿਰ ਦੁਬਾਰਾ ਜਾਗਰਤ ਹੋ ਜੂਗੀ। ਬਹੁਤ ਸਾਰੀਆਂ ਸਮੱਸਿਆਵਾਂ। ਮੈਂ ਇਹਦੇ ਕੁਝ ਨਾ ਫਿਲੋਸਫੀਕਲ ਕੁਐਸਚਨ ਵੀ ਇਹਦੇ ਬਾਰੇ ਹੈਗੇ ਕਿ ਮਨ ਦੇ ਵਿੱਚ ਉੱਠਦੇ ਆ, ਉਹਨਾਂ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ। ਇੱਕ ਗੱਲ ਤੇ ਇਹ ਕਿ ਜਿਹੜੇ ਵਿਅਕਤੀ ਕਿਸੇ ਸਮੇਂ ਨਾਇਕ ਹੁੰਦੇ ਨੇ, ਜਿਹੜੀ ਗੱਲ ਪ੍ਰੋਫੈਸਰ ਕੇਰ ਸਿੰਘ ਹੋਰਾਂ ਨੇ ਉਠਾਈ ਸੀ, ਜਿਹੜੇ ਬੰਦਿਆਂ ਨੇ ਕਿਸੇ ਸਮੇਂ ਆਜ਼ਾਦੀ ਦੀ, ਹੱਕ ਸੱਚ ਦੀ ਲੜਾਈ ਲੜੀ ਹੁੰਦੀ ਆ, ਉਹ ਹੀ ਬਾਅਦ ਦੇ ਵਿੱਚ ਉਹ ਜਾਂ ਉਹਨਾਂ ਦੇ ਵੰਸ਼ਜ ਖਲਨਾਇਕ ਕਿਉਂ ਬਣ ਜਾਂਦੇ? ਇਹ ਗੱਲ ਸਾਡੇ ਸਾਹਮਣੇ ਵਾਪਰਦੀ ਹੈ ਕਿ ਆ ਕਿ ਜਿਹੜਾ ਮੁਕਤੀਦਾਤਾ ਸੀ, ਇਹ ਘਟਨਾ ਕੱਲੀ ਇੱਥੇ ਦੀ ਨਹੀਂ, ਇਹ ਘਟਨਾ ਹੋਰ ਥਾਵਾਂ ਤੇ ਵੀ ਵਾਪਰਦੀ ਹੈਗੀ ਆ ਕਿ ਦੇਸ਼ ਦੀ ਆਜ਼ਾਦੀ ਦੇ ਸਮੇਂ ਜਿਸ ਕਿਸਮ ਦਾ ਜਵਾਹਰ ਲਾਲ ਨਹਿਰੂ ਜੀ ਦਾ ਬਿੰਬ ਸੀਗਾ, ਉਹਨਾਂ ਦੀ ਬੇਟੀ ਦਾ ਬਾਅਦ ਚ ਆ ਕੇ ਬਿੰਬ ਨਹੀਂ ਰਹਿੰਦਾ ਗਾ। ਇਹਨੂੰ ਜੇ ਆਪਾਂ ਹੋਰ ਪੰਜਾਬ ਦੇ ਵਿੱਚ ਕਹੀਏ ਕਿ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਿੰਬ ਸੀਗਾ, ਉਹ ਬਾਅਦ ਦੇ ਵਿੱਚ ਸੁਖਬੀਰ ਬਾਦਲ ਦਾ ਬਿੰਬ ਨਹੀਂ ਰਹਿੰਦਾ। ਕਿਤੇ ਇਹ ਤਾਂ ਨਹੀਂ ਕਿ ਪਹਿਲੀ ਜਿਹੜੀ ਪੀੜ੍ਹੀ ਆ ਉਹ ਆਮ ਕਰਕੇ ਇਹ ਕਿ ਬਹੁਤੀ ਦੇਰ ਉਹ ਸੱਤਾ ਦੇ ਵਿੱਚ ਰਹਿੰਦੇ ਨਹੀਂ, ਕੁਝ ਦੇਰ ਬਾਅਦ ਉਹਨਾਂ ਦਾ ਕੋਈ ਕਤਲ ਹੋ ਜਾਏ, ਕਿਸੇ ਕਾਰਨ ਕਰਕੇ ਰਾਜ ਪਲਟਾ ਹੋ ਜਾਏ, ਪਰ ਜਿਹੜੀ ਉਹਨਾਂ ਦੀ ਸੰਤਾਨ ਉਹ ਫਿਰ ਉਸੇ ਰਾਹ ਤੇ ਕਿਉਂ ਚੱਲ ਪੈਂਦੀ ਹੈ ਜਿਸ ਰਾਹ ਦੇ ਉਹ ਖਿਲਾਫ ਲੜਦੀ ਹੈ, ਜਿਵੇਂ ਉਹਨੂੰ ਡਿਕਟੇਟਰ ਦਾ ਨਾਮ ਮਿਲਿਆ। ਇੱਕ ਗੱਲ ਤੇ ਮੈਂ ਇਹ ਕਹਿੰਦਾ ਕਿ ਫਿਲੋਸਫੀਕਲੀ ਬਹੁਤ ਵੱਡਾ ਕੁਐਸਚਨ। ਦੂਸਰੀ ਜਿਹੜੀ ਗੱਲ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਉੱਥੇ ਡੈਮੋਕ੍ਰੇਟਿਕ ਤੌਰ ਤੇ ਚੁਣੀ ਹੋਈ ਸਰਕਾਰ ਸੀ, ਡੈਮੋਕ੍ਰੇਟਿਕ ਸਰਕਾਰ ਨੂੰ ਅਲਟਾਉਣਾ ਗਲਤ ਗੱਲ ਆ। ਜੇ ਡੈਮੋਕ੍ਰੇਟਿਕ ਢੰਗ ਨਾਲ ਸੱਚਮੁੱਚ ਉਹ ਬਹੁ ਗਿਣਤੀ ਦੀ ਰੈਪ੍ਰਜੈਂਟੇਸ਼ਨ ਸੀ ਉਹਦੇ ਕੋਲ, ਤਾਂ ਫਿਰ ਐਡਾ ਵੱਡਾ ਬਵਾਲ ਕਿਉਂ ਉੱਠਿਆ? ਇਹ ਸਾਰੇ ਹੀ ਬੁਲਾਰੇ ਇੱਕ ਗੱਲ ਮੰਨ ਰਹੇ ਨੇ ਕਿ ਭਾਈ ਇਹ ਤਾਂ ਐਵੇਂ ਤਤਕਾਲੀ ਕਾਰਨ ਬਣ ਗਿਆ ਜਿਹੜੀ ਰੈਜ਼ਰਵੇਸ਼ਨ ਆ, ਅਸਲ ਚ ਤਾਂ ਲੋਕਾਂ ਦੇ ਮਨਾਂ ਅੰਦਰ ਇੱਕ ਵੱਡੀ ਬੇਚੈਨੀ ਸੀਗੀ,
ਉਹ ਬੇਚੈਨੀ ਆ ਜਿਹੜੀ ਉਸ ਨੂੰ ਜੇ ਡੈਮੋਕ੍ਰੈਟਿਕ ਸੀਗੀ ਤਾਂ ਫਿਰ ਉਸ ਨੂੰ ਉਹ ਭਾਪ ਲੈਣੀ ਚਾਹੀਦੀ ਸੀ, ਉਹ ਭਾਪ ਕਿਉਂ ਨਹੀਂ ਸਕੇਗੀ। ਇੱਥੋਂ ਇਹ ਲੱਗਦਾ ਹੈਗਾ ਕਿ ਕੀ ਡੈਮੋਕ੍ਰੇਸੀ ਦਾ ਵੀ ਕਿਤੇ ਅਪਹਰਣ ਤਾਂ ਨਹੀਂ ਹੋ ਜਾਂਦਾ, ਜਿਵੇਂ ਕਿਹਾ ਜਾਂਦਾ ਕਿ ਸਾਰੀ 40% ਵੋਟ ਪਈ ਤੇ ਉਹਦੇ ਵਿੱਚੋਂ ਉਹ ਜਿੱਤੀ ਵੀ ਸੀ ਤੇ ਉਹਦੇ ਉੱਤੇ ਵੀ ਦੋਸ਼ ਲੱਗੇ ਕਿ ਉਹਦੇ ਵਿੱਚ ਵੀ ਗੜਬੜੀਆਂ ਹੋਈਆਂ ਸੀ। ਇੱਕ ਤਾਂ ਇੱਕ ਡੈਮੋਕ੍ਰੇਸੀ ਆਪਣੇ ਆਪ ਦੇ ਵਿੱਚ ਕੁਐਸਚਨ ਅਧੀਨ ਆ ਰਹੀ ਹੈਗੀ ਆ ਕਿ ਜਿਹਨੂੰ ਅਸੀਂ ਡੈਮੋਕ੍ਰੇਸੀ, ਇਸ ਤਰ੍ਹਾਂ ਤਾਂ ਚੋਣਾਂ ਤਾਂ ਰੂਸ ਦੇ ਵਿੱਚ ਵੀ ਹੁੰਦੀਆਂ, ਹਾਲਾਂਕਿ ਸਾਰੇ ਕਹਿੰਦੇ ਆ ਕਿ ਉਹ ਉੱਥੇ ਇੱਕ ਪਾਰਟੀ ਸਿਸਟਮ ਆ, ਇਹ ਇਹ ਕੀ ਚੀਜ਼ ਹੈਗੀ ਆ, ਇਹ ਇੱਕ ਵੱਡਾ ਪੋਲੀਟੀਕਲ ਫਿਲਾਸਫੀ ਦਾ ਕੁਐਸਚਨ ਬਣਦਾ ਹੈ। ਇੱਕ ਸਵਾਲ ਜਿਹੜਾ ਹੋਰ ਇਸ ਨਾਲ ਸਾਡਾ ਵੱਡਾ ਫਿਕਰਮੰਦੀ ਵਾਲਾ ਹੈਗਾ, ਉਹ ਫਿਕਰਮੰਦੀ ਵਾਲਾ ਸਵਾਲ ਇਹ ਬਣਦਾ ਜਾ ਰਿਹਾ ਹੈਗਾ ਕਿ ਹੁਣ ਜੇ ਕਹਿ ਸਕਦੇ ਹਾਂ ਕਿ ਲੰਡਨ ਨੇ ਨਾ ਹੀ ਕੀਤੀ ਹੋਊਗੀ, ਇੰਗਲੈਂਡ ਨੇ ਨਾ ਹੀ ਕੀਤੀ ਹੋਊਗੀ, ਤਾਂ ਹੀ ਉਹ ਇੱਥੋਂ ਫਲਿਊ ਨਹੀਂ ਕੀਤੀ, ਨਹੀਂ ਤਾਂ ਉਹਨੇ ਅੱਗੇ ਜਾਣਾ ਸੀਗਾ ਆਪਦੇ ਪਰਿਵਾਰ ਕੋਲੇ ਜਾਂ ਆਪਦੀ ਭੈਣ ਕੋਲ, ਜੋ ਵੀ ਉਹਨਾਂ ਦਾ ਰਿਸ਼ਤਾ ਹੈ ਉੱਥੇ, ਉਹਨਾਂ ਨੇ ਨਾ ਕਰ ਦਿੱਤੀ। ਇਸਲਾਮਿਕ ਕੰਟਰੀ ਕੋਈ ਲੈਣ ਨੂੰ ਕੋਈ ਤਿਆਰ ਹੋਊਗਾ? ਜੇ ਨਹੀਂ ਇਸਲਾਮਿਕ ਕੰਟਰੀ ਲੈਣ ਨੂੰ ਤਿਆਰ ਹੁੰਦਾ ਤਾਂ ਇੰਡੀਆ ਦੇ ਸਿਰ ਇੱਕ ਵੱਡੀ ਜ਼ਿੰਮੇਵਾਰੀ ਆ ਜਾਣੀ ਹੈ ਹਿਊਮੈਨਿਟੇਰੀਅਨ ਗਰਾਊਂਡ ਤੇ ਕਿ ਕਿਸੇ ਦੇਸ਼ ਦਾ ਜਿਹੜਾ ਦੋਸਤ ਜਿਹਨੂੰ ਤੁਸੀਂ ਕਹਿੰਦੇ ਆ ਉਹਦੀ ਪ੍ਰਧਾਨ ਮੰਤਰੀ ਤੁਹਾਡੇ ਕੋਲੇ ਸ਼ਰਮ ਚ ਆਈ ਹੋਈ ਹੈ, ਤੁਸੀਂ ਉਹਨੂੰ ਕੱਢ ਵੀ ਨਹੀਂ ਸਕਦੇ, ਤਾਂ ਉਸ ਹਾਲਤ ਦੇ ਵਿੱਚ ਜੇ ਉਹਨੂੰ ਕੋਈ ਹੋਰ ਦੇਸ਼ ਨਹੀਂ ਚੱਲਦਾ ਤਾਂ ਸਾਡੀ ਸਥਿਤੀ ਕੀ ਹੋਊਗੀ ਕਿ ਅਸੀਂ ਉਹਨੂੰ ਕਿਸ ਸਟੇਟਸ ਚ ਰੱਖਾਂਗੇ? ਕੀ ਉਹਨੂੰ ਅਸੀਂ ਨਾਗਰਿਕਤਾ ਦੇ ਦਾਂਗੇ ਜਾਂ ਉਹਨੂੰ ਜਲਾਵਤਨ ਨੂੰ ਸਾਂਭਾਂਗੇ? ਤਾਂ ਜਿਹੜੇ ਦੂਸਰਾ ਉੱਥੋਂ ਦਾ ਦੇਸ਼ ਆ ਉਸ ਤੇ ਜਿਹੜੀ ਵੀ ਹੋਰ ਸਰਕਾਰ ਬਣੂਗੀ ਕੀ ਉਹਦੇ ਨਾਲ ਸਾਡੇ ਸੰਬੰਧ ਚੰਗੇ ਰਹਿਣਗੇ? ਇਹ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਪੋਲੀਟੀਕਲ ਕ੍ਰਾਈਸਿਸ ਪੈਦਾ ਹੋਣ ਵਾਲਾ ਹੈ ਕਿ ਆਖਿਰ ਉਹਦਾ ਕੀ ਕੀਤਾ ਜਾਊਗਾ, ਕਿੰਨੀ ਕੁ ਦੇਰ ਉਹਨੂੰ ਉੱਥੇ ਏਅਰਬੇਸ ਤੇ ਹੀ ਟਿਕਾਈ ਰੱਖਾਂਗੇ, ਅਖੀਰ ਤਾਂ ਕੋਈ ਫੈਸਲਾ ਲੈਣਾ ਪਵੇਗਾ। ਸੋ ਮਸਲੇ ਇੱਕ ਨਹੀਂ, ਮਸਲੇ ਬਹੁਤ ਜ਼ਿਆਦਾ ਇਹਦੇ ਨਾਲ ਜੁੜੇ ਹੋਏ। ਬਿਲਕੁਲ, ਤੁਹਾਡੀ ਗੱਲ ਜਿਹੜੀ ਤੁਸੀਂ ਇਹ ਕਹੀ ਹੈ ਨਾ, ਜਿਹੜੀ ਪੋਲੀਟੀਕਲ ਫਿਲਾਸਫੀ ਦੀ ਗੱਲ ਤੁਸੀਂ ਕਰ ਰਹੇ ਹੋ ਡਾਕਟਰ ਬਰਾੜ, ਗੱਲ ਇਹ ਹੈ ਕਿ ਇੱਥੇ ਤਾਂ 71 ਦੇ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਆਉਂਦੇ ਨੇ ਤੇ ਪਿਤਾ ਜੀ 75 ਚ ਉਹਨਾਂ ਦਾ ਕਤਲ ਹੋ ਜਾਂਦਾ ਹੈ। ਇਹ ਥੋੜਾ ਜਿਹਾ ਇਸਲਾਮਿਕ ਜਿਹੜੇ ਕੰਟਰੀ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਪ੍ਰਥਾ ਦਾ ਆਪਣਾ ਵੀ ਦੇਖਿਆ, ਜਦੋਂ ਆਪਾਂ ਨਿਆਣਿਆਂ ਨੂੰ ਮੁਗਲਾਂ ਦੀ ਹਿਸਟਰੀ ਪੜ੍ਹਾਉਂਦੇ ਹਾਂ ਤੇ ਉਹਦੇ ਚ ਐਂਡ ਤਾਂ ਉਹਨਾਂ ਦਾ ਇਸ ਤਰ੍ਹਾਂ ਦੀ ਕੋਈ ਆਪਦੇ ਮੁੰਡੇ ਦੇ ਹੱਥੋਂ ਕੋਈ ਭਰਾ ਦੇ ਹੱਥੋਂ ਤੇ ਇੱਥੇ ਵੀ ਇਹੋ ਜਿਹਾ ਕੁਛ ਹੀ ਚੱਲਦਾ। ਲੇਕਿਨ ਇੱਕ ਗੱਲ ਜਿਹੜੀ ਡਾਕਟਰ ਬਰਾੜ ਨੇ ਪਹਿਲੇ ਦਰਸ਼ਕ ਕਹੀ ਹੈ ਉਹ ਸੋਚਣ ਵਾਲੀ ਗੱਲ, ਕਾਫੀ ਜ਼ਿਆਦਾ ਉਹ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਕੋਈ ਵੀ ਡੈਮੋਕ੍ਰੇਸੀ ਹੋਵੇ, ਚਾਹੇ ਬੰਗਲਾਦੇਸ਼ ਵਰਗੀ ਡੈਮੋਕ੍ਰੇਸੀ ਹੈ ਚਾਹੇ ਇੰਡੀਆ ਵਰਗੀ ਹੈ, ਜਿੱਥੇ ਡੈਮੋਕ੍ਰੇਟਿਕ ਢੰਗ ਨਾਲ ਸਰਕਾਰ ਨਹੀਂ ਚੁਣੀ ਜਾਂਦੀ, ਜਿੱਥੇ ਹੇਰਾਫੇਰੀ ਹੁੰਦੀ ਹੈ, ਜਿੱਥੇ ਸੰਸਥਾਵਾਂ ਨੂੰ ਜਿਹੜਾ ਹੈ ਤੋੜਿਆ ਕਰਵ ਕੀਤਾ ਜਾਂਦਾ, ਦਬਾਇਆ ਜਾਂਦਾ ਹੈ, ਮੀਡੀਆ ਨੂੰ ਦਬਾਇਆ ਜਾਂਦਾ ਹੈ, ਉੱਥੇ ਲੋਕਾਂ ਦੇ ਮਨਾਂ ਚ ਆਕਰੋਸ਼ ਪੈਦਾ ਹੁੰਦਾ ਹੈ ਤੇ ਉਹ ਆਕਰੋਸ਼ ਕਿਸੇ ਨਾ ਕਿਸੇ ਬਹਾਨੇ ਫਿਰ ਉਹ ਬਾਹਰ ਨਿਕਲਦਾ ਤੇ ਇੱਥੇ ਆਪਾਂ ਜੇ ਸਿੱਧੇ ਲਫ਼ਜ਼ਾਂ ਚ ਕਹਿਣਾ ਹੋਵੇ ਵਿਦਿਆਰਥੀਆਂ ਨੇ ਤਾਂ ਹੱਥ ਪਲਟਤਾ, ਨਹੀਂ ਵਿਦਿਆਰਥੀ ਤਾਂ ਇੱਕ ਬਹਾਨਾ ਬਣੇ, ਰੈਜ਼ਰਵੇਸ਼ਨ ਬਹਾਨਾ ਬਣੀ, ਲੇਕਿਨ ਆਕਰੋਸ਼ ਤਾਂ ਬਹੁਤ ਕਾਰਨਾਂ ਕਰਕੇ ਸੀ। ਇਸ ਤੋਂ ਬਹੁਤ ਸਾਰੇ ਲੀਡਰਾਂ ਨੂੰ ਇਹ ਜਿਹੜੀ ਹੈ ਸਿੱਖ ਲੈ ਲੈਣੀ ਚਾਹੀਦੀ ਹੈ। ਆਪਾਂ ਇਹ ਚਰਚਾ ਜਾਰੀ ਰੱਖਾਂਗੇ, ਇੱਕ ਬ੍ਰੇਕ ਲਵਾਂਗੇ, ਹੋਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਲ।
ਅਰੇ ਦੱਸੋ, ਜਿਸ ਤਰ੍ਹਾਂ ਦੀ ਚਰਚਾ ਹੋ ਰਹੀ ਹੈ ਕਿ ਉੱਥੇ ਜਮਾਤ ਇਸਲਾਮੀ, ਉੱਥੇ ISI, ਇਹ ਅਸਲ ਦੇ ਵਿੱਚ ਪਿੱਛੇ ਕੰਮ ਕਰ ਰਹੀਆਂ ਨੇ, ਤੇ ਫਿਰ ਤਾਂ ਜੋ ਡਾਕਟਰ ਬਰਾੜ ਨੇ ਕਿਹਾ, ਫਿਰ ਤਾਂ ਸ਼ਰਨ ਦੇਣਾ ਵੀ ਅਦਰਵਾਈਜ਼ ਵੀ ਦੇਸ਼ ਲਈ ਕਾਫੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਡਾਕਟਰ ਕੇਰ ਸਿੰਘ, ਕਿਵੇਂ ਦੇਖਦੇ ਹੋ ਇਹ ਸਾਰੀ ਗੱਲਬਾਤ? ਡਾਕਟਰ ਸਾਹਿਬ, ਬਹੁਤ ਅੱਛਾ। ਜਿੱਥੋਂ ਤੱਕ ਤੇ ਹਿੰਦੁਸਤਾਨ ਦਾ ਕੰਸਰਨ ਹੈ ਨਾ ਜੀ, ਇਹਦੇ ਬਾਰੇ ਉਹ ਆਪਣੇ ਸਾਰੇ ਹੀ ਬੁਲਾਰਿਆਂ ਨੇ ਬਹੁਤ ਸੁਚੱਜੇ ਢੰਗ ਨਾਲ ਕਹਿਤਾ, ਔਰ ਚੰਗੀ ਗੱਲ ਇਹ ਹੋਈ ਹੈ ਕਿ ਹਿੰਦੁਸਤਾਨ ਵਿੱਚ ਇੱਕ ਯਕਜਹਿਤੀ ਹੈਗੀ ਹੈ, ਯੂਨੈਨੀਮਿਟੀ ਇਹਨੇ ਵੀ ਹੈ ਕਿ ਕੋਈ ਕਿਸੇ ਕਿਸਮ ਦੀ ਪਾਰਟੀਆਂ ਦੇ ਵਿੱਚ ਰੱਸਾ ਕਸ਼ੀ ਇਸ ਇਸ਼ੂ 'ਤੇ ਨਹੀਂ। ਉਹ ਆਪਣੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਇਕੱਠੀਆਂ ਹੈ ਕਿ ਜੋ ਵਿਦੇਸ਼ੀ ਨੀਤੀ ਬਾਰੇ ਔਰ ਖਾਸ ਕਰਕੇ ਬੰਗਲਾਦੇਸ਼ ਪ੍ਰਤੀ ਜੋ ਮੌਜੂਦਾ ਸਰਕਾਰ ਐਟੀਚਿਊਡ ਲੈਂਦੀ, ਉਹਨੂੰ ਉਹ ਸਪੋਰਟ ਕਰਨਗੇ। ਇਹ ਮੈਨੂੰ ਅੱਛੀ ਗੱਲ ਲੱਗੀ, ਹਾਂ ਜ਼ਰੂਰ ਗੱਲ ਹੈ। ਬਾਕੀ ਇੱਕ ਦੋ ਨੁਕਤੇ ਜਿਹੜੇ ਬਰਾੜ ਸਾਹਿਬ ਨੇ ਉਠਾਏ ਆ ਨਾ ਜੀ, ਬੜੇ ਮਹੱਤਵਪੂਰਨ। ਪਰ ਇਹ ਦੇਖੀ, ਜੇ ਆਪਾਂ ਅੰਤਰਰਾਸ਼ਟਰੀ ਖੇਤਰ ਦੇ ਵਰਤਾਰੇ ਨੂੰ ਦੇਖੀਏ ਨਾ, ਵਾਲੀਆ ਸਾਹਿਬ, ਜਿੰਨੀ ਕੁ ਮੇਰੇ ਕੋਲ ਇਸ ਵੇਲੇ ਜ਼ਬਾਨੀ ਜਾਣਕਾਰੀ ਹੈਗੀ ਹੈ, ਮੈਂ ਯਾਦਦਾਸ਼ਤ ਵਿੱਚ ਮੇਰੀਆਂ ਗੱਲਾਂ ਹੈਗੀਆਂ, ਉਹ ਤੁਸੀਂ ਦੇਖੋ ਕਿ ਇਹ ਜਿਹੜਾ ਨਾ ਡੈਮੋਕ੍ਰੇਸੀ, ਜਿਸ ਨੂੰ ਆਪਾਂ ਲਿਬਰਲ ਡੈਮੋਕ੍ਰੇਸੀ ਦਾ ਇੱਕ ਲਬਾਦਾ ਹੈਗਾ, ਪਰ ਇਹ ਉਹਨਾਂ ਲੈਜੀਟੀਮੇਸੀ ਵਾਸਤੇ, ਇਹ ਆਮ ਲੋਕਾਂ ਵਿੱਚ ਇਹ ਵਿਚਾਰ ਜ਼ਰੂਰ ਹੋਣਾ ਚਾਹੀਦਾ ਹੈ ਕਿ ਇਹ ਪਰਸੈਪਸ਼ਨ ਜ਼ਰੂਰ ਬਣਨੀ ਚਾਹੀਦੀ ਹੈ ਕਿ ਸਹੀ ਮਾਨਿਆਂ ਵਿੱਚ ਇਹ ਲੋਕਤੰਤਰੀ ਢੰਗ ਨਾਲ ਹੀ ਲੀਡਰ ਚੁਣੇ ਗਏ ਹਨ, ਅਤੇ ਜਦੋਂ ਉੱਥੇ ਪ੍ਰਸ਼ਨ ਚਿੰਨ੍ਹ ਹੋ ਜਾਏ ਤਾਂ ਸਮੱਸਿਆ ਖੜੀ ਹੋ ਜਾਂਦੀ ਹੈ। ਪਰ ਦੂਸਰੇ ਪਾਸੇ ਸਮੱਸਿਆ ਇਹ ਵਾਦੀਆ ਸਾਹਿਬ ਇਹ ਹੈ ਕਿ ਜਿਹੜੀਆਂ ਵਨ ਪਾਰਟੀ ਸਟੇਟਸ ਨੇ, ਜਾਂ ਰੀਅਲ ਟਰਮ ਵਿੱਚ ਆਪਾਂ ਡਿਕਟੇਟਰਸ਼ਿਪ ਜਿਸ ਨੂੰ ਆਪਾਂ ਕਹਿੰਦੇ, ਉੱਥੇ ਛੇਤੀ ਕੀਤੇ ਇਹੋ ਜਿਹੇ ਰਾਜ ਪਲਟੇ ਹੁੰਦੇ ਨਹੀਂ ਗੇ। ਤੁਸੀਂ ਦੇਖ ਲਓ ਆਪਣੇ, ਚਾਹੇ ਲੈਟਿਨ ਅਮਰੀਕਾ 'ਚ ਤੁਸੀਂ ਦੇਖ ਲਓ, ਚਾਹੇ ਆ ਵੀਤਨਾਮ 'ਚ ਤੁਸੀਂ ਦੇਖ ਲਓ, ਚਾਹੇ ਉਹ ਇੱਥੇ ਆਪਣਾ ਤੁਸੀਂ ਚਾਈਨਾ 'ਚ ਦੇਖ ਲਓ, ਕਿ ਜਦੋਂ ਥੋੜ੍ਹੀ ਜਿਹੀ ਵੀ ਵਿਰੋਧਤਾ ਸ਼ੁਰੂ ਹੁੰਦੀ ਤਾਂ ਉਹ ਰੂਥਲੈਸਲੀ ਕਰਸ਼ ਕਰ ਦਿੱਤੀ ਜਾਂਦੀ ਹੈ। ਇਹ ਵਰਤਾਰਾ ਇਹੀ ਹੈ ਕਿ ਡਿਕਟੇਟਰਸ਼ਿਪ ਜਿਹੜੀ ਹੈ ਨਾ, ਉਹ ਜੇ ਸਹੀ ਮਾਨਿਆਂ 'ਚ ਡਿਕਟੇਟਰਸ਼ਿਪ ਹੋਵੇ ਤੇ ਉਹਦਾ ਸਾਰੀਆਂ ਹੀ ਸੰਸਥਾਵਾਂ ਤੇ ਇੰਨੀ ਪਕੜ ਜ਼ਿਆਦਾ ਹੁੰਦੀ ਹੈ ਕਿ ਛੇਤੀ ਕੀਤੇ ਉੱਥੇ ਜੋ ਵੀ ਵਿਰੋਧਤਾ ਹੁੰਦੀ ਹੈ ਉਹਨੂੰ ਕਰਸ਼ ਕਰ ਦਿੱਤਾ ਜਾਂਦਾ। ਉਹ ਜਿੰਨਾ ਚਿਰ ਰਾਜ ਪਲਟਾ, ਯਾਨੀ ਕਿ ਵਿਰੋਧੀ ਪੂਰਾ ਨਹੀਂ ਹੁੰਦਾ, ਉਹਨਾਂ ਚਿਰ ਉਹ ਫਿਰ ਸਮੱਸਿਆ ਨਾ। ਰਾਜ ਪਲਟੇ ਆਮ ਤੌਰ 'ਤੇ ਜਿਹੜੇ ਹੁੰਦੇ ਆ ਨਾ ਵਾਲੀਆ ਸਾਹਿਬ, ਉਹ ਅੰਤਰਰਾਸ਼ਟਰੀ ਤਾਕਤਾਂ ਦੀ ਦਖਲ ਅੰਦਾਜ਼ੀ ਨਾਲ ਹੁੰਦੇ ਆ। ਜਿੰਨਾ ਚਿਰ ਅੰਤਰਰਾਸ਼ਟਰੀ ਤਾਕਤਾਂ ਦਖਲ ਅੰਦਾਜ਼ੀ ਨਾ ਕਰਨ, ਉਹ ਰਾਜ ਪਲਟੇ ਹੁੰਦੇ ਨੇ। ਇਹ ਆਪਣੇ ਸਾਹਮਣੇ ਹੈ ਅੰਤਰਰਾਸ਼ਟਰੀ ਪੋਲੀਟਿਕਸ ਦੀ, ਜਿੰਨੀ ਕੁ ਮੈਨੂੰ ਇਸ ਵੇਲੇ ਜ਼ਬਾਨੀ ਯਾਦ ਗੱਲਾਂ ਆ ਰਹੀਆਂ, ਉਹਦੇ ਆਧਾਰ 'ਤੇ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਇਆ। ਹੁਣ ਬੰਗਲਾਦੇਸ਼ ਦੀ ਸਮੱਸਿਆ ਇਹ ਹੈ ਕਿ ਇਹ ਲਿਬਰਲ ਡੈਮੋਕ੍ਰੈਟਿਕ ਫਰੇਮਵਰਕ ਵਿੱਚ ਸੀਗਾ, ਪਰ ਇਹਦੀ ਫੰਕਸ਼ਨਿੰਗ ਜਿਹੜੀ ਆ ਉਹ ਡਿਕਟੇਟੋਰੀਅਲ ਸੀਗੀ। ਫੰਕਸ਼ਨਿੰਗ ਡਿਕਟੇਟੋਰੀਅਲ ਹੈ, ਅਤੇ ਜੋ ਲੋਕਤੰਤਰੀ ਢੰਗ ਹੈ, ਯਾਨੀ ਚੋਣਾਂ ਦਾ ਢੰਗ ਤਰੀਕਾ ਹੈਗਾ, ਉਹ ਵੀ ਨਾਲ ਦੀ ਨਾਲ ਚੱਲ ਰਿਹਾ ਸੀਗਾ। ਮਲਟੀ ਪਾਰਟੀ ਸਿਸਟਮ ਆਪਾਂ ਕਹਿ ਰਹੇ ਹੋਏ ਸੀਗੇ। ਸੋ ਇਹ ਮਿਲਗੋਭਾ ਜਿਹਾ ਹੁੰਦਾ, ਇਹਦੇ ਨਾਲ ਸਮੱਸਿਆਵਾਂ ਖੜੀਆਂ ਹੁੰਦੀਆਂ। ਦੂਸਰੀ ਗੱਲ, ਜਿਹੜਾ ਬਰਾੜ ਸਾਹਿਬ ਨੇ ਨੁਕਤਾ ਉਠਾਇਆ ਨਾ, ਉਹ ਵੀ ਬੜਾ ਮਹੱਤਵਪੂਰਨ ਹੈ। ਪੋਲੀਟਿਕਸ ਦੇ ਵਿੱਚ ਆਪਣੀ ਆਮ ਤੌਰ 'ਤੇ ਪੋਲੀਟੀਕਲ ਸਾਇੰਸ 'ਚ ਇੱਕ ਫਰੇਜ਼ ਵਰਤੀ ਜਾਂਦੀ ਹੈ ਕਿ ਪਾਵਰ ਕਰਪਟਸ ਐਂਡ ਐਬਸੋਲੀਟ ਪਾਵਰ ਕਰਪਟਸ ਐਬਸੋਲੂਟ। ਇਹ ਜਿਹੜੀ ਗੱਲ ਬਰਾੜ ਸਾਹਿਬ ਕਹਿ ਰਹੇ ਸੀ ਨਾ, ਇਹ ਇਹਦੇ 'ਤੇ ਇਹ ਹੈ ਥਿਓਰਾਈਜ਼ ਕੀਤਾ ਗਿਆ ਹੋਇਆ
ਕਿ ਜਦੋਂ ਤਾਕਤ ਸਿਆਸੀ ਤਾਕਤ ਲਗਾਤਾਰ ਅਨਚੈਲੇਂਜਡ ਰਹੇ ਲੰਬੇ ਸਮੇਂ ਵਾਸਤੇ ਤੇ ਉਹ ਜਿਹਨੂੰ ਕਹਿੰਦੇ ਨੇ ਕਿ ਸਿਰ ਨੂੰ ਚੜ ਜਾਂਦੀ ਹੈ, ਇਹ ਤਾਕਤ ਦੀਆਂ ਅਲਾਮਤਾਂ ਹੁੰਦੀਆਂ ਤੇ ਇਹਨਾਂ ਤੋਂ ਕੋਈ ਵਿਰਲਾ ਹੀ ਬੰਦਾ ਬਚਦਾ ਹੈ। ਸੋ ਇਹ ਸਮੱਸਿਆਵਾਂ ਜਦੋਂ ਤੱਕ ਬਰਾੜ ਸਾਹਿਬ ਨੇ ਜਿਹੜੀ ਨੁਕਤੇ ਉਠਾਏ ਸੀਗੇ। ਅਖੀਰ ਤੇ ਮੈਂ ਸਿਰਫ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਤੁਸੀਂ ਕਹਿ ਰਹੇ ਸੀਗੇ ਨਾ ਕਿ ਭਾਰਤ ਵਿਸ਼ਵ ਗੁਰੂ ਦੀ ਗੱਲ ਕਰ ਰਿਹਾ, ਉਹ ਉਹ ਸਾਫਟ ਪਾਵਰ ਦੇ ਤੌਰ 'ਤੇ ਹੈਗਾ, ਉਹ ਸੱਭਿਆਚਾਰਕ ਤੌਰ 'ਤੇ ਹੈਗਾ, ਕੋਈ ਉਹ ਇਹ ਨਹੀਂ ਹੈ ਕਿ ਪੋਲੀਟੀਕਲੀ ਉਹਨੇ ਕੋਈ ਵਿਸ਼ਵ ਗੁਰੂ ਬਣ ਜਾਣਾ ਜਾਂ ਕੋਈ ਸਮੱਸਿਆ ਨਹੀਂ ਹੈ, ਉਹ ਹੋਰ ਖੇਤਰ ਦੀਆਂ ਗੱਲਾਂ ਹੈਗੀਆਂ। ਹਿੰਦੁਸਤਾਨ ਦੀ ਸਮੱਸਿਆ ਇਹ ਹੈ ਕਿ ਇਸ ਵੇਲੇ ਜਿਸ ਕਿਸਮ ਦੀ ਉਹਦੀ ਪੋਲੀਟਿਕਸ, ਇੰਟਰਨੈਸ਼ਨਲ ਪੋਲੀਟਿਕਸ ਹੈ, ਉਹ ਬਹੁਤ ਕਸੂਤੀ ਸਥਿਤੀ 'ਚ ਫਸਿਆ ਹੋਇਆ। ਚੀਨ ਨਾਲ ਸਾਡੀ ਲੜਾਈ ਚੱਲ ਰਹੀ ਹੋਈ ਆ ਔਰ ਇੱਥੇ ਰੀਜਨਲ ਪਾਵਰਸ ਜਿਹੜੀਆਂ ਹੈਗੀਆਂ ਕੰਟਰੀਜ਼ ਦੀਆਂ, ਉਹ ਉਹਨਾਂ ਦੇ ਵਿੱਚ ਚੀਨ ਦੀ ਪਕੜ ਅੱਗੇ ਨਾਲੋਂ ਮਜ਼ਬੂਤ ਹੈ। ਔਰ ਦੂਸਰੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਉਹ ਹੁਣ ਅਮਰੀਕਾ ਵੀ ਕੋਈ ਭਾਰਤ ਦੇ ਬਹੁਤਾ ਹੱਕ ਵਿੱਚ ਨਹੀਂ ਹੈ। ਜਦੋਂ ਦਾ ਉਹਨਾਂ ਨੇ ਜੋ ਵੀ ਅਮਰੀਕਾ ਦੀ ਅੰਤਰਰਾਸ਼ਟਰੀ ਪੋਲਿਸੀ ਹੈਗੀ ਹੈ ਔਰ ਜਿਹੜਾ ਹਿੰਦੁਸਤਾਨ ਹੈ ਉਹ ਰੂਸ ਪ੍ਰਤੀ ਵੀ ਆਪਣਾ ਸਾਫਟ ਕਾਰਨਰ ਰੱਖ ਰਿਹਾ ਹੋਇਆ, ਯੂਕਰੇਨ ਵਾਰ ਸਾਡੇ ਸਾਹਮਣੇ ਹੀ ਹੈਗੀ ਹੈ, ਅਤੇ ਉਹ ਵੀ ਖਾਸ ਕਿਸਮ ਦੀ ਇੱਕ ਸਿਆਸਤ ਕਰ ਰਿਹਾ ਹੋਇਆ, ਬੜੀ ਕੰਪਲੈਕਸ ਸਿਚੁਏਸ਼ਨ ਹੈ। ਸੋ ਇਸ ਹਾਲਾਤ 'ਚ ਮੈਨੂੰ ਲੱਗਦਾ ਇਹੀ ਹੈ ਕਿ ਸਾਡੇ ਬਹੁਤ ਹਿੱਤ ਜੁੜੇ ਹੋਏ ਹੈ, ਆਰਥਿਕ ਹਿੱਤ ਵੀ ਜੁੜੇ ਹੋਏ ਹੈ, ਸਮਾਜਿਕ ਵੀ ਜੁੜੇ ਹੋਏ, ਰਾਜਨੀਤਿਕ ਵੀ ਜੁੜੇ ਹੋਏ ਹੈ, ਅਤੇ ਬਹੁਤ ਸੰਭਲ ਕੇ ਚੱਲਣ ਦੀ ਲੋੜ। ਬਹੁਤ ਡਾਕਟਰ ਸਾਹਿਬ, ਜਿਹੜਾ ਅਹਿਮ ਨੁਕਤਾ ਹੈ ਉਹ ਇਹ ਵੀ ਹੈ ਕਿ ਜੇ ਹਿੰਦੁਸਤਾਨ ਸ਼ਰਨ ਦਿੰਦਾ ਹੈ, ਜਿਹੜੀ ਵੀ ਸਰਕਾਰ ਹੁਣ ਬਣੂ ਉਹਦੇ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨ ਰਹਿਣਗੇ, ਇਹ ਵੀ ਤਾਂ ਕਿਉਂਕਿ ਜਿਹੜੀ ਸਰਕਾਰ ਹੁਣ ਬਣਨੀ ਹੈ ਜਾਂ ਬਣ ਜਾ ਰਹੀ ਹੈ, ਖਲ ਦੀ ਹੈ ਜਿਹੜੀ ਹੈ ਜੇ ਬਾਹਰ ਆ ਰਹੀ ਹੈ ਤਾਂ ਮੇਰਾ ਖਿਆਲ ਬਾਹਰ ਆ ਗਈ ਹੋਣੀ ਜਾਂ ਅੱਜ ਸ਼ਾਮ ਤੱਕ ਆ ਜੂਗੀ, ਤਾਂ ਸਰਕਾਰ ਤਾਂ ਇਸ ਤਰ੍ਹਾਂ ਹੀ ਬਣਨੀ ਹੈ, ਸਾਰੀਆਂ ਪਾਰਟੀਆਂ ਨੂੰ ਲੈ ਕੇ ਬਣਾ ਰਹੀ ਹੈ ਸਰਕਾਰ, ਜਿਹੜੀ ਜਿਹੜਾ ਜਨਰਲ ਹੈ ਹੁਣ ਆਰਮੀ ਚੀਫ ਹੈ ਜਿਸ ਤਰ੍ਹਾਂ ਦੀ ਗੱਲ ਉਹਨੇ ਕਹੀ ਹੈ। ਖੈਰ ਉਸਨੇ ਇਸ ਵਾਰ ਜਿਹੜੇ ਤੁਸੀਂ ਕਹੇ ਨਾ ਮਿਲਟਰੀ ਨੇ ਜਵਾਬ ਵੀ ਦਿੱਤਾ ਇਹਨੂੰ ਗੋਲੀ ਚਲਾਉਣ ਤੋਂ ਵੀ ਅਸੀਂ ਸਟੂਡੈਂਟ ਤੇ ਗੋਲੀ ਨਹੀਂ ਚਲਾਉਣੀ, ਅਖੀਰਲੇ ਦਿਨ ਤਾਂ ਇਹ ਹਾਲ ਰਿਹਾ। ਜਸਪ੍ਰੀਤ ਦਰਵਾਲ ਸਾਹਿਬ, ਆਵਾਜ਼ ਫੇਰ ਨਹੀਂ ਆ ਰਹੀ ਤੁਹਾਡੀ, ਅਨਮਿਊਟ ਕਰੋ ਦਰਵਾਲ ਸਾਹਿਬ। ਦਰਵਾਲ ਸਾਹਿਬ ਟਾਈਮ ਪਹਿਲੇ ਹੀ ਬੜਾ ਘੱਟ ਹੁੰਦਾ ਆਪਣੇ ਕੋਲ। ਚਲੋ ਚੇਤਨ ਮੋਹਨ ਜੋਸ਼ੀ ਸਾਹਿਬ ਜੀ, ਜੀ ਲਾਸਟ ਮੈਂ ਜਿੰਨੇ ਵੀ ਇੱਥੇ ਚਾਹੇ ਕਾਂਗਰਸ ਤੋਂ ਦਰਵਾਲ ਸਾਹਿਬ ਬੈਠੇ ਨੇ, ਚਾਹੇ ਡਾਕਟਰ ਖੇਡ ਸਿੰਘ ਨੇ ਜਾਂ ਸਾਡੇ ਦੂਸਰੇ ਸਾਡੇ ਮਹਿਮਾਨ ਨੇ, ਮੈਂ ਇੱਥੇ ਇਹ ਕਹਿੰਦਾ ਕਿ ਇਹ ਇੱਕ ਐਸਾ ਸੰਜੀਦਗੀ ਵਾਲਾ ਮੁੱਦਾ ਵਾ, ਇਹਦੇ ਤੇ ਆਉਣ ਵਾਲੇ ਸਮੇਂ ਦੇ ਉੱਤੇ ਨਿਰਧਾਰਿਤ ਹੋਣਗੀਆਂ ਸਾਡੀਆਂ ਨੀਤੀਆਂ। ਬਾਕੀ ਏਡਾ ਸੌਖਾ ਨਹੀਂ ਹੁੰਦਾ ਕਿ ਕਿਸੇ ਮੁਲਕ ਦੀ ਇਨਵੈਸਟਮੈਂਟ ਕਿਤੇ ਹੋਈ ਹੋਏ ਤੇ ਉਹਨੂੰ ਏਦਾਂ ਹੀ ਛੱਡ ਦਿੱਤਾ ਜਾਵੇ। ਚਾਈਨਾ ਦਾ ਜੇ ਦੂਜੇ ਮੁਲਕਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਇਨਵੈਸਟਮੈਂਟ ਹੈਗੀ ਆ ਉਹ ਜਾਣਨ, ਚਾਈਨਾ ਜਾਣੇ। ਲੇਕਿਨ ਜਿੱਥੇ ਜਿੱਥੇ ਭਾਰਤ ਦੀ ਵਿਦੇਸ਼ ਨੀਤੀ ਕਹਿੰਦੀ ਹੈ, ਕਿਉਂਕਿ ਇਸ ਨੀਤੀਆਂ ਦੇ ਦੌਰਾਨ ਅਸੀਂ ਲੋਕ ਇਸ ਟਾਈਮ ਤੇ ਜਿਹੜੀ ਸਾਡੀ ਪ੍ਰਾਇਓਰਿਟੀ ਆ ਉਹ ਹੈਗੀ ਵੀ ਜਿਹੜਾ ਵੀ ਕੋਈ ਹਿੰਦੁਸਤਾਨ ਦਾ ਵਾਸੀ ਉੱਥੇ ਹੈਗਾ ਉਹਨੂੰ ਹਿੰਦੁਸਤਾਨ ਵਾਪਸ ਸੁਰੱਖਿਅਤ ਲਿਆਂਦਾ ਜਾਵੇ, ਚਾਹੇ ਵਿਦਿਆਰਥੀ ਹੋਵੇ, ਚਾਹੇ ਉਹ ਸਾਡੇ ਉੱਥੇ ਜੋਬ ਕਰ ਰਹੇ ਲੋਕ ਹੋਣ, ਚਾਹੇ ਸਾਡੇ ਸਾਇੰਟਿਸਟ ਹੋਵੇ, ਚਾਹੇ ਕੋਈ ਵੀ ਹੋਵੇ। ਇਹ ਇਹ ਜਿਹੜੀ ਜੇ ਜਿਹੜੀ ਚੀਜ਼ ਆ ਇਹਦੇ ਉੱਤੇ ਬਿਲਕੁਲ ਅਸੀਂ ਇਸ ਟਾਈਮ ਫਿਲਹਾਲ ਭਾਰਤ ਸਰਕਾਰ ਦਾ ਬਿਲਕੁਲ ਫੋਕਸ ਹੈਗਾ ਵਾ ਕਿ ਆਪਣੀ ਜਾਨ ਮਾਲ ਦੀ ਸੁਰੱਖਿਆ
ਜਿਹੜੇ ਲੋਕ ਉੱਥੇ ਹਿੰਦੁਸਤਾਨੀ ਕਰਦੇ ਪਏ ਨੇ ਉਹਨਾਂ ਨੂੰ ਸਹੀ ਸਲਾਮਤ ਹਿੰਦੁਸਤਾਨ ਲਿਆ ਜਾਵੇ। ਬਾਕੀ ਏਡੀ ਛੇਤੀ ਨਹੀਂ ਕੋਈ ਵੀ ਸਟੈਪ ਲੈ ਸਕਦੇ ਕਿ ਸਾਡਾ ਆਉਣ ਵਾਲਾ ਸੀਨੀਅਰ ਨਾਲ ਕੀ ਹੋਏਗਾ। ਨਹੀਂ ਨਹੀਂ ਜੋਸ਼ੀ ਸਾਹਿਬ, ਪ੍ਰੋਬਲਮ ਇਹ ਨਹੀਂ ਹੈ, ਇਹ ਤਾਂ ਆ ਜਾਣਗੇ। ਪ੍ਰੋਬਲਮ ਤਾਂ ਇਹ ਹੈ ਜਿਸ ਤਰੀਕੇ ਦੇ ਉੱਥੇ ਟਾਰਗੇਟ ਕੀਤਾ ਜਾ ਰਿਹਾ ਨਾ, ਉਹ ਬੰਦੇ ਜਦੋਂ ਜੇ ਤੁਸੀਂ ਏਡੀ ਵੱਡੀ ਗਿਣਤੀ 1 ਕਰੋੜ ਹਿੰਦੂਆਂ ਨੂੰ ਕਿਵੇਂ ਸੰਭਾਲੋਗੇ ਤੁਸੀਂ? ਇਹ ਵੀ ਤਾਂ ਇਕੱਲੇ ਇਹ ਨਹੀਂ ਹੈ, ਹੋਰ ਬੜੇ ਪਹਿਲੇ ਹੀ ਸਾਡੇ ਕੋਲ ਤਾਂ, ਅਸੀਂ ਤਾਂ ਪੰਜਾਬ ਦੇਖਿਆ ਬੰਗਲਾਦੇਸ਼ੀ ਆਪਦੀਆਂ ਕਲੋਨੀਆਂ ਬਣਾਈ ਬੈਠੇ, ਸਾਡੇ ਤਾਂ ਹਾਲ ਇਹ ਹੋਇਆ ਪਿਆ। ਤੇ ਇਹ ਇੱਕ ਬਹੁਤ ਵੱਡੀ ਸਮੱਸਿਆ। ਆਪਾਂ ਦੇਖੀਏ 71 ਚ ਕਿਵੇਂ ਲੋਕ ਆਏ ਨੇ ਉੱਥੇ। ਖੈਰ, ਜਸਪ੍ਰੀਤ ਸਿੰਘ ਨਰਵਾਲ ਸਾਹਿਬ ਦੇ ਤੁਹਾਡੀ ਆਵਾਜ਼ ਆ ਗਈ, ਤੁਹਾਡੀ ਲਾਸਟ ਟਿੱਪਣੀ। ਹਾਂਜੀ ਹਾਂਜੀ, ਮੇਰੀ ਆਵਾਜ਼ ਆ ਰਹੀ ਹੈ? ਜੀ ਆ ਰਹੀ ਹੈ। ਦੇਖੋ ਵਾਲੀਆ ਸਾਹਿਬ, ਇਹ ਗੰਭੀਰ ਮਸਲਾ ਬਹੁਤ ਜ਼ਿਆਦਾ ਗੰਭੀਰ ਭਾਰਤ ਲਈ ਬਣਦਾ ਜਾ ਰਿਹਾ, ਕਿਉਂਕਿ ਕਾਰਨ ਵਿੱਚੋਂ ਇਕੱਲਾ ਉਹਨਾਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਹੈ ਉਹਨੂੰ ਸ਼ਰਨ ਦੇਣ ਦਾ ਨਹੀਂ ਹੈ। ਕਾਰਨ ਵਿੱਚ ਜਿਹੜੇ ਹੈਗੇ ਆ ਕਿ ਸਾਡੀ ਜਿਹੜੀ ਸਰਹੱਦ ਹੈ ਉਹਦੀ ਰਾਖੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਜਿੱਥੇ ਤੱਕ ਗੱਲ ਕੀਤੀ ਜਾਵੇ ਸਾਡੇ ਵਪਾਰ ਦੀ, $15 ਬਿਲੀਅਨ, $15.9 ਬਿਲੀਅਨ ਦਾ ਜਿਹੜਾ ਇਨਵੈਸਟਮੈਂਟ ਸਾਡਾ ਵਪਾਰ ਉੱਥੇ ਚੱਲ ਰਿਹਾ ਹੈ, ਇੱਕ ਬਹੁਤ ਵੱਡੀ ਰਕਮ ਹੋ ਜਾਂਦੀ ਹੈ। ਔਰ ਉਸ ਦੇ ਨਾਲ ਬਹੁਤ ਸਾਰੀਆਂ ਇੰਡਸਟਰੀਜ਼ ਇਫੈਕਟ ਹੁੰਦੀਆਂ ਨੇ। ਸੋ ਬਹੁਤ ਸਾਰਾ ਸਾਡੇ ਕੋਲੋਂ ਮਾਲ ਉੱਥੋਂ ਬਣ ਕੇ ਵੀ ਆਉਂਦਾ ਸੀ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਉਹਨਾਂ ਨੂੰ ਸਪੋਰਟ ਵੀ ਕਰਦੇ ਸੀਗੇ। ਸੋ ਉਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਕਿ ਭਾਰਤ ਨੂੰ ਆਪਣੀ ਜਿਹੜੀ ਨੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਕਰਨੀ ਪੈਣੀ ਹੈ। ਔਰ ਬਕਾਇਦਾ ਤੌਰ ਤੇ ਲੀਡਰ ਆਫ ਆਪੋਜੀਸ਼ਨ, ਵਿਰੋਧੀ ਧਿਰ ਇਸ ਵੇਲੇ ਇਸ ਮੁੱਦੇ ਦੇ ਉੱਤੇ, ਫੋਰਨ ਪਾਲਿਸੀ ਦੇ ਉੱਤੇ, ਬੰਗਲਾਦੇਸ਼ ਦੇ ਮੁੱਦੇ ਦੇ ਉੱਤੇ ਭਾਰਤ ਸਰਕਾਰ ਦੇ ਨਾਲ ਖੜੀ ਹੈ। ਔਰ ਜੋ ਵੀ ਭਾਰਤ ਦੇ ਲੋਕਾਂ ਦੇ ਹਿੱਤ ਦੇ ਲਈ ਫੈਸਲੇ ਲਏ ਜਾਣਗੇ, ਜੋ ਭਾਰਤ ਦੀ ਇਕਨੋਮਿਕ ਕੰਡੀਸ਼ਨ ਦੇ ਲਈ ਫੈਸਲੇ ਦਿੱਤੇ ਜਾਣਗੇ, ਜੇ ਜਿਸ ਤਰੀਕੇ ਦੀ ਵੀ ਮਦਦ ਦੀ ਲੋੜ ਪਈ ਬੰਗਲਾਦੇਸ਼ ਨੂੰ, ਜੇ ਭਾਰਤ ਦੀ ਸਰਕਾਰ ਵੱਲੋਂ ਦਿੱਤੀ ਜਾਏਗੀ ਤਾਂ ਉਹਦਾ ਜਿਹੜਾ ਪੂਰਨ ਤੌਰ ਦੇ ਉੱਤੇ ਵਿਰੋਧੀ ਦਲ ਸਮਰਥਨ ਕਰੇ। ਦੇਖੋ ਜਨਰਵਾਲ ਸਾਹਿਬ, ਇਹ ਤਾਂ ਹੁੰਦਾ ਹੀ ਹੈ। ਅਟਲ ਬਿਹਾਰੀ ਵਾਜਪਾਈ ਜਦੋਂ ਹੁਣ ਤੱਕ ਅਸੀਂ ਯਾਦ ਕਰਦੇ ਹਾਂ, 71 ਦੇ ਵਿੱਚ ਜਦੋਂ ਇੰਦਰਾ ਗਾਂਧੀ ਦੇ ਜਦੋਂ ਬੰਗਲਾਦੇਸ਼ ਬਣਿਆ ਜਿਹੜਾ ਪੂਰਬੀ ਪਾਕਿਸਤਾਨ ਹੈ, ਤੋ ਇੰਦਰਾ ਜੀ ਇੰਡੀਆ, ਇੰਡੀਆ ਜੀ ਇੰਦਰਾ ਦਾ ਜਿਹੜਾ ਨਾਰਾ ਦਿੱਤਾ ਸੀ ਹੁਣ ਤੱਕ ਅਸੀਂ ਯਾਦ ਕਰਦੇ। ਜਦੋਂ ਦੇਸ਼ ਦਾ ਮਸਲਾ ਉਦੋਂ ਤਾਂ ਸਾਰੇ ਇਕੱਠੇ ਨੇ, ਚੰਗੀ ਗੱਲ ਹੈ ਰਾਹੁਲ ਗਾਂਧੀ ਜਾ ਕੇ ਵਿਦੇਸ਼ ਮੰਤਰੀ ਨੂੰ ਮਿਲੇ ਨੇ, ਔਰ ਵਿਦੇਸ਼ ਮੰਤਰੀ ਨੇ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਜਿਹੜੀ ਆਪਣੀ ਗੱਲ ਸਾਰੀ ਦੱਸੀ ਹੈ ਕਿ ਸਿਸਟਮ ਉੱਥੇ ਕਿਵੇਂ ਚੱਲ ਰਿਹਾ। ਡਾਕਟਰ ਬਰਾੜ, ਤੁਹਾਡਾ ਲਾਸਟ ਕਮੈਂਟ। ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਜਿਹੜੀ ਹੁਣ ਇਹ ਸਾਡੇ ਕੋਲ ਸਮੱਸਿਆ ਆਈ ਵੀ ਆ, ਇਸ ਦੇ ਲਈ ਸਾਰੇ ਦੇਸ਼ ਨੂੰ ਵੀ ਇੱਕਜੁੱਟ ਹੋ ਕੇ ਇਸ ਦਾ ਹੱਲ ਕੱਢਣਾ ਚਾਹੀਦਾ। ਜੋ ਕਿਹਾ ਕਿ ਕੱਢਿਆ ਜਾ ਰਿਹਾ, ਬਹੁਤ ਵਧੀਆ ਗੱਲ ਆ, ਕਿਉਂਕਿ ਇਹ ਅਚਾਨਕ ਵਾਪਰੀ ਘਟਨਾ, ਕੁਝ ਦੇਰ ਬਾਅਦ ਇਹਦੇ ਤੇ ਪੋਲਿਟਿਕਸ ਸ਼ੁਰੂ ਹੋਵੇਗੀ, ਇਸ ਗੱਲ ਤੋਂ ਆਪਾਂ ਇਨਕਾਰ ਨਾ ਕਰੀਏ। ਤੇ ਦੂਸਰੀ ਜਿਹੜੀ ਗੱਲ ਹੈ ਕਿ ਇਨਵੈਸਟਮੈਂਟ ਦੀ ਬਜਾਏ ਮਨੁੱਖੀ ਜਾਨ ਮਹੱਤਵਪੂਰਨ ਆ, ਪਹਿਲਾਂ ਸਾਨੂੰ ਮਨੁੱਖੀ ਜਾਨਾਂ ਦਾ ਫਿਕਰ ਹੋਣਾ ਚਾਹੀਦਾ, ਇਨਵੈਸਟਮੈਂਟ ਦੀ ਜਾਂ ਮੁਨਾਫੇ ਦੀ ਗੱਲ ਬਾਅਦ ਦੇ ਵਿੱਚ ਹੋਣੀ ਚਾਹੀਦੀ ਹੈ। ਤੀਜੀ ਜਿਹੜੀ ਗੱਲ ਹੈ ਕਿ ਇਹਦੇ ਵਿੱਚੋਂ ਸਾਨੂੰ ਕੁਝ ਸਬਕ ਵੀ ਸਿੱਖਣੇ ਚਾਹੀਦੇ ਹੈਗੇ ਆ ਕਿ ਡਿਕਟੋਰੀਅਲ ਐਟੀਟਿਊਡ ਕਿਸੇ ਦਾ ਵੀ ਹੋਵੇ ਉਹ ਮਾੜਾ ਹੀ ਮਾੜਾ ਹੁੰਦਾ ਹੈਗਾ। ਜਦੋਂ ਐਜੀਟੇਟਰਾਂ ਨੂੰ ਅੱਤਵਾਦੀ ਜਾਂ ਖਾਲਿਸਤਾਨੀ ਜਾਂ ਕੁਝ ਵੀ ਆਖਿਆ ਜਾਂਦਾ, ਉਸ ਦਾ ਅਰਥ ਫਿਰ ਇਹ ਬਣ ਜਾਂਦਾ ਹੈ। ਉੱਥੇ ਇੱਕ ਛੋਟਾ ਜਿਹਾ ਸ਼ਬਦ ਆ ਜਿਹੜਾ ਰਜ਼ਾਕਾਰ, ਉਹਨੇ ਇਹ ਜਿਹਨੂੰ ਕਹਿ ਸਕਦੇ ਹਾਂ ਕਿ ਪਲੀਤੀ ਲਾਈ। ਤੇ ਇੱਥੋਂ ਇਹ ਵੀ ਜਾ ਰਿਹਾ ਕਿ ਕਿਸੇ ਵੀ ਦੇਸ਼ ਦੇ ਹਾਕਮ ਹੋਣ, ਉਹਨਾਂ ਨੂੰ ਲੋਕ ਆਵਾਜ਼ ਹੈ ਜਿਹੜੀ ਉਹਨੂੰ ਸੁਣਨਾ ਚਾਹੀਦਾ। ਬਾਕੀ ਇਹ ਕਿ ਜਾਨ ਮਾਲ ਦੀ ਤਾਂ ਸ਼ਾਂਤੀ ਦੇ ਲਈ ਆਪਾਂ ਕਹਿ ਸਕਦੇ ਹਾਂ,
ਥੋੜੀ ਜਿਹੀ ਜਾਣਕਾਰੀ ਇਹ ਆ ਰਹੀ ਹੈ ਕਿ ਸ਼ਾਇਦ ਜਿਹੜੇ ਉਹਨਾਂ ਦੇ ਨੋਬਲ ਲੋਰੀਏਟ ਆ ਮੁਹੰਮਦ ਯੂਨਸ, ਸ਼ਾਇਦ ਉਹ ਇਸ ਗੱਲ ਲਈ ਮੰਨ ਗਏ ਕਿ ਜੇ ਫੌਜ ਵਿਰੋਧੀ ਧਿਰ ਤੇ ਵਿਦਿਆਰਥੀ ਤਿੰਨੇ ਧਿਰਾਂ ਜੇ ਮੈਨੂੰ ਪ੍ਰਵਾਨ ਕਰਦੀਆਂ ਤਾਂ ਮੈਂ ਅੰਤਰਿਮ ਸਰਕਾਰ ਆ ਜਿਹੜੀ ਉਹਨੂੰ ਰਨ ਕਰਨ ਲਈ ਤਿਆਰ ਆ। ਮੇਰਾ ਖਿਆਲ ਆ ਕਿ ਜੇ ਇਸ ਤਰ੍ਹਾਂ ਦੀ ਕੋਈ ਸਰਬ ਸਾਂਝੀ ਬਣ ਕੇ ਦੁਬਾਰਾ ਉੱਥੇ ਚੋਣਾਂ ਹੋਣ ਤਾਂ ਉਹ ਸਾਡੇ ਗੁਆਂਢੀ ਦੇਸ਼ ਲਈ ਤੇ ਸਾਡੇ ਲਈ ਚੰਗੀ ਗੱਲ ਹੋਵੇ। ਦੇਖੋ ਇਹ ਗੱਲ ਆਈ ਹੈ ਕਿ ਮੁਹੰਮਦ ਯੂਨਸ ਹੋਰਾਂ ਨੂੰ ਅਪਰੋਚ ਕੀਤਾ ਗਿਆ, ਪਰ ਹੁਣ ਗੱਲ ਤਾਂ ਇਹ ਹੈ ਕਿ ਮੁਹੰਮਦ ਯੂਨਸ ਪੋਲੀਟੀਸ਼ੀਅਨ ਨਹੀਂ ਹੈ। ਜਿਸ ਤਰ੍ਹਾਂ ਦੀ ਉੱਥੇ ਹਿੰਸਾ ਫੈਲੀ ਹੋਈ ਹੈ ਉੱਥੇ ਉਹ ਕਿਵੇਂ ਕੰਟਰੋਲ ਕਰਦੇ ਨੇ, ਮਿਲਟਰੀ ਕਿਵੇਂ ਕੰਟਰੋਲ ਕਰਦੀ ਹੈ, ਇਹ ਬੜੇ ਵੱਡੇ ਸਵਾਲ ਨੇ। ਮਿਲਟਰੀ ਦੇ ਚੀਫ ਨੇ ਤਾਂ ਇਹ ਵੀ ਕਿਹਾ ਕਿ 3 ਦਿਨ ਹੋ ਜਾਣੇ ਨੇ, ਕੱਲ੍ਹ ਅਸੀਂ ਕਰਫਿਊ ਹਟਾ ਦਾਂਗੇ, ਲੇਕਿਨ ਜੇ ਕਰਫਿਊ 'ਚ ਇੰਨੀ ਹਿੰਸਾ ਹੋ ਰਹੀ ਹੈ ਉਸ ਤੋਂ ਬਿਨਾਂ ਕਿਵੇਂ ਦੇਖੋਗੇ? ਹਿੰਸਾ ਦਾ ਹਾਲ ਤਾਂ ਇਹ ਹੈ ਕਿ ਬੰਦੇ ਨੂੰ ਜਿਉਂਦਾ ਜਲਾਤਾ, ਹਿੰਸਾ ਦਾ ਹਾਲ ਹੈ ਕਿ ਇੱਕ ਮੰਤਰੀ ਦਾ ਘਰ ਹੀ ਜਿਹੜਾ ਮੈਂ ਦੇਖ ਰਿਹਾ ਸੀ ਉਹ ਅੱਗ ਲਾਤੀ। ਇਸ ਕਿਸਮ ਦੀ ਗੱਲ ਹੈ। ਸਾਡੇ ਜਿਹੜੇ ਕੰਸਰਨ ਇੱਕ ਬਹੁਤ ਵੱਡਾ ਹੈ ਕਿ ਐਡਾ ਵੱਡਾ ਜਿਹੜਾ ਹੈ ਬਾਰਡਰ ਹੈ 4000 ਕਿਲੋਮੀਟਰ ਤੋਂ ਵੱਧ, 3-4 ਸਟੇਟ ਪੂਰੀਆਂ ਨਾਲ ਲੱਗਦੀਆਂ ਨੇ, ਉਹ ਤੇ ਇਕੱਲੀ BSF ਕਿਵੇਂ ਨੀ ਨਿਗਾਹ ਰੱਖ ਸਕਦੀ ਹੈ? ਜੇ ਉਧਰੋਂ ਲੋਕਾਂ ਨੇ ਇੱਧਰ ਆਉਣਾ ਸ਼ੁਰੂ ਕਰਤਾ ਤਾਂ ਬਹੁਤ ਵੱਡੀ ਸਮੱਸਿਆ ਸਾਡੇ ਦੇਸ਼ ਲਈ ਬਣ ਸਕਦੀ ਹੈ। ਇਹ ਵੀ ਤਾਂ ਸਾਡਾ ਖਿਆਲ ਰੱਖਣ ਦੀ ਲੋੜ ਹੈ। ਇੰਟਰਨੈਸ਼ਨਲ ਲੈਵਲ ਤੇ ਵੀ ਬੜਾ ਕੁਛ ਹੁਣ ਚੱਲ ਰਿਹਾ ਹੈ, ਔਰ ਜੇ ਜਿਸ ਤਰੀਕੇ ਨਾਲ ਬਹੁਤ ਸਾਰੇ ਲੋਕ ਜਮਾਤੇ ਇਸਲਾਮੀ ਦਾ ਨਾਂ ਲੈ ਰਹੇ ਨੇ ਜਾਂ ISI ਦਾ, ਵੈਸੇ ਇਹ ਗੱਲ ਹੋ ਵੀ ਸਕਦੀ ਹੈ ਕਿ ਜੇ ਉਹ ਆਉਂਦੇ ਨੇ ਤਾਂ ਫਿਰ ਕਿਸ ਕਿਸਮ ਦੀ ਸਰਕਾਰ ਬਣੂਗੀ? ਤੇ ਅੱਗੇ ਸਰਕਾਰ ਆਪਾਂ ਦੇਖ ਹੀ ਰਹੇ ਹਾਂ, ਜਿੱਥੇ ਜਿੱਥੇ ਇਸ ਤਰ੍ਹਾਂ ਦੀਆਂ ਸਰਕਾਰਾਂ ਬਣੀਆਂ ਨੇ ਤੇ ਉੱਥੇ ਫਿਰ ਸਿਰਦਰਦੀ ਤਾਂ ਵਧੀ ਹੈ। ਗੁਆਂਢੀ ਦੇਸ਼ ਆਉਣ ਦੇ ਨਾਤੇ ਗੁਆਂਢੀ ਤਾਂ ਉਹੀ ਚੰਗਾ ਹੁੰਦਾ ਜਿੱਥੇ ਸ਼ਾਂਤੀ ਹੋਵੇ, ਜੇ ਗੁਆਂਢ ਚ ਲੜਾਈ ਝਗੜਾ ਰਹਿੰਦਾ ਹੈ ਤੇ ਫਿਰ ਬੜੀ ਮੁਸ਼ਕਲ ਹੋ ਜਾਂਦੀ ਹੈ। ਤਾਂ ਇਹ ਸਾਰੀ ਗੱਲਬਾਤ ਦੇ ਵਿੱਚ ਮਸਲਾ ਵੱਡਾ ਹੈ। ਉਹ ਤੋਂ ਜਿਹੜੇ ਸਬਕ ਸਿੱਖਣ ਵਾਲੀ ਗੱਲ ਹੈ ਉਹ ਤਾਂ ਇਹੀ ਹੈ ਕਿ ਭਾਈ ਜੇ ਡੈਮੋਕਰੇਸੀ ਹੈ ਸਹੀ ਤਰੀਕੇ ਨਾਲ ਡੈਮੋਕਰੇਟਿਕ ਢੰਗ ਨਾਲ ਚੱਲੇ ਤੇ ਜਾਂ ਬਿਲਕੁਲ ਇਹ ਗੱਲ ਡਾਕਟਰ ਬਰਾੜ ਦੀ ਬਿਲਕੁਲ ਠੀਕ ਹੈ, ਜੇ ਇੱਕ ਸ਼ਬਦ ਜੇ ਜਿਹੜੀ ਸੇਖ ਹਸੀਨਾ ਇਹ ਐਜੀਟੇਟਰਸ ਬਾਰੇ ਇਸ ਤਰ੍ਹਾਂ ਦੇ ਨਾ ਬੋਲਦੀ, ਇਹਨਾਂ ਨੂੰ ਟੈਰਿਸਟ ਨਾ ਦੱਸਦੀ, ਇਹਨਾਂ ਨੂੰ ਵਿਦਿਆਰਥੀ ਕਹਿੰਦੀ ਵੀ ਇਹ ਵਿਦਿਆਰਥੀ ਦੀ, ਜਾਂ ਵਿਦਿਆਰਥੀਆਂ ਨੂੰ ਫੜ ਕੇ ਧੱਕੇ ਨਾਲ ਵੀਡੀਓ ਨਾ ਬਣਾਈ ਜਾਂਦੀ ਕਿ ਅਸੀਂ ਵਾਪਸ ਲੈਣੇ ਆ, ਇਹੋ ਜਿਹਾ ਜਿੱਥੇ ਵੀ ਧੱਕਾ ਹੋਊਗਾ। ਅਸੀਂ ਵੀ ਦੇਖਿਆ ਪੰਜਾਬ 'ਚ ਕਿੰਨਾ ਧੱਕਾ ਫੜ ਕੇ ਦੋ ਬੰਦਿਆਂ ਨੂੰ ਕਹੋ ਇਹਨਾਂ ਨੇ ਕਰਾਇਆ ਜੀ ਬੇਅਦਬੀ, ਇਸ ਤਰ੍ਹਾਂ ਦੀਆਂ ਗੱਲਾਂ ਉੱਥੇ ਵੀ ਆਈ ਹੋਇਆ। ਕਿੰਨੇ ਵਿਦਿਆਰਥੀਆਂ ਨੂੰ ਫੜ ਕੇ ਢਾਕਾ ਯੂਨੀਵਰਸਿਟੀ ਦੇ, ਇੱਕ ਲੈਂਗੁਏਜ ਦਾ ਸੀ, ਕਹਿੰਦੇ ਵੀਡੀਓ ਪਾਓ, ਉਹਨਾਂ ਦੇ ਕੁੱਟ ਹਾਲੇ ਤੱਕ ਪਏ ਨੇ ਹਸਪਤਾਲ 'ਚ। ਤੋ ਇਸ ਤਰ੍ਹਾਂ ਦੀ ਜਿੱਥੇ ਵੀ ਧੱਕਾ ਹੋਊਗਾ ਫਿਰ ਉੱਥੇ ਆਹੀ ਹਾਲ ਹੋਊਗਾ ਜੋ ਸ਼ੇਖ ਹਸੀਨਾ ਦਾ ਹੋਇਆ। ਇੱਥੋਂ ਬੜਾ ਕੁਛ ਸਿੱਖਣ ਦੀ ਲੋੜ ਹੈ। ਵੈਸੇ ਜਿਸ ਤਰੀਕੇ ਨਾਲ ਇਹ ਹੋਇਆ ਮਸਲਾ ਖੜਾ ਹੋਇਆ, ਜਿਸ ਤਰ੍ਹਾਂ ਦਾ ਸਾਡਾ ਅੱਜ ਟਾਈਟਲ ਹੈ, ਉੱਥੇ ਦਾ ਸਿਆਸੀ ਘਮਸਾਨ ਹਿੰਦੁਸਤਾਨ ਨੂੰ ਸੱਚਮੁੱਚ ਹੀ ਬਹੁਤ ਸਾਵਧਾਨ ਕਰਦਾ ਤੇ ਸਾਨੂੰ ਸਾਵਧਾਨ ਰਹਿਣਾ ਚਾਹੀਦਾ। ਮੈਨੂੰ ਪੂਰਨ ਆਸ ਹੈ ਕਿ ਦੇਸ਼ ਸਾਵਧਾਨ ਰਹੂਗਾ ਔਰ ਅਸੀਂ ਇਸ ਸਮੱਸਿਆ ਤੋਂ ਵੀ ਪਾਰ ਲੰਘਾਂਗੇ। ਡਾਕਟਰ ਕੇਰ ਸਿੰਘ ਜੀ, ਜਸਪ੍ਰੀਤ ਸਿੰਘ ਨਰਵਾਲ ਸਾਹਿਬ, ਚੇਤਨ ਮੋਹਨ ਜੋਸ਼ੀ ਜੀ ਔਰ ਡਾਕਟਰ ਜਿੰਦਰਪਾਲ ਬਰਾੜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ ਆਪਣੀ ਗੱਲ ਸਾਡੇ ਦਰਸ਼ਕਾਂ ਸਾਹਮਣੇ ਰੱਖੀ। ਪਿਆਰੇ ਦਰਸ਼ਕ, ਤੁਹਾਡਾ ਵੀ ਧੰਨਵਾਦ। ਕੱਲ੍ਹ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀ ਸ਼ੋਅ 'ਚ ਕਰਦੇ ਹਾਂ ਮੁਲਾਕਾਤ। ਬਹੁਤ ਬਹੁਤ ਸ਼ੁਕਰੀਆ। ਚਰਚਾ ਸਤਿ ਸ੍ਰੀ ਅਕਾਲ ਜੀ।
ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਕੁਛ ਬੰਗਲਾਦੇਸ਼ ਦੇ ਵਿੱਚ ਹੋ ਰਿਹਾ, ਜਿਸ ਕਿਸਮ ਦੀ ਉੱਥੇ ਹਿੰਸਾ ਹੋ ਰਹੀ ਹੈ, ਤੇ ਖਾਸ ਤੌਰ ਤੇ ਹੁਣ ਹਿੰਦੂਆਂ ਦੇ ਘਰਾਂ ਤੇ ਦੁਕਾਨਾਂ ਤੇ ਹਮਲੇ ਹੋ ਰਹੇ ਨੇ, ਮੰਦਰਾਂ ਤੇ ਹਮਲੇ ਹੋ ਰਹੇ ਨੇ, ਇਹਦੇ ਨਾਲ ਜ਼ਿਆਦਾ ਕੰਸਰਨ ਹੈ ਸਾਡੇ ਦੇਸ਼ ਦਾ। ਕੀ ਜਿਸ ਤਰੀਕੇ ਨਾਲ ਉੱਥੇ ਵੱਡੀ ਗਿਣਤੀ 'ਚ 6% ਲੋਕ ਹਿੰਦੂ ਜਿਹੜੇ ਨੇ, 1 ਕਰੋੜ ਦੇ ਕਰੀਬ ਜਿਹੜੇ ਵੱਸਦੇ ਨੇ, ਉਹ ਸੱਚਮੁੱਚੀ ਕਾਫੀ ਡਰੇ ਹੋਏ ਨੇ, ਸਹਿਮੇ ਹੋਏ ਨੇ, ਉਹਨਾਂ ਤੇ ਹਮਲੇ ਹੋ ਰਹੇ ਨੇ। ਪਰ ਦਰਸ਼ਕੋ, ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ, ਇਹਦੇ 2-3 ਹਿੱਸੇ ਹੋਣਗੇ। ਇੱਕ ਤਾਂ ਜੋ ਕੁਛ ਉੱਥੇ ਹੋਇਆ ਤੁਹਾਨੂੰ ਪਤਾ ਹੀ ਹੋਗਾ, ਤਖਤਾ ਪਲਟ ਹੋ ਗਿਆ, ਸਿੱਖ ਹਸੀਨਾ ਜਿਹੜੀ ਹੈ ਉਹ ਹੁਣ ਹਿੰਦੁਸਤਾਨ ਦੇ ਜਿਹੜਾ ਗਾਜ਼ੀਆਬਾਦ ਦਾ ਹਿਡਨ ਏਅਰਬੇਸ ਆ, ਹਾਲੇ ਉੱਥੇ ਬੈਠੀ ਹੈ। ਕਿਸੇ ਵੀ ਦੇਸ਼ ਨੇ ਅਜੇ ਸਿੱਖ ਹਸੀਨਾ ਨੂੰ ਸ਼ਰਨ ਨਹੀਂ ਦਿੱਤੀ। ਉਹਦੇ ਵੀ ਕਈ ਕਾਰਨ ਨੇ। ਅੱਜ ਕੱਲ੍ਹ ਜਿਵੇਂ ਇੰਗਲੈਂਡ ਦੇ ਵਿੱਚ ਚੱਲ ਰਿਹਾ, ਉੱਥੇ ਵੀ ਇੱਕ ਕਿਸਮ ਦੀ ਜਾਤੀ ਹਿੰਸਾ ਹੈ, ਤਾਂ ਉਹ ਉੱਥੇ ਵੀ ਉਹਨੂੰ ਹਾਲੇ ਤੱਕ ਨਹੀਂ ਹਰੀ ਝੰਡੀ ਮਿਲੀ, ਤੇ ਪਤਾ ਇਹ ਲੱਗਿਆ ਕਿ ਹੱਥ ਦੀ ਘੜੀ ਉਹ ਹਿੰਦੁਸਤਾਨ 'ਚ ਹੀ ਰਹਿਣਗੇ ਜਦੋਂ ਕਿਤੇ ਹੋਰ ਨਹੀਂ ਮਿਲਦੀ ਸਰ। ਲੇਕਿਨ ਇਹ ਸਾਰਾ ਹੋਇਆ ਕਿਵੇਂ? ਇਹ 2 ਮਹੀਨੇ ਤੋਂ ਅਸਲ ਸ਼ੁਰੂ ਹੋਇਆ, ਜਦੋਂ ਰੈਜ਼ਰਵੇਸ਼ਨ ਵਿਰੋਧੀ ਸਟੂਡੈਂਟਸ ਨੇ ਇੱਕ ਐਜੀਟੇਸ਼ਨ ਸ਼ੁਰੂ ਕੀਤੀ, ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਹ ਸਾਰੀ ਗੱਲਬਾਤ ਹੋਈ ਹੈ। 56% ਰੈਜ਼ਰਵੇਸ਼ਨ ਦਾ ਵਿਰੋਧ ਸੀ ਅਸਲ ਦੇ ਵਿੱਚ ਇਹ ਸਾਰੀ ਗੱਲ ਜਦੋਂ ਹੋਈ, ਤੇ 200 ਲੋਕ ਇਹਦੇ 'ਚ ਮਾਰੇ ਗਏ ਸੀ, ਹਾਲਾਂਕਿ ਵਾਪਸ ਲੈ ਲਿਆ ਸੀ, ਸੁਪਰੀਮ ਕੋਰਟ ਦਾ ਹੁਕਮ ਆ ਗਿਆ ਸੀ। ਲੇਕਿਨ ਜਿਸ ਤਰੀਕੇ ਦੇ ਨਾਲ ਸ਼ੇਖ ਹਸੀਨਾ ਨੇ ਕਹਿੰਦੇ ਨੇ ਕਿ ਜਿਹੜੇ ਐਜੀਟੇਟਰਸ ਨੇ ਉਹਨੂੰ ਇਰੀਟੇਟ ਕੀਤਾ, ਇਹ ਕਹਿ ਕੇ ਇਹ ਤਾਂ ਇਹ ਸਟੂਡੈਂਟਸ ਹੀ ਨਹੀਂ ਹੈਗੇ, ਇਹ ਕੋਈ ਹੋਰ ਹੀ ਫੋਰਸਿਸ ਕੰਮ ਕਰਦੀਆਂ ਨੇ, ਇਸ ਕਰਕੇ ਉਹ ਜਿਹੜਾ ਹੈ ਉਹਨਾਂ ਨੇ ਸ਼ੇਖ ਹਸੀਨਾ ਨੂੰ ਹਟਾਉਣ ਦੇ ਲਈ ਐਜੀਟੇਸ਼ਨ ਸ਼ੁਰੂ ਕਰ ਲਈ। ਨਾਮ ਮਿਲਵਰਤਨ ਲਹਿਰ ਦੀ ਗੱਲ ਉੱਥੇ ਚੱਲ ਪਈ ਸੀ। ਇਸ ਸਾਰੇ ਹਾਲਾਤ ਦੇ ਵਿੱਚ ਮਿਲਟ 200-300 ਬੰਦਿਆਂ ਦੇ ਮਰਨ ਦੀ ਖ਼ਬਰ ਹੁਣ ਤੱਕ ਹੈ। ਜਦੋਂ ਆਹ ਦੂਜਾ ਐਜੀਟੇਸ਼ਨ ਸ਼ੁਰੂ ਹੋਇਆ, ਪਹਿਲੇ ਦਿਨ ਹੀ 15 ਪੁਲਿਸ ਵਾਲੇ ਫਟ ਫਟ ਕੁੱਟ ਕੁੱਟ ਕੇ ਮਾਰਦੇ ਸੀ। ਤੋ ਇਸ ਤਰ੍ਹਾਂ ਹੁਣ ਤਾਂ ਜਿੱਥੇ ਇੰਨੀ ਹਿੰਸਾ ਚੱਲ ਰਹੀ ਹੈ ਕਿ ਉੱਥੇ ਕੁਛ ਲੁੱਟਿਆ ਜਾ ਰਿਹਾ, ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਲੋਕ ਵੜ ਗਏ ਨੇ। ਜਦੋਂ ਤਖਤਾ ਪਲਟ ਹੋਇਆ, ਜਦੋਂ ਇਹ ਮਿਲਟਰੀ ਨੇ ਕਿਹਾ ਵੀ ਤੁਸੀਂ ਬਾਹਰ ਜਾਓ, ਸ਼ੇਖ ਹਸੀਨਾ ਆ ਗਈ, ਕਹਿੰਦੇ 45 ਮਿੰਟ ਦਿੱਤੇ ਸੀ, 45 ਮਿੰਟ ਦੇ ਵਿੱਚ ਸ਼ੇਖ ਹਸੀਨਾ ਜਿਹੜੀ ਹੈ ਉਹਨਾਂ ਨੇ ਭਾਰਤ ਜਾ ਕੇ ਸ਼ਰਨ ਲੈ ਲਈ। ਤੇ ਉਦੋਂ ਬਾਅਦ ਢਾਕੇ ਦੀਆਂ ਗਲੀਆਂ ਦੇ ਵਿੱਚ, ਢਾਕੇ ਦੀ ਸੜਕ ਤੇ ਕਹਿੰਦੇ 4 ਲੱਖ ਲੋਕ ਦੇਖੇ ਗਏ, ਤੇ ਹੱਥ 'ਚ ਡਾਂਗਾਂ ਨੇ, ਜਿਹਨੂੰ ਜੋ ਮਿਲਿਆ ਲੁੱਟ ਰਿਹਾ। ਔਰ ਹੁਣ ਤਾਂ ਇੱਕ ਖ਼ਬਰ ਇਹ ਵੀ ਆਈ ਹੈ, ਅਵਾਮੀ ਲੀਗ ਦੇ ਮੰਤਰੀ ਦਾ ਘਰ ਤਾਂ ਸਾੜਨਾ ਸੀ, ਇੱਕ ਬੰਦੇ ਨੂੰ ਅਵਾਮੀ ਲੀਗ ਦੇ ਲੀਡਰ ਨੂੰ ਜਿਉਂਦੇ ਸਾੜਤਾ। ਇਹ ਕੀ ਸਟੂਡੈਂਟਸ ਹੀ ਕਰ ਰਹੇ ਨੇ? ਇਹ ਵੀ ਇੱਕ ਸਵਾਲ ਉੱਠ ਕੱਢਿਆ ਕਿ ਕੋਈ ਹੋਰ ISI ਕਰ ਰਹੀ ਹੈ, ਜਮਾਤੇ ਇਸਲਾਮੀ ਦਾ ਨਾਮ ਆ ਰਿਹਾ, ਇਹੋ ਜਿਹਾ ਕੁਛ ਵੀ ਉੱਥੇ ਚੱਲ ਰਿਹਾ। ਵੈਸੇ ਇਹਨੂੰ ਸਮਝਣ ਲਈ ਜੇ ਆਪਾਂ ਦੇਖੀਏ, 1971 ਤੋਂ ਆਪਾਂ ਜੇ ਗੱਲ ਸ਼ੁਰੂ ਕਰੀਏ, ਤੇ ਜਦੋਂ ਪਾਕਿਸਤਾਨ ਹਾਲੇ ਬਣਿਆ ਨਹੀਂ ਸੀ, ਪੂਰਬੀ ਪਾਕਿਸਤਾਨ ਹੁੰਦਾ ਸੀ, ਬੰਗਲਾਦੇਸ਼ ਨਹੀਂ ਬਣਿਆ ਸੀ, ਉਸ ਵੇਲੇ ਸ਼ੇਖ ਮੁਜੀਬੁਰ ਰਹਿਮਾਨ ਜਿਹੜਾ ਕਿ ਇਹਨਾਂ ਦਾ ਪਿਤਾ ਸੀ, ਉਹਦੀ ਅਗਵਾਈ ਦੇ ਵਿੱਚ ਜਿਹੜੀ ਲੜਾਈ ਲੜੀ ਗਈ, ਤੇ ਉਸ ਤੋਂ ਬਾਅਦ ਉਹਨਾਂ ਦੀ ਸਰਕਾਰ ਬਣੀ, ਪਰ ਜ਼ਿਆਦਾ ਚਿਰ ਨਹੀਂ ਚੱਲੀ ਸੀ। 75 ਦੇ ਵਿੱਚ ਕੂਪ ਹੋ ਗਿਆ, ਮਿਲਟਰੀ ਕੂਪ ਹੋ ਗਿਆ, ਉਹਦੇ ਪਰਿਵਾਰ ਲਗਭਗ ਸਾਰਾ ਮਾਰਿਆ ਗਿਆ, 3 ਮੁੰਡੇ ਮਾਰੇ ਗਏ, ਸਾਰਾ ਪਰਿਵਾਰ, ਇਹ 2 ਭੈਣਾਂ ਬੱਚੀਆਂ ਸੀ ਕਿਉਂਕਿ ਉਹ ਵਿਦੇਸ਼ ਦੇ ਵਿੱਚ ਸੀ।
ਕੇ ਸ਼ੇਖ ਹਸੀਨਾ ਜਦੋਂ ਵਾਪਸ ਜਾਂਦੀ ਹੈ, ਇਹ 86 ਵਾਪਸ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਅਵਾਮੀ ਲੀਗ ਦੀ ਲੀਡਰ ਬਣਦੀ ਹੈ ਔਰ ਪਹਿਲੀ ਵਾਰ ਇਹ 23 ਜੂਨ 1996 ਵਿੱਚ ਪ੍ਰਧਾਨ ਮੰਤਰੀ ਬਣਦੀ ਹੈ। ਫਿਰ 2001 ਤੋਂ ਲੈ ਕੇ 2009 ਤੱਕ ਵਿਰੋਧੀ ਧਿਰ ਦੇ ਨੇਤਾ ਬਣਦੀ ਹੈ। ਫਿਰ 6 ਜਨਵਰੀ 2009 ਦੇ ਵਿੱਚ ਦੂਸਰੀ ਵਾਰ ਪ੍ਰਧਾਨ ਮੰਤਰੀ, 14 ਚ ਤੀਸਰੀ ਵਾਰ, 19 ਚ ਚੌਥੀ ਵਾਰ, ਹੁਣ 5ਵੀਂ ਵਾਰ ਪ੍ਰਧਾਨ ਮੰਤਰੀ ਬਣੀ। ਲੇਕਿਨ ਇਹ ਹੌਲੀ ਹੌਲੀ ਇਹਦੇ ਚ ਬੜੀ ਚੇਂਜ ਆਈ, ਇਹਨੇ ਬੜੀ ਸਖਤੀ ਦਿਖਾਈ। ਇਹਨੂੰ ਤਾਨਾਸ਼ਾਹ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਲੋਕ ਜਾਣਦੇ ਸੀ। ਲੋਕਾਂ ਦੀਆਂ ਭਾਵਨਾਵਾਂ ਦੀ ਬਜਾਏ ਹੌਲੀ ਹੌਲੀ ਇੰਨੀ ਜਕੜ ਮਜ਼ਬੂਤ ਕਰ ਲਈ ਸੰਸਥਾਵਾਂ ਤੇ ਮੀਡੀਆ ਤੇ, ਮਤਲਬ ਇੱਕ ਕਿਸਮ ਦੀ ਡਿਕਟੇਟਰਸ਼ਿਪ ਵਾਲੀ ਜਿਹੜੀ ਗੱਲ ਉਹ ਵੀ ਇਹਦੇ ਚ ਦੇਖਣ ਨੂੰ ਮਿਲੀ। ਤੇ ਹੁਣ ਜਦੋਂ ਇਹ ਰੈਜ਼ਰਵੇਸ਼ਨ ਦਾ ਚੱਲਿਆ ਦੌਰ, ਜਿਹੜਾ ਐਜੀਟੇਸ਼ਨ, ਉਦੋਂ ਬਾਅਦ ਤੁਸੀਂ ਦੇਖਿਆ ਕਿ ਇਹ ਇਹਨੂੰ ਬਾਹਰ ਆਉਣਾ ਪਿਆ। ਯਾਨੀ ਇਹ ਐਜੀਟੇਸ਼ਨ ਮਿਲਟਰੀ ਐਜੀਟੇਸ਼ਨ ਜਾਂ ਕੂਪ ਨਹੀਂ ਸੀ, ਇਹ ਜਿਹੜੇ ਵਿਦਿਆਰਥੀਆਂ ਨੇ, ਸ਼ੁਰੂਆਤ ਤਾਂ ਵਿਦਿਆਰਥੀਆਂ ਨੇ ਕੀਤੀ, ਪਿੱਛੋਂ ਪੋਲੀਟੀਕਲ ਪਾਰਟੀ ਜਾਂ ਹੋਰ ਜਿਹੜੇ ਲੋਕ ਨੇ ਉਹਦੇ ਚ ਸ਼ਾਮਿਲ, ਅਕਸਰ ਇਸ ਤਰ੍ਹਾਂ ਹੀ ਹੁੰਦਾ ਜਿਹੜਾ ਹੈ, ਹੋ ਗਏ ਸੀ। ਹੁਣ ਜਿਹੜੇ ਹਾਲਾਤ ਬਣੇ ਨੇ ਉਹਦੇ ਚ ਨੈਸ਼ਨਲਿਸਟ ਪਾਰਟੀ ਹੈ ਜਿਹਦੀ ਖਾਲਦ ਜੀ ਆ, ਉਹ ਬਾਹਰ ਆ ਰਹੀ ਹੈ, ਉਹਨੂੰ ਕਹਿੰਦੇ ਕਿ ਰਿਹਾਇਸ਼ ਦੇ ਹੁਕਮ ਹੋ ਗਏ ਸੀ ਤੇ ਹੁਣ ਅੰਤਰਿਮ ਸਰਕਾਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਕਦੋਂ ਬਣਦੀ ਹੈ, 1-2 ਦਿਨਾਂ ਦੇ ਵਿੱਚ, ਇਹ ਸਾਰੀ ਗੱਲਬਾਤ ਜਿਹੜੀ ਚੱਲ ਰਹੀ ਹੈ। ਇਸ ਸਾਰੇ ਹਾਲਾਤ ਚ ਹਿੰਸਾ ਫੈਲੀ ਹੋਈ ਹੈ, ਜਿਹੜੀ ਸ਼ੇਖ ਹਸੀਨਾ ਹਿੰਦੁਸਤਾਨ ਚ ਬੈਠੀ ਹੈ ਤੇ ਅੰਤਰਿਮ ਸਰਕਾਰ ਜਿਹੜੀ ਹੈ ਬਣ ਰਹੀ ਹੈ, ਕਰਫਿਊ ਲੱਗਿਆ ਹੋਇਆ ਹੈ। ਇਸ ਹਾਲਾਤ ਚ ਅਸੀਂ ਇੱਥੇ ਚਰਚਾ ਕਰਨੀ ਹੈ ਕਿ ਕਿੰਨਾ ਕੁ ਅਸੀਂ ਸਾਵਧਾਨ ਹਾਂ ਤੇ ਕੀ ਸਾਡੇ ਹਿੰਦੁਸਤਾਨ ਤੇ ਅਸਰ ਪਊ, ਹਿੰਦੂ ਜਿਹੜੇ ਟਾਰਗੇਟ ਹੋ ਰਹੇ ਨੇ ਉਹਨਾਂ ਤੇ ਕੀ ਅਸਰ ਪਊ। ਜਿਹੜੀ 4000 ਕਿਲੋਮੀਟਰ ਲੰਬੀ ਸਰਹੱਦ ਹੈ ਬੰਗਾਲ, ਤ੍ਰਿਪੁਰਾ, ਆਸਾਮ, ਇਹ ਸਰਹੱਦ ਤੇ ਕਿਵੇਂ ਨਿਗਾਹ ਰੱਖੀ ਜਾਊ। ਹਾਲਾਂਕਿ ਕਿਹਾ ਕਿ BSF ਬੜੀ ਬਸਤੈਦੀ ਨਾਲ ਉੱਥੇ ਕਰ ਰਹੀ ਹੈ ਕਿ ਲੋਕ ਇੱਧਰ ਨੂੰ ਨਾ ਆਉਣ। ਇਸ ਸਾਰੀ ਗੱਲਬਾਤ ਤੇ ਆਪਾਂ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਜਿਹੜੇ ਮਹਿਮਾਨ ਜੁੜੇ ਨੇ ਉਹਨਾਂ ਦੇ ਵਿੱਚ ਸਾਡੇ ਨਾਲ ਸ਼ਾਮਿਲ ਨੇ ਭਾਰਤੀ ਜਨਤਾ ਪਾਰਟੀ ਤੋਂ ਚੇਤਨ ਮੋਹਨ ਜੋਸ਼ੀ ਸਾਹਿਬ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਤੇ ਕਾਂਗਰਸ ਪਾਰਟੀ ਵੱਲੋਂ ਸਾਡੇ ਨਾਲ ਜਸਪ੍ਰੀਤ ਸਿੰਘ ਨਰਵਾਲ ਸਾਹਿਬ ਨੇ, ਔਰ ਦੋ ਸਾਡੇ ਕੋਲ ਜਿਹੜੇ ਨਿਰਪੱਖ ਟਿੱਪਣੀਕਾਰ ਨੇ, ਡਾਕਟਰ ਕੇਰ ਸਿੰਘ, ਸਿਆਸੀ ਮਾਹਰ ਸਾਡੇ ਪੰਜਾਬ ਦੇ ਵੱਡੇ ਮਾਹਰ, ਤੇ ਨਾਲ ਡਾਕਟਰ ਰਜਿੰਦਰਪਾਲ ਸਿੰਘ ਬਰਾੜ, ਜਿਹੜੇ ਚਿੰਤਕ ਨੇ, ਲੇਖਕ ਨੇ, ਆਲੋਚਕ ਨੇ, ਪੰਜਾਬੀ ਯੂਨੀਵਰਸਿਟੀ ਤੋਂ ਡੀਨ ਦੇ ਤੌਰ ਤੇ ਰਿਟਾਇਰ ਹੋਏ ਨੇ। ਤੁਹਾਡੇ ਸਭ ਦਾ ਬਹੁਤ ਬਹੁਤ ਸਵਾਗਤ। ਡਾਕਟਰ ਕੇਰ ਸਿੰਘ ਜੀ, ਤੁਹਾਡੀ ਟਿੱਪਣੀ ਨਾਲ ਗੱਲ ਸ਼ੁਰੂ ਕਰਦੇ ਹਾਂ ਕਿ ਹਾਲਾਤ ਕਿਵੇਂ ਬਣੇ ਨੇ, ਤੇ ਅਸੀਂ ਜ਼ਿਆਦਾ ਜਿਹੜਾ ਸਾਡਾ ਦਿਲਚਸਪੀ ਹੈ ਕਿ ਦੇਸ਼ ਦੇ ਵਿੱਚ ਜਾਂ ਜਿਸ ਤਰ੍ਹਾਂ ਦੀ ਇਹਦੀ ਆਪਣੀ ਅਖੀਰਲੇ ਕੁਛ ਟਰਮ ਦੇ ਵਿੱਚ, ਜਿਵੇਂ ਇਸ ਵਾਰ ਜਿੱਤੀ ਸ਼ੇਖ ਹਸੀਨਾ, ਜਿਸ ਤਰ੍ਹਾਂ ਇਹ ਲੱਗਿਆ ਕਿ ਹੇਰਾਫੇਰੀ ਹੋਈ ਚੋਣ ਦੇ ਵਿੱਚ, ਕੱਲਾ ਇਹ ਰੈਜ਼ਰਵੇਸ਼ਨ ਦਾ ਬਹਾਨਾ ਹੈ, ਬਹੁਤ ਲੋਕਾਂ ਦੇ ਵਿੱਚ ਬੇਚੈਨੀ ਸੀ ਉਹ ਸਾਹਮਣੇ ਆਈ, ਇਹ ਸਾਰੀਆਂ ਗੱਲਾਂ ਕਿਸ ਤਰ੍ਹਾਂ ਦੇ ਇਸ਼ਾਰੇ ਕਰਦੀਆਂ ਨੇ, ਭਾਰਤ ਦੇ ਅਸਰ ਨੂੰ ਦੇਖਣ ਲਈ ਆਪਾਂ ਕੋਸ਼ਿਸ਼ ਕਰੀਏ। ਡਾਕਟਰ ਕੇਰ ਸਿੰਘ ਜੀ, ਵਾਲੀਆ ਸਾਹਿਬ, ਇਹ ਮਸਲਾ ਭਾਰਤ ਵਾਸਤੇ ਬਹੁਤ ਹੀ ਮਹੱਤਵਪੂਰਨ ਹੈ। ਤੁਸੀਂ ਆਪਣੀ ਭੂਮਿਕਾ 'ਚ ਬਿਲਕੁਲ ਠੀਕ ਢੰਗ ਨਾਲ ਵਿਆਖਿਆ ਕਰ ਦਿੱਤੀ ਹੈ ਇਹਦਾ ਪਿਛੋਕੜ ਕੀ ਸੀਗਾ, ਔਰ ਉੱਥੋਂ ਦੀ ਜਿਹੜੀ ਸਥਾਨਕ ਰਾਜਨੀਤੀ ਸੀ ਬੰਗਲਾਦੇਸ਼ ਦੀ, ਜਿਸ ਢੰਗ ਨਾਲ ਸ਼ੇਖ ਹਸੀਨਾ ਨੇ ਆਪਣੀ ਰਾਜਨੀਤੀ ਚਲਾਈ ਜਾਂ ਸ਼ਾਸਨ ਚਲਾਇਆ,
ਉਹ ਕੋਈ ਹਰਮਨ ਪਿਆਰੇ ਨਹੀਂ ਸੀ। ਲੰਬਾ ਸਮਾਂ ਉਹ ਪ੍ਰਾਈਮ ਮਿਨਿਸਟਰ ਉੱਥੇ ਰਹੇ ਔਰ ਉਹਨਾਂ ਦੇ ਵਿਰੋਧੀ ਭਾਵਨਾਵਾਂ ਜਿਹੜੀਆਂ ਉਹ ਬਹੁਤ ਮਜ਼ਬੂਤ ਸੀ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਕਿ ਪਿਛਲੀ ਇਲੈਕਸ਼ਨ ਜਿਹੜੀ ਹੋਈ ਆ ਉਹਦੇ ਵਿੱਚ ਨਿਰਪੱਖਤਾ ਅਤੇ ਕਿੰਤੂ ਪ੍ਰੰਤੂ ਵੀ ਲੱਗੇ ਸੀਗੇ ਅਤੇ ਉਹ ਉਹਨਾਂ ਦਾ ਸਟਾਈਲ ਆਫ ਫੰਕਸ਼ਨਿੰਗ ਜਿਹੜਾ ਡਿਕਟੇਟੋਰੀਅਲ ਸੀ ਅਤੇ ਕਾਫੀ ਲੋਕ ਉਹਨਾਂ ਦੇ ਨਾਲ ਨਾਰਾਜ਼ ਸੀਗੇ। ਕਿਹਾ ਇਹ ਜਾਏ ਕਿ ਅੰਦਰੂਨੀ ਹਾਲਾਤ ਉੱਥੇ ਇਹੋ ਜਿਹੇ ਸੀ, ਵਿਸਫੋਟਕ ਸੀ ਅਤੇ ਸਿਰਫ ਚਿੰਗਾਰੀ ਦੀ ਲੋੜ ਸੀ। ਉਹ ਕੋਈ ਨਾ ਕੋਈ ਫੌਰੀ ਮੁੱਦਾ ਖੜਾ ਹੋ ਗਿਆ, ਜਿਹਨੂੰ ਆਪਾਂ ਰੈਜ਼ਰਵੇਸ਼ਨ ਦਾ ਕਹਿੰਦੇ ਹੈਗੇ ਹਾਂ, ਉਹ ਮੁੱਦਾ ਖੜਾ ਹੋ ਗਿਆ। ਪਰ ਤਾਕਤਾਂ ਪਹਿਲਾਂ ਹੀ ਉਹਨਾਂ ਦੇ ਖਿਲਾਫ ਬਹੁਤ ਜਥੇਬੰਦ ਤਾਕਤਾਂ ਜਿਹੜੀਆਂ ਹੈ ਉਹ ਉਹਨਾਂ ਦੇ ਖਿਲਾਫ ਬਹੁਤ ਤਿਆਰ ਸੀਗੀਆਂ ਕਿ ਇਹਨਾਂ ਨੂੰ ਡਿਸਲੋਜ ਕਰਨਾ, ਇਹਨਾਂ ਦੇ ਖਿਲਾਫ ਕਰਨਾ। ਔਰ ਉੱਥੋਂ ਦੀ ਜਿਹੜੀ ਆਫਟਰ ਅਲਟੀਮੇਟਲੀ ਪੁਲਿਸ ਔਰ ਫੌਜ ਜਿਹੜੀ ਹੈਗੀ ਹੈ ਉਹਨਾਂ ਦੇ ਵਿੱਚ ਵੀ ਬਦਅਮਨੀ ਆ ਗਈ ਸੀ। ਉਹ ਵੀ ਕੋਈ ਬਹੁਤੇ ਖੁਸ਼ ਨਹੀਂ ਸੀ ਇਹਨਾਂ ਦੀ ਰਾਜਨੀਤੀ ਤੋਂ। ਇਸੇ ਕਰਕੇ ਹੋਇਆ ਕਿ ਉਹ ਕੰਟਰੋਲ ਨਹੀਂ ਕਰ ਸਕੇ। ਇਹ ਤਾਂ ਉਹਨਾਂ ਦੀ ਅੰਦਰੂਨੀ ਮਸਲਾ ਹੈ ਜਿਹੜਾ ਤੁਸੀਂ ਦੱਸਿਆ ਉਹ ਠੀਕ ਹੈ, ਇੱਕ ਪੱਖ ਹੋ ਗਿਆ। ਹਿੰਦੁਸਤਾਨ ਵਾਸਤੇ ਵਾਲੀਆ ਸਾਹਿਬ ਬਹੁਤ ਹੀ ਮਹੱਤਵਪੂਰਨ ਹੈ ਉੱਥੋਂ ਦੀਆਂ ਡਿਵੈਲਪਮੈਂਟਸ। ਉਹ ਦੋ ਤਿੰਨ ਕਾਰਨਾਂ ਕਰਕੇ, ਇੱਕ ਤਾਂ ਹੈ ਕਿ ਜੀਓਗ੍ਰਾਫਿਕਲ ਲੋਕੇਸ਼ਨ ਜਿਹੜੀ ਆ ਨਾ, ਇਹ ਭੂਗੋਲਿਕ ਸਥਿਤੀ ਇਸ ਦੇਸ਼ ਦੀ ਉਹ ਬੜੀ ਮਹੱਤਵਪੂਰਨ ਹੈ ਹਿੰਦੁਸਤਾਨ ਵਾਸਤੇ ਕਿ ਤੁਹਾਨੂੰ ਪਤਾ ਹੈ ਕਿ ਇਹ ਸਾਰੇ ਇਹਦੇ ਚਾਰੇ ਪਾਸੇ ਤਾਂ ਇੰਡੀਆ ਹੀ ਆ ਨਾ ਜੀ। ਇੱਧਰੋਂ ਆਪਾਂ ਕਹਿ ਦਈਏ ਕਿ ਬੰਗਾਲ ਆ ਗਿਆ ਥੱਲੇ ਅਤੇ ਇੱਧਰੋਂ ਨਾਲ ਉੱਧਰੋਂ ਚਲੋ ਮਿਆਂਮਾਰ ਆ ਗਿਆ ਈਸਟ ਵਾਲੇ ਪਾਸੇ ਅਤੇ ਬਾਕੀ ਸਾਰਾ ਹੀ ਨਾਰਥ ਦਾ ਹਿੱਸਾ ਅਤੇ ਇੱਧਰੋਂ ਵੈਸਟ ਦਾ ਜਿਹੜਾ ਹੈ ਉਹ ਹਿੰਦੁਸਤਾਨ ਹੈ। ਅੱਜ ਨੂੰ ਆਪਾਂ ਨਾਰਥ ਈਸਟਰਨ ਸਟੇਟਸ ਕਹਿੰਦੇ ਹਾਂ ਨਾ ਜੀ, ਉਹ ਵੀ ਇਹਨਾਂ ਦੇ ਨਾਲ ਲੱਗਦੀਆਂ। ਬੰਗਾਲ 'ਚੋਂ ਵੀ ਕੱਟ ਕੇ ਬਣਿਆ ਹੋਇਆ ਸੀ ਨਾ ਜੀ ਈਸਟ ਪਾਕਿਸਤਾਨ, ਜਿਹੜਾ ਬੰਗਾਲ ਦਾ ਹਿੱਸਾ ਨਾ, ਬੰਗਾਲ ਦੀ ਡਿਵੀਜ਼ਨ ਕਰਕੇ ਕੀਤਾ ਗਿਆ ਸੀਗਾ। ਸੋ ਬੰਗਾਲ ਇੱਕ ਪਾਸੇ ਹਿੰਦੁਸਤਾਨ ਵਾਲਾ ਬੰਗਾਲ ਹੋ ਗਿਆ, ਵੈਸਟ ਬੰਗਾਲ ਜਿਹੜਾ ਹੁੰਦਾ ਸੀ ਆਪਣਾ ਹੁਣ ਹੈਗਾ ਅਤੇ ਇਹ ਈਸਟ ਬੰਗਾਲ ਵਾਲਾ ਹਿੱਸਾ ਜਿਹੜਾ ਇਹ ਬਣ ਗਿਆ ਸੀ ਬਾਂਗਲਾਦੇਸ਼। ਹੁਣ ਇਹਦੇ ਨਾਲ ਜਿਹੜੀਆਂ ਉੱਪਰੋਂ ਸਟੇਟਸ ਜਿਨ੍ਹਾਂ ਨੂੰ ਸੈਵਨ ਸਿਸਟਰਸ ਵੀ ਕਿਹਾ ਜਾਂਦਾ ਉਹ ਵੀ ਨਾਲ ਲੱਗਦੀਆਂ ਹੈਗੀਆਂ ਔਰ ਇੱਧਰੋਂ ਆਪਣਾ ਭਾਰਤ ਦਾ ਦੂਸਰਾ ਹਿੱਸਾ ਆ ਗਿਆ। ਸੋ ਇਹਦੀ ਲੋਕੇਸ਼ਨ ਹਿੰਦੁਸਤਾਨ ਵਾਸਤੇ ਵਾਲੀਆ ਸਾਹਿਬ ਬਹੁਤ ਹੀ ਮਹੱਤਵਪੂਰਨ ਹੈ ਔਰ ਕਾਫੀ ਲੰਬੇ ਸਮੇਂ ਤੋਂ ਹਿੰਦੁਸਤਾਨ ਦੀ ਜਿਹੜੀ ਕੂਟਨੀਤੀ ਹੈ ਉਹ ਹਸੀਨਾ ਦੇ ਹੱਕ ਵਿੱਚ ਹੀ ਭੁਗਤਦੀ ਰਹੀ ਹੈ ਕਿਉਂਕਿ ਇਹ ਲਾਹੇਵੰਦਾ ਸਮਝਿਆ ਜਾਂਦਾ ਸੀਗਾ ਕਿ ਇਹਨਾਂ ਦਾ ਜਿਹੜਾ ਐਟੀਚਿਊਡ ਭਾਰਤ ਪ੍ਰਤੀ ਹੈ ਉਹ ਮਿੱਤਰਾਨਾ ਹੈ, ਦੋਸਤਾਨਾ ਹੈ। ਤੋ ਇਹਦੇ ਕਰਕੇ ਉਹ ਭਾਰਤ ਦੀ ਇਹਨਾਂ ਨੂੰ ਸਪੋਰਟ ਰਹੀ। ਪਰ ਜਿਸ ਕਿਸਮ ਦੇ ਅੰਤਰਰਾਸ਼ਟਰੀ ਹਾਲਾਤ ਹਨ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਪਾਕਿਸਤਾਨ ਵੀ ਹੈ, ਚੀਨ ਵੀ ਹੈਗਾ ਹੈ ਅਤੇ ਨਾਲ ਮਿਆਂਮਾਰ ਵੀ ਪਿਆ ਹੋਇਆ ਅਤੇ ਬਾਕੀ ਜਿਹੜੀਆਂ ਇਹ ਅੰਤਰਰਾਸ਼ਟਰੀ ਫੋਰਸਿਸ ਹੈਗੀਆਂ ਉਹ ਬੰਗਲਾਦੇਸ਼ ਨੂੰ ਜਿਹੜੇ ਇਹ ਸੰਬੰਧ ਸੀਗੇ ਭਾਰਤ ਨਾਲ ਬੜੇ ਮਜ਼ਬੂਤ ਸੰਬੰਧ, ਉਹਨਾਂ ਨੂੰ ਡੀਸਟੈਬਲਾਈਜ਼ ਕਰਨ ਵਿੱਚ ਸਾਰੀਆਂ ਹੀ ਤਾਕਤਾਂ ਇੰਟਰਸਟਡ ਸੀਗੀਆਂ। ਸੋ ਕਈ ਮਿਲਗੋਭਾ ਜਿਹਾ ਹੈ ਵਾਲੀਆ ਸਾਹਿਬ, ਜਿਹੜੇ ਕਈ ਫੈਕਟਰ ਹੈ ਜਿਨ੍ਹਾਂ ਕਰਕੇ ਇਹ ਵਰਤਾਰਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਹੁਣ ਦੋ ਤਿੰਨ ਗੱਲਾਂ ਜਿਹੜੀਆਂ ਸੂਚਕ ਹਨ ਜੋ ਐਕਟੀਵਿਟੀਜ਼ ਕੀਤੀਆਂ ਗਈਆਂ ਅੰਦੋਲਨਕਾਰੀਆਂ ਵੱਲੋਂ ਵਾਲੀਆ ਸਾਹਿਬ, ਉਹ ਬੜੀਆਂ ਧਿਆਨ ਮੰਗਦੀਆਂ। ਤੁਸੀਂ ਦੇਖੋ ਕਿ ਜਿਸ ਤਰ੍ਹਾਂ ਉਹ ਮੁਜੀਬ ਉਰ ਰਹਿਮਾਨ ਉਹ ਚਿੰਨ੍ਹ ਹਨ
ਉਹ ਬੰਗਲਾਦੇਸ਼ ਦੀ ਆਜ਼ਾਦੀ ਦਾ ਔਰ ਬੰਗਲਾਦੇਸ਼ ਦੀ ਸੱਭਿਅਤਾ ਦਾ ਮੇਰੇ ਮੁਤਾਬਕ ਸਿਆਸਤ ਦੀ ਸੱਭਿਅਤਾ ਦਾ ਚਿੰਨ੍ਹ ਹੈ। ਇਹ ਖਾਸ ਕਿਸਮ ਦੀ ਜਿਹੜੀ ਰਾਜਨੀਤੀ ਦੇ ਉਹ ਪ੍ਰਤੀਨਿਧ ਹਨ ਔਰ ਉਹਨਾਂ ਦੇ ਬੁੱਤ ਨੂੰ ਤੋੜਨਾ, ਉਹਨਾਂ ਨੂੰ ਵੈਂਡਲਿਜ਼ਮ ਕਰਨਾ ਔਰ ਇਹਨਾਂ ਦੇ ਨਾਲ ਜਿਹੜੀਆਂ ਸਾਰੀਆਂ ਹੀ ਉਹ ਸੱਭਿਅਤਾ ਉਹਨਾਂ ਦੇ ਨਾਲ ਵਿਚਾਰ ਨਾਲ ਜੁੜੀਆਂ ਹੋਈਆਂ ਗੱਲਾਂ ਹੈ ਉਹਨਾਂ ਨੂੰ ਟਾਰਗੇਟ ਕਰਨਾ, ਇਹ ਬਹੁਤ ਮਹੱਤਵਪੂਰਨ ਗੱਲ ਹੈ। ਇਹ ਇਸ ਗੱਲ ਦਾ ਸੂਚਕ ਹੈ ਕਿ ਬੰਗਲਾਦੇਸ਼ ਦੇ ਵਿੱਚ ਹੁਣ ਜਿਹੜੀਆਂ ਤਾਕਤਾਂ ਉੱਭਰ ਰਹੀਆਂ ਹੋਈਆਂ ਜਿਨ੍ਹਾਂ ਦੀ ਇਹ ਪ੍ਰਤੀਨਿਧਤਾ ਹੋਣ ਵਾਲੇ ਐਜੀਟੇਸ਼ਨਿਸਟ ਕਰ ਰਹੇ ਹੈ, ਇਹ ਰੈਡੀਕਲਾਈਜੇਸ਼ਨ ਦੇ ਸੂਚਕ ਹਨ। ਰੈਡੀਕਲਾਈਜੇਸ਼ਨ ਯਾਨੀ ਕਿ ਹਿੰਦੁਸਤਾਨ ਦੀ ਇਹ ਬਹੁਤ ਖਤਰਨਾਕ ਰੁਝਾਨ ਉੱਥੇ ਹੋਏਗਾ ਜਦੋਂ ਰੈਡੀਕਲਾਈਜ਼ ਉਹ ਤਾਕਤ ਹੁੰਦੀ ਔਰ ਖਾਸ ਕਰਕੇ ਇਸਲਾਮਿਕ ਰੈਡੀਕਲਾਈਜੇਸ਼ਨ ਜਦੋਂ ਹੁੰਦੀ ਹੈ ਉਹ ਭਾਰਤ ਦੇ ਹਿੱਤ ਵਿੱਚ ਨਹੀਂ ਹੈ ਔਰ ਭਾਰਤ ਨੂੰ ਬਹੁਤ ਹੀ ਧਿਆਨ ਨਾਲ ਚੱਲਣਾ ਪੈਣਾ। ਆਪਣੇ ਤੁਸੀਂ ਦੇਖੋ ਆਲਾ ਦੁਆਲਾ ਪਿਆ ਹੋਇਆ ਹੈ ਕਿ ਪਹਿਲਾਂ ਦੇਖੋ ਇਹ ਜਦੋਂ ਇਸਲਾਮਿਕ ਰੈਡੀਕਲਾਈਜੇਸ਼ਨ ਹੁੰਦੀ ਹੈ ਅਤੇ ਮਾਲਦੀਵ 'ਚ ਵੀ ਆਪਾਂ ਦੇਖ ਲਿਆ ਉਹਦਾ ਅਸਰ ਸੀਗਾ, ਉੱਥੇ ਵੀ ਉਹਦਾ ਅਸਰ ਹੋਇਆ। ਮੁਇਜ਼ੂ ਜਿਹੜਾ ਸੀ ਉੱਥੋਂ ਦਾ ਉਹ ਪ੍ਰੋ ਚਾਈਨੀਜ਼ ਐਟੀਚਿਊਡ ਹੁਣ ਮੋੜਾ ਕੱਟਣ ਦੀ ਕੋਸ਼ਿਸ਼ ਕਰ ਰਿਹਾ ਹੋਇਆ ਔਰ ਪਾਕਿਸਤਾਨ ਪਿਆ ਹੋਇਆ ਆਪਣੇ ਨਾਲ ਹੀ ਪਿਆ ਹੋਇਆ, ਉੱਥੇ ਸਾਡੀ ਦੁਸ਼ਮਣੀ ਦੇ ਹਾਲਾਤ ਹਨ। ਇੱਧਰੋਂ ਵੀ ਜੇ ਇੱਕ ਤਾਕਤ ਸਾਡੇ ਖਿਲਾਫ ਖੜੀ ਹੋ ਜਾਂਦੀ ਰੈਡੀਕਲਾਈਜੇਸ਼ਨ ਨਾਲ ਤਾਂ ਹਿੰਦੁਸਤਾਨ ਲਈ ਸਮੱਸਿਆ ਹੁੰਦੀ ਹੈ। ਸੋ ਮੈਂ ਕਹਿਣ ਤੋਂ ਭਾਵ ਇਹ ਸੀ ਕਿ ਉਹ ਮੁਜੀਬ ਉਰ ਰਹਿਮਾਨ ਦਾ ਜਿਹੜਾ ਦ੍ਰਿਸ਼ਟੀਕੋਣ ਸੀ ਔਰ ਉਹ ਚਿੰਨ੍ਹ ਸੀ ਉਹ ਚਿੰਨ੍ਹ ਨੂੰ ਹੀ ਉਹ ਮਲੀਆ ਮੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋਏ। ਇੱਕ ਤੇ ਇਹ ਗੱਲ, ਦੂਜੀ ਸਾਡੇ ਵਾਸਤੇ ਮਹੱਤਵਪੂਰਨ ਗੱਲ ਇਹ ਹੈ ਕਿ ਉੱਥੇ ਹਿੰਦੂ ਜਿਹੜੀ ਵਸੋਂ ਹੈ ਉਹ ਕਾਫੀ ਵੱਡੀ ਗਿਣਤੀ ਸੀ ਜਦੋਂ ਬੰਗਲਾਦੇਸ਼ ਬਣਿਆ, ਹੁਣ ਤੇ ਬਹੁਤ ਗਿਣਤੀ ਘੱਟ ਗਈ ਹੋਈ ਹੈ ਤੇ ਹੁਣ ਉਹਨਾਂ ਨੂੰ ਉਹ ਟਾਰਗੇਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਕਿ ਹਿੰਦੂ ਕਾਰੋਬਾਰ ਹੈ, ਵਸੋਂ ਹੈਗੀ ਹੈ ਔਰ ਮੰਦਿਰ ਹਨ, ਧਾਰਮਿਕ ਸਥਾਨ ਹਨ, ਉਹ ਵੀ ਟਾਰਗੇਟ ਕੀਤੇ ਜਾ ਰਹੇ ਹਨ। ਇਹ ਭਾਰਤ ਵਾਸਤੇ ਬਹੁਤ ਖਤਰਨਾਕ ਰੁਝਾਨ ਹੈ ਕਿਉਂਕਿ ਉੱਥੋਂ ਦੇ ਲੋਕ ਹਿਜਰਤ ਕਰਨਗੇ। ਫਿਰ ਜਦੋਂ ਹਿਜਰਤ ਕਰਦੇ ਨੇ ਤੇ ਉਹਦੇ ਨਾਲ ਆਪਾਂ ਨੂੰ ਪਤਾ ਕਿ ਡੈਮੋਗ੍ਰਾਫਿਕ ਤਵਾਜ਼ਨ ਜਿਹੜਾ ਉਹ ਇਹਦਾ ਅਸਰ ਇੱਥੇ ਵੀ ਪੈਂਦਾ, ਵਾਲੀਆ ਸਾਹਿਬ ਸਿਆਸਤ ਦੇ ਵਿੱਚ ਇੱਥੇ ਵੀ ਅਸਰ ਪੈਂਦਾ। ਸੋ ਕਹਿਣ ਤੋਂ ਭਾਵ ਇਹ ਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਤੇ ਅੰਦਰੂਨੀ ਪੱਧਰ ਤੇ ਵੀ ਭਾਰਤ ਵਾਸਤੇ ਬਹੁਤ। ਜੀ ਡਾਕਟਰ ਸਾਹਿਬ, ਜਿਹੜੇ ਤੁਸੀਂ ਦੋਨੇ ਤਿੰਨੇ ਗੱਲਾਂ ਦੱਸੀਆਂ ਨੇ, ਇੱਕ ਵੱਡਾ ਸਵਾਲ ਜਿਹੜਾ ਆਪਾਂ ਹੋਰ ਡਿਸਕਸ ਕਰਨਾ ਸਾਨੂੰ ਪੈਣਾ ਜਾਂ ਚਾਹੀਦਾ ਹੈ ਕਿ ਸਾਡੀ ਜਿਹੜੀ ਵਿਦੇਸ਼ ਨੀਤੀ ਹੈ, ਹੁਣ ਤੁਸੀਂ ਦੇਖੋ ਨੇਪਾਲ ਉਹ ਵੀ ਚੀਨ ਦੇ ਨੇੜੇ, ਸ਼੍ਰੀ ਲੰਕਾ ਉਹਦੇ ਚ ਵੀ ਇਹੋ ਜਿਹਾ ਕੁਛ ਹੀ ਹੋਇਆ, ਉਹਦੇ ਵੀ ਰਾਸ਼ਟਰਪਤੀ ਭਵਨ ਚ ਵੜ ਗਏ, ਇੱਧਰ ਇਹਨਾਂ ਦੇ ਪ੍ਰਾਈਮ ਮਿਨਿਸਟਰ ਹਾਊਸ ਚ ਵੜ ਗਏ ਤੇ ਅਫਗਾਨਿਸਤਾਨ ਪਹਿਲੀ ਆਪਾਂ ਦੇਖ ਚੁੱਕੇ ਹਾਂ, ਪਾਕਿਸਤਾਨ ਮਤਲਬ ਮਿਆਂਮਾਰ ਹੋਣਾ ਬੰਗਲਾਦੇਸ਼, ਮਤਲਬ ਕਿ ਸਾਡੇ ਗੁਆਂਢ ਚ ਅਸੀਂ ਦਾਅਵੇ ਤਾਂ ਕਰਦੇ ਹਾਂ ਵਿਸ਼ਵ ਗੁਰੂ ਬਣਦੇ, ਦੱਖਣੀ ਏਸ਼ੀਆ ਚ ਸਾਡੀ ਕਿਸੇ ਨਾਲ ਹੁਣ ਕਿਸੇ ਕਿਸਮ ਦੀ ਸਾਂਝ ਨਹੀਂ, ਜਿਹੜਾ ਸਾਡਾ ਇੱਕੋ ਹੀ ਦੇਸ਼ ਬੰਗਲਾਦੇਸ਼ ਜਿਹਦੇ ਨਾਲ ਸਾਂਝ ਸੀ ਉਹ ਵੀ ਇੱਥੋਂ ਨਿਕਲ ਗਿਆ। ਇਹ ਚੱਲ ਕੀ ਰਿਹਾ ਇਹ ਤੇ ਵੀ ਚਰਚਾ ਕਰਾਂਗੇ, ਲੇਕਿਨ ਇੱਕ ਬ੍ਰੇਕ ਤੋਂ ਬਾਅਦ। ਹੁਣ ਲੈਂਦੇ ਹਾਂ ਇੱਕ ਬ੍ਰੇਕ। ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਪਹਿਲੇ ਦੱਸੋ, ਜਿਨ੍ਹਾਂ ਨੇ 1971 ਜਿਨ੍ਹਾਂ ਨੇ ਦੇਖਿਆ
ਜਿਸ ਤਰੀਕੇ ਨਾਲ ਸਰ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ 90 ਲੱਖ ਪਾਕਿਸਤਾਨੀ ਫੌਜੀਆਂ ਨੇ ਹਥਿਆਰ ਸਿੱਟੇ ਸੀ ਜਦੋਂ ਬੰਗਲਾਦੇਸ਼ ਬਣਿਆ ਸੀ, ਤੇ ਉਸ ਵੇਲੇ ਜਦੋਂ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ। ਯਾਨੀ ਮੇਰਾ ਕਹਿਣ ਦਾ ਮਤਲਬ ਚਾਹੇ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਤੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਪ੍ਰਾਈਮ ਮਿਨਿਸਟਰ, ਬੰਗਲਾਦੇਸ਼ ਨਾਲ ਜਾਂ ਇਸ ਪਰਿਵਾਰ ਨਾਲ ਸੰਬੰਧ ਠੀਕ ਰਹੇ, ਤੇ ਹੁਣ ਸੰਬੰਧ ਠੀਕ ਰਹਿਣਗੇ ਜਾਂ ਨਹੀਂ, ਇਹ ਤੇ ਇੱਕ ਵੱਡਾ ਪ੍ਰਸ਼ਨ ਚਿੰਨ। ਜਸਪ੍ਰੀਤ ਸਿੰਘ ਨਰਵਾਲ ਸਾਹਿਬ, ਕਾਂਗਰਸ ਪਾਰਟੀ। ਤੁਹਾਡੀ ਆਵਾਜ਼ ਨਹੀਂ ਆ ਰਹੀ ਜਸਪ੍ਰੀਤ। ਤੁਸੀਂ ਹੈਲੋ ਜਸਪ੍ਰੀਤ? ਹੈਲੋ, ਹਾਂਜੀ ਹਾਂ ਹਾਂਜੀ, ਹੁਣ ਕਰੋ ਗੱਲ। ਦੇਖੋ ਜੀ, ਜਿਹੜਾ ਅੱਜ ਦਾ ਮੁੱਦਾ ਹੈ ਬੰਗਲਾਦੇਸ਼ ਦਾ, ਉਹਦੇ ਉੱਤੇ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਭਾਰਤ ਦੀ, ਉਹ ਬਹੁਤ ਹੀ ਜ਼ਿਆਦਾ ਸੀਰੀਅਸ ਹੈ। ਔਰ ਇਸ ਮੈਟਰ ਦੇ ਵਿੱਚ ਜਿਹੜੀ ਹੁਣ ਮੀਟਿੰਗ ਹੋ ਕੇ ਹਟੀ ਹੈ, ਆਲ ਪਾਰਟੀ ਮੀਟਿੰਗ, ਔਰ ਭਾਰਤ ਦੀ ਫੋਰਨ ਪਾਲਿਸੀ ਨੂੰ ਬਕਾਇਦਾ ਤੌਰ ਤੇ ਲੀਡਰ ਆਫ ਆਪੋਜੀਸ਼ਨ ਨੇ ਰਾਹੁਲ ਗਾਂਧੀ ਜੀ ਨੇ ਤੇ ਸਾਰੀਆਂ ਆਪੋਜੀਸ਼ਨ ਪਾਰਟੀਜ਼ ਨੇ ਸਪੋਰਟ ਕੀਤਾ ਹੈ ਕਿ ਜਿੱਥੇ ਵੀ ਭਾਰਤ ਸਰਕਾਰ ਨੂੰ ਜ਼ਰੂਰਤ ਪਏਗੀ ਉੱਥੇ ਜਿਹੜੀ ਹੈ ਕਿ ਆਪੋਜੀਸ਼ਨ ਜਿਹੜੀ ਹੈ ਕਿ ਫੁੱਲ ਸਪੋਰਟ ਦੇ ਨਾਲ ਭਾਰਤ ਸਰਕਾਰ ਦੇ ਨਾਲ ਖੜੀ ਹੈ ਜਿਹੜੇ ਵੀ ਫੈਸਲੇ ਲੈਣਗੇ, ਕਿਉਂਕਿ ਫੋਰਨ ਪਾਲਿਸੀ ਦੇ ਆਧਾਰ ਤੇ ਸਾਡੇ ਦੇਸ਼ ਦੀ ਜੋ ਬੰਗਲਾਦੇਸ਼ ਦੇ ਨਾਲ ਨੀਤੀ ਹੈ, ਚਾਹੇ ਉਹ ਆਪਾਂ ਪੋਲੀਟੀਕਲ ਇਨਸਟੇਬਿਲਟੀ ਕਹਿ ਦਈਏ, ਚਾਹੇ ਆਪਾਂ ਹਿਊਮਨ ਰਾਈਟਸ ਦੇ ਇਸ਼ੂ ਕਹਿ ਦਈਏ, ਔਰ ਉਸ ਤੋਂ ਬਾਅਦ ਜਿਹੜੀ ਪਲਾਇਨ ਦੀ ਹੈ, ਰਿਫਿਊਜੀ ਕ੍ਰਾਈਸਿਸ ਆਉਣੇ ਹੈ ਉਹਦੀ ਸਥਿਤੀ ਹੈ, ਫਿਰ ਰੀਜਨਲ ਸਿਕਿਉਰਿਟੀ ਹੋ ਗਈ, ਫਿਰ ਸਾਡੇ ਕੋਲ ਜਿਹੜਾ ਹੈਗਾ ਇਕਨੋਮਿਕ ਜਿਹੜੀ ਹੈਗੀ ਹੈ ਇੰਪਲੀਮੈਂਟੇਸ਼ਨ ਜਿਹੜੀ ਸਾਡੀ ਉਹਨਾਂ ਦੇ ਨਾਲ ਚੱਲ ਰਹੀ ਸੀ, ਤੇ ਡੈਮੋਕ੍ਰੇਸੀ ਤੇ ਗਵਰਨੈਂਸ, ਇਹ ਜਿਹੜੇ 6 ਮੁੱਦੇ ਨੇ, ਇਹਨਾਂ ਦੇ ਉੱਤੇ ਜੋ ਵੀ ਭਾਰਤ ਸਰਕਾਰ ਫੈਸਲੇ ਰਹੇਗੀ ਔਰ ਜਿਸ ਤਰੀਕੇ ਦੀ ਵੀ ਸਥਿਤੀ ਹੋਏਗੀ, ਜਿਹੜੀ ਆਪੋਜੀਸ਼ਨ ਹੈ ਭਾਰਤ ਸਰਕਾਰ ਦੇ ਨਾਲ ਖੜੇਗੀ, ਕਿਉਂਕਿ ਬੰਗਲਾਦੇਸ਼ ਦੇ ਵਿੱਚ ਸਾਡਾ $15.9 ਬਿਲੀਅਨ ਦਾ ਡਾਲਰ ਦਾ ਜਿਹੜਾ ਹੈਗਾ ਵਪਾਰ ਚੱਲ ਰਿਹਾ ਹੈ। ਔਰ ਨਾਲ ਦੀ ਨਾਲ ਜਿੱਥੇ ਤੱਕ ਗੱਲ ਕਰੀਏ ਕਿ ਉੱਥੇ ਜਾਨ ਮਾਲ ਦੀ ਰਾਖੀ, ਸਾਡੇ ਸਿੱਖ ਭਰਾ ਵੀ ਉੱਥੇ ਰਹਿੰਦੇ ਨੇ, ਸਾਡੇ ਵੀ ਗੁਰੂ ਧਾਮ ਹੈਗੇ ਨੇ, ਹਿੰਦੂ ਵੀਰ ਵੀ ਉੱਥੇ ਨੇ, ਔਰ ਇਹਨਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਜੋ ਵੀ ਭਾਰਤ ਸਰਕਾਰ ਕਦਮ ਚੱਕੇਗੀ ਉਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਕਿ ਆਪੋਜੀਸ਼ਨ ਹੈ ਉਹ ਅਪੋਜ਼ ਨਹੀਂ ਕਰੇਗੀ, ਸਰਕਾਰ ਦਾ ਸਾਥ ਦੇਗੀ। ਨਾਲ ਦੀ ਨਾਲ ਰਾਹੁਲ ਗਾਂਧੀ ਨੇ ਇਹ ਵੀ ਜਤਾਇਆ ਹੈ ਜੈਸ਼ੰਕਰ ਜੀ ਕੋਲ ਕਿ ਜਿਹੜੇ ਕਿ ਹੋਰ ਵਿਰੋਧੀ ਮੁਲਕ ਹੈਗੇ ਨੇ, ਜਿਵੇਂ ਕਿ ਇੰਟਰਸਟ ਹੋ ਸਕਦਾ ਪਾਕਿਸਤਾਨ ਦਾ, ਉਹਨਾਂ ਦੇ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾਵੇ ਤੇ ਉਹ ਵੀ ਜਿਹੜੀ ਹੈ ਕਿ ਆਪੋਜੀਸ਼ਨ ਦੇ ਨਾਲ ਸਾਂਝੀ ਕੀਤੀ ਜਾਵੇ, ਤਾਂ ਕਿ ਕੋਈ ਵੀ ਸਾਰਥਕ ਹੱਲ, ਕਿਉਂਕਿ ਸਾਡਾ ਸਿਕਿਉਰਿਟੀ ਦਾ ਰੀਜ਼ਨ ਬਹੁਤ ਵੱਡਾ ਹੈ, ਜਿਵੇਂ ਤੁਸੀਂ ਪਹਿਲਾਂ ਦੱਸ ਚੁੱਕੇ ਹੋ, ਬਾਰਡਰ ਬਹੁਤ ਸਾਡਾ ਲੰਬਾ ਲੱਗਦਾ ਹੈ ਬੰਗਲਾਦੇਸ਼ ਦੇ ਨਾਲ। ਔਰ ਜਿੱਥੇ ਤੱਕ ਗੱਲ ਕਰੀਏ ਪੰਜਾਬੀਆਂ ਦੀ, ਪੰਜਾਬੀਆਂ ਦੀ ਭੂਮਿਕਾ ਬੰਗਲਾਦੇਸ਼ ਬਣਾਉਣ ਦੇ ਵਿੱਚ ਬਹੁਤ ਰਹੀ ਹੈ, ਚਾਹੇ ਉਹਨਾਂ ਦੀ ਫਰੀਡਮ ਫਾਈਟਰ ਜਿਹੜੀ ਮੁਕਤੀ ਬੋਹਣੀ ਸੀਗੀ ਉਹਨੂੰ ਬਣਾਉਣ ਦੇ ਵਿੱਚ ਜਿਹੜਾ ਸੀਗਾ, ਆਪਾਂ ਸਭ ਜਾਣਦੇ ਹਾਂ ਕਿ ਬਹੁਤ ਸਾਰੇ ਭਾਰਤ ਆਰਮੀ ਨੇ ਮਦਦ ਕੀਤੀ, ਔਰ ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਬੰਗਲਾਦੇਸ਼ ਨੂੰ ਰਾਤੋ ਰਾਤ ਪੋਲੀਟੀਕਲੀ ਸਿਲੰਡਰ ਕਲਾਉਣਾ ਪਾਕਿਸਤਾਨ ਨੂੰ, ਆਪਾਂ ਸਭ ਜਾਣਦੇ ਹਾਂ ਕਿ ਉਸ ਵੇਲੇ ਬਹੁਤ ਸਾਰੀਆਂ ਇੰਟਰਨੈਸ਼ਨਲ ਤਾਕਤਾਂ ਵੀ ਭਾਰਤ ਦੇ ਖਿਲਾਫ ਖੜੀਆਂ ਹੋ ਰਹੀਆਂ ਸੀ, ਔਰ ਉਸ ਚੀਜ਼ ਨੂੰ ਦਬਾਉਣ ਦੇ ਵਿੱਚ, ਉਸ ਚੀਜ਼ ਦੇ ਵਿੱਚ ਜਿਹੜੀ ਭਾਰਤ ਦੀ ਪੋਲੀਟੀਕਲ ਉਸ ਵੇਲੇ ਰਣਨੀਤੀ ਸੀ, ਜਿਹੜੀ ਫੋਰਨ ਪਾਲਿਸੀ ਦੀ ਰਣਨੀਤੀ ਸੀ, ਉਹ ਉਸ ਵੇਲੇ ਕਾਮਯਾਬ ਹੋਈ ਸੀ। ਔਰ ਉਮੀਦ ਕਰਦੇ ਹਾਂ ਕਿ ਇਸ ਵੇਲੇ ਵੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਜੋ ਵੀ ਨੀਤੀ ਬਣਾਏਗੀ ਉਹ ਸਾਡੇ ਭਾਰਤ ਨੂੰ ਤੇ ਬੰਗਲਾਦੇਸ਼ ਦੇ ਸੰਬੰਧਾਂ ਨੂੰ ਵਿਗੜਨ ਤੋਂ ਬਚਾਏਗੀ। ਦੇਖੋ ਨਰਵਾਲ ਸਾਹਿਬ, ਜਿਹੜੀ ਗੱਲ, ਜਿਹੜੀ ਹਿੰਸਾ ਹੈ ਨਾ ਜਿਸ ਤਰ੍ਹਾਂ ਦੀ ਹੈ, ਉਹਦੇ ਚ ਹੁਣ ਸਟੂਡੈਂਟਸ ਨੀ, 3 ਸਟੂਡੈਂਟਸ ਦਾ ਨਾਂ ਆਉਂਦਾ ਹੈ
ਲੇਕਿਨ ਜਿਹੜਾ ਅਮਰੀਕਾ ਚ ਇਹਨਾਂ ਦਾ ਹਾਈ ਕਮਿਸ਼ਨਰ ਆ, ਉੱਥੇ ਵੀ ਉਹੀ ਕੁਛ ਕੀਤਾ ਜੋ ਬੰਗਲਾਦੇਸ਼ ਚ ਕੀਤਾ। ਜਿਹੜੀ ਜਿੱਥੇ ਜਿੱਥੇ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ, ਖਾਸ ਤੌਰ ਤੇ ਇਸ ਜਿਹੜਾ ਮੈਂ ਨਹੀਂ ਕਹਿੰਦਾ ਲੇਕਿਨ ਇਸ ਭਾਈਚਾਰੇ ਤੇ ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਹੋਇਆ, ਤਿੰਨ ਕੁੜੀਆਂ ਦਾ ਜਿਹੜਾ ਬੱਚਿਆਂ ਦੇ ਕਤਲ ਦੀ ਖਬਰ ਤੋਂ ਬਾਅਦ ਜਿਸ ਤਰ੍ਹਾਂ ਦੀ ਉੱਥੇ ਹਿੰਸਾ ਭੜਕੀ ਹੈ, ਉਹਨਾਂ ਨੇ ਵੀ ਹੱਥ ਖੜੇ ਕਰਤੇ, ਜਿਹੜਾ ਇਹਨਾਂ ਨੂੰ ਹਾਲਦੀ ਕਰਨ ਸ਼ਰਨ ਨਹੀਂ ਦਿੱਤੀ। ਹੋਰ ਕੰਟਰੀ ਵੀ, ਈਵਨ ਅਰੇਬਿਕ ਕੰਟਰੀ ਵੀ ਨਹੀਂ ਦੇ ਰਹੇ। ਇਹ ਤਾਂ ਕਿਤੇ ਨਾ ਕਿਤੇ ਕਾਫੀ ਜਿਹੜਾ ਸੋਚਣ ਵਾਲੀ ਗੱਲ ਬਣ ਰਹੀ ਹੈ, ਗੰਭੀਰ ਹੈ ਕਿ ਹੁਣ ਭਾਰਤ ਦੇ ਵਿੱਚ ਜੇ ਸ਼ਰਨ ਦਿੱਤੀ ਜਾਂਦੀ ਹੈ ਤਾਂ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ। ਚੇਤਨ ਮੋਹਨ ਜੋਸ਼ੀ ਜੀ, ਦੇਖੋ ਮੁੱਦਾ ਤੇ ਬਹੁਤ ਸੰਗੀਨ ਆ, ਔਰ ਜੋ ਇੱਕ ਗੁਆਂਢੀ ਮੁਲਕ ਦੇ ਵਿੱਚ ਹੋਇਆ ਉਹ ਮੈਨੂੰ ਲੱਗਦਾ ਕਿ ਜਿੰਨੇ ਵੀ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਜਾਵੇ ਉਹ ਘੱਟ ਆ, ਕਿਉਂਕਿ ਇੱਕ ਮੁਲਕ ਦੇ ਵਿੱਚ ਤਖਤਾ ਪਲਟਣਾ ਮਤਲਬ ਇਹ ਆ ਕਿ ਉੱਥੋਂ ਦੀ ਜਨਤਾ ਦੇ ਵਿੱਚ ਕਿਸ ਤਰ੍ਹਾਂ ਦਾ ਆਕਰੋਸ਼ ਆ, ਉਹਦਾ ਮੈਸੇਜ ਸਮਾਜ ਦੇ ਵਿੱਚ ਤੇ ਸੰਸਾਰ ਵਿੱਚ ਸਹੀ ਨਹੀਂ ਜਾਂਦਾ। ਦੂਜੀ ਗੱਲ ਇਹ ਕਿ ਬਤੌਰ ਭਾਰਤੀ ਜਨਤਾ ਪਾਰਟੀ ਦੀ, ਜੋ ਕਿ NDA ਦੀ ਸਰਕਾਰ ਆ, ਤੇ ਕੋਈ ਵੀ ਸਰਕਾਰ ਹੋਵੇ ਚਾਹੇ ਉਹ ਸਰਕਾਰ ਕਿਸੇ ਪਾਰਟੀ ਦੀ ਹੋਵੇ, ਤੇ ਜਿਹੜੀ ਦੂਸਰੀ ਵਿਰੋਧੀ ਦਲ ਇਸ ਮੌਕੇ ਤੇ ਵਿਦੇਸ਼ ਦੀ ਨੀਤੀ ਦੇ ਉੱਤੇ ਸਾਰੀਆਂ ਪਾਰਟੀਆਂ ਇੱਕ ਹੋ ਕੇ ਭਾਰਤ ਨੂੰ ਰਿਪ੍ਰੈਜੈਂਟ ਕਰਦੀਆਂ, ਉਹਦੇ ਮੁਤਾਬਕ ਸਾਰੀਆਂ ਪਾਰਟੀਆਂ ਇਕੱਠੀਆਂ ਨੇ। ਕਿਸੇ ਪਾਰਟੀ ਦਾ ਅੰਦਰੂਨੀ ਵਿਅਕਤੀਗਤ ਵਿਰੋਧ ਪਾਰਲੀਮੈਂਟ ਜਾਂ ਇੱਕ ਦੂਜੇ ਨੀਤੀਆਂ ਤੋਂ ਹੋਏਗਾ, ਲੇਕਿਨ ਵਿਦੇਸ਼ ਨੀਤੀਆਂ ਤੇ ਆ ਕੇ ਸਾਰਾ ਭਾਰਤ ਔਰ ਸਾਰੀ ਭਾਰਤ ਦੀਆਂ ਪਾਰਟੀਆਂ ਇੱਕ ਪਲੇਟਫਾਰਮ ਤੇ ਨੇ, ਔਰ ਸਾਰਿਆਂ ਦੀ ਮਨਸ਼ਾ ਇਹੀ ਆ ਕਿ ਜਿਹੜੇ ਸਾਡੇ ਵਿਦਿਆਰਥੀ ਉੱਥੇ ਪੜ੍ਹਦੇ ਪਏ ਨੇ ਉਹ ਸਹੀ ਸਲਾਮਤ ਵਾਪਸ ਆਉਣ, ਜਿਹੜੇ ਸਾਡੇ ਵਪਾਰੀ ਲੋਕਾਂ ਨੇ ਉੱਥੇ ਐਡੀ ਵੱਡੀ ਇਨਵੈਸਟਮੈਂਟ ਕੀਤੀ ਆ ਉਹਦਾ ਬਿਲਕੁਲ ਰੱਖ ਰਖਾਵ ਧਿਆਨ ਕੀਤਾ ਜਾਵੇ, ਔਰ ਪੂਰੀ ਨਜ਼ਰ ਆ ਜਿੱਥੇ NDA ਜਾਂ ਜਿੱਥੇ ਭਾਰਤ ਸਰਕਾਰ ਦੀ ਨਜ਼ਰ ਆ ਉੱਥੇ ਦੂਸਰੀ ਲੀਡਰ ਆਫ ਆਪੋਜੀਸ਼ਨ ਦੇ ਨਾਲ ਨਾਲ ਦੂਸਰੀਆਂ ਪਾਰਟੀਆਂ ਉਹਨਾਂ ਦੀ ਵੀ ਨਿਗਾਹ ਵਾ, ਯਾਨੀ ਕਿ ਵਿਦੇਸ਼ੀ ਨੀਤੀ ਵਿੱਚ ਭਾਰਤ ਇੱਕ ਵਾ, ਉੱਥੇ ਉੱਥੇ ਭਾਰਤੀ ਬਣ ਕੇ ਅਸੀਂ ਆਪਣੇ ਮੁਲਕ ਦੇ ਲੋਕਾਂ ਨੂੰ ਦੇਖਦੇ ਪਏ ਹਾਂ, ਚਾਹੇ ਉੱਥੇ ਗੁਰੂ ਘਰ ਇੱਕ ਬਣਿਆ ਹੋਇਆ ਵਾ ਉਹਦੇ ਬਾਰੇ ਵੀ ਪੂਰਾ ਇੱਕ ਇੱਕ ਚੀਜ਼ ਦੀ ਜਾਣਕਾਰੀ ਆ। ਠੀਕ ਆ, ਉੱਥੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ, ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਉੱਥੇ ਜਿਹੜਾ ਇੱਕੋ ਹੀ ਹਿੰਦੂ ਪਲੇਅਰ ਸੀਗਾ ਬੰਗਲਾਦੇਸ਼ ਦੀ ਟੀਮ ਦੇ ਵਿੱਚ ਉਹਦਾ ਘਰ ਵੀ ਸਾੜ ਦਿੱਤਾ ਗਿਆ। ਕਹਿਣਾ ਨਹੀਂ ਚਾਹੀਦਾ, ਕੁਛ ਇਸ ਤਰ੍ਹਾਂ ਦੀਆਂ ਹਰਕਤਾਂ ਹੋਈਆਂ ਨੇ ਜਿਹੜੀਆਂ ਉੱਥੇ ਜਾਤ ਅਤੇ ਧਰਮ ਨੂੰ ਵੰਡਦੀਆਂ ਪਈਆਂ ਨੇ। ਮੈਂ TV ਦੇ ਉੱਤੇ ਤਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਂ ਕਿਸੇ ਇੱਕ ਵਿਸ਼ੇਸ਼ ਧਰਮ ਨੂੰ ਇੱਥੇ ਟਾਰਗੇਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਹਿੰਦੁਸਤਾਨ 'ਚ ਸਾਰੇ ਧਰਮ ਹਿੰਦੁਸਤਾਨ ਨਾਲ ਸੰਬੰਧ ਰੱਖਦੇ ਨੇ। ਸੋ ਉੱਥੇ ਜੋ ਚੱਲਦਾ ਪਿਆ ਵਾ ਉਹ ਤੁਹਾਡੇ ਸਾਹਮਣੇ ਆ, ਕਿਉਂਕਿ ਅਸੀਂ ਆਲਰੇਡੀ ਅਗਰਤਲਾ ਤੋਂ ਵੀ ਇੱਕ ਟ੍ਰੇਨ ਲਾਈਨ ਰੇਲਵੇ ਲਾਈਨ ਆ ਉਹਦਾ ਵੀ ਉੱਥੇ ਵਿਸਤਾਰ ਕੀਤਾ ਸੀ। ਬੜੀ ਇਨਵੈਸਟਮੈਂਟ ਹੋਈ ਹੈ ਹਿੰਦੁਸਤਾਨ ਦੀ ਉੱਥੇ, ਸਾਡੇ ਵਪਾਰ ਬੜੇ ਵੱਡੇ ਨੇ ਉੱਥੇ ਉਹਨਾਂ ਲੋਕਾਂ ਦੇ ਨਾਲ, ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਿਰਫ ਬੰਗਲਾਦੇਸ਼ ਤੋਂ ਹੀ ਸਾਡੇ ਕੋਲ ਆਉਂਦੀਆਂ ਨੇ, ਕਈ ਰਿਸਰਚ ਸੈਂਟਰ ਖੋਲੇ ਨੇ ਹਿੰਦੁਸਤਾਨ ਨੇ। ਇਸ ਕੋਲੋਂ ਜਿਹੜਾ ਮਸਲਾ ਉੱਥੇ ਚੱਲਦਾ ਪਿਆ ਨਾ, ਇਹਦੇ ਉੱਤੇ ਸਾਡੀ ਬਿਲਕੁਲ ਪੂਰੇ ਹਿੰਦੁਸਤਾਨ ਦੀ ਪੂਰੀ ਨਜ਼ਰ ਆ ਉੱਤੇ, ਔਰ ਮੈਂ ਇੱਥੋਂ ਤਾਂ ਕਹੂੰਗਾ ਕਿ ਹਿੰਦੁਸਤਾਨ ਦੀ ਹਰ ਪਾਰਟੀ ਦਾ ਬੰਦਾ ਭਾਰਤ ਸਰਕਾਰ ਦਾ ਹਿੱਸਾ ਵਾ, ਔਰ ਭਾਰਤ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਆ ਕਿ ਜਿਹੜੇ ਸਾਡੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਾ ਕੇ ਹਿੰਦੁਸਤਾਨ ਲਿਆਂਦਾ ਜਾਵੇ। ਠੀਕ ਹੈ ਜੀ, ਉਸ ਮੁਲਕ ਦੇ ਵਿੱਚ ਕੀ ਹੁੰਦਾ ਪਿਆ ਵਾ ਇਹਦੇ ਬਾਰੇ ਤਾਂ ਪਤਾ ਲੱਗੇਗਾ ਜਦੋਂ ਉੱਥੇ ਨਵਾਂ ਕੋਈ ਹਾਕਮ ਆ ਕੇ ਬੈਠੇਗਾ, ਉਹਦੇ ਨਾਲ ਸਾਡੇ ਕਿੱਦਾਂ ਦੇ ਸੰਬੰਧ ਹੋਣਗੇ, ਉਹ ਸੰਬੰਧਾਂ ਦੇ ਨਾਲ ਕਿਸ ਤਰ੍ਹਾਂ ਚੱਲਣਾ ਵਾ। ਔਰ ਬੜੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਬਤੌਰ ਇੱਕ ਸਰਕਾਰ ਨੂੰ ਦੂਜੀ ਸਰਕਾਰ ਤੋਂ ਉਮੀਦ ਕੀਤੀ ਜਾਂਦੀ ਆ ਕਿ ਅਸੀਂ ਕਿਸ ਤਰ੍ਹਾਂ ਸ਼ਾਂਤੀ ਬਹਾਲ ਕਰਨੀ, ਕਿਉਂਕਿ ਤੁਸੀਂ ਦੇਖੋ ਸ਼੍ਰੀਲੰਕਾ 'ਚ ਤਖਤਾਪਲਟ ਹੋ ਚੁੱਕਿਆ, ਬੰਗਲਾਦੇਸ਼ ਦੇ ਵਿੱਚ ਹੋ ਚੁੱਕਿਆ, ਲੇਕਿਨ ਜਿਹੜੀ ਵਿਦੇਸ਼ ਨੀਤੀ ਇਹ ਕਹਿੰਦੀ ਆ ਕਿ ਉਸ ਮੁਲਕ ਦੇ ਲੋਕਾਂ ਨੇ ਉੱਥੋਂ ਦਾ ਨਿਜ਼ਾਮ ਚੁਣਨਾ,
ਉੱਥੋਂ ਦੀ ਸਮੱਸਿਆ ਵਾ, ਉੱਥੋਂ ਦੀ ਸਮੱਸਿਆ ਨੇ ਤਖਤਾ ਪਲਟ ਕੀਤਾ। ਅਸੀਂ ਆਪਣੀ ਵਿਦੇਸ਼ ਨੀਤੀ ਦੇ ਵਿੱਚ ਜੋ ਕੁਛ ਵੀ ਅਗਲਾ ਸਟੈਪ ਲਵਾਂਗੇ ਆਪਣੇ ਸਾਰੇ ਦਲਾਂ ਨੂੰ, ਹੁਣ ਕਿਉਂਕਿ ਵਿਦੇਸ਼ ਨੀਤੀ ਕੋਈ ਵਿਰੋਧੀ ਦਲ ਨਹੀਂ ਹੁੰਦਾ, ਲੇਕਿਨ ਤੁਸੀਂ ਠੀਕ ਕਹਿ ਰਹੇ ਹੋ 19,000 ਭਾਰਤੀ ਉੱਥੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਉਹਨਾਂ ਦੀ ਸੇਫਟੀ ਦੇ ਲਈ ਫਿਕਰਮੰਦ ਹੈ ਸਰਕਾਰ, ਉਹਨਾਂ ਚ 9,000 ਤਾਂ ਵਾਪਸ ਆ ਵੀ ਗਏ ਨੇ, ਇਹ ਗੱਲ ਵੀ ਠੀਕ ਹੈ। ਲੇਕਿਨ ਬਹੁਤ ਸਾਰੀਆਂ ਗੱਲਾਂ ਹਾਲੇ ਸਾਡੇ ਧਿਆਨ ਚ ਨੇ ਤੇ ਜਾਂ ਸਵਾਲ ਖੜੇ ਕਰਦੀਆਂ ਨੇ। ਹੁਣ ਜਿਵੇਂ ਚੇਤਨ ਮੋਹਨ ਜੋਸ਼ੀ ਕਹਿ ਰਹੇ ਸੀ ਕਿ ਜੀ ਸ਼੍ਰੀਲੰਕਾ ਚ ਵੀ ਹੋਇਆ, ਬਿਲਕੁਲ ਮੈਂ ਤਾਂ ਸ਼ੁਰੂ ਚ ਕਿਹਾ ਨੇਪਾਲ ਤੋਂ ਸ਼ੁਰੂ ਕਰ ਲਈਏ, ਨੇਪਾਲ, ਸ਼੍ਰੀਲੰਕਾ, ਪਾਕਿਸਤਾਨ, ਇਹ ਤਿੰਨ, ਈਵਨ ਮਿਆਂਮਾਰ ਜਾਂ ਵਰਮਾ ਕਹਿ ਲਓ, ਤੇ ਇਹਦੇ ਵਿੱਚ ਹੁਣ ਕਿਹਦਾ ਅਸਰ ਹੈ? ਮਤਲਬ ਭਾਰਤ ਨਾਲੋਂ ਚੀਨ ਜਿਹੜਾ ਹੈ ਉਹ ਜ਼ਿਆਦਾ ਅਸਰਦਾਰ ਆ, ਉੱਥੇ ਉਹਦਾ ਪ੍ਰਭਾਵ ਜ਼ਿਆਦਾ। ਹੁਣ ਰਹਿ ਗਿਆ ਸੀ ਬੰਗਲਾਦੇਸ਼ ਜਿਹੜਾ ਇੰਡੀਆ ਦੇ ਨਾਲ, ਉਹ ਵੀ ਗਿਆ, ਜੇ ਚਾਹੇ ਵਿਦੇਸ਼ ਨੀਤੀ ਜੇ, ਲੇਕਿਨ ਵਿਦੇਸ਼ ਨੀਤੀ ਤੇ ਵੀ ਤਾਂ ਸੰਵਾਦ ਹੋ ਸਕਦਾ ਹੈ, ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਨੇ। ਡਾਕਟਰ ਰਜਿੰਦਰਪਾਲ ਬਰਾੜ ਸਾਹਿਬ, ਦੇਖੋ ਅੰਤਰਰਾਸ਼ਟਰੀ ਪੱਧਰ ਦੀ ਵੱਡੀ ਘਟਨਾ ਹੈ ਤੇ ਉਸ ਵਿੱਚ ਬਹੁਤ ਸਾਰੇ ਪੱਖ ਨੇ। ਤੁਸੀਂ ਆਰਥਿਕ ਪੱਖ ਦੀ ਗੱਲ ਕਰ ਸਕਦੇ ਹਾਂ ਕਿ ਸਾਡਾ ਪੈਸਾ ਲੱਗਿਆ ਹੋਇਆ, ਤੁਸੀਂ ਰਾਜਨੀਤਿਕ ਪੱਖ ਦੀ ਗੱਲ ਕਰ ਸਕਦੇ ਹਾਂ ਕਿ ਆਖਿਰ ਜਿਹੜੀ ਡੈਮੋਕ੍ਰੇਸੀ ਨਾਲ ਚੁਣੀ ਸਰਕਾਰ ਆ ਉਹਦਾ ਤਖਤਾ ਪਲਟ ਕਿਉਂ ਹੋ ਗਿਆ। ਤੁਸੀਂ ਰਿਫਿਊਜੀਆਂ ਦੀ ਸਮੱਸਿਆ ਦੀ ਗੱਲ ਕਰ ਸਕਦੇ ਹਾਂ ਕਿ ਕੱਲ ਨੂੰ ਉੱਥੋਂ ਦੇ ਸਤਾਏ ਹੋਏ ਜਿਹੜੇ ਲੋਕ ਨੇ ਉਹ ਇੱਧਰ ਆਣਗੇ, ਫਿਰ ਸਾਡੀ ਪੁਰਾਣੀ ਸਮੱਸਿਆ ਫਿਰ ਦੁਬਾਰਾ ਜਾਗਰਤ ਹੋ ਜੂਗੀ। ਬਹੁਤ ਸਾਰੀਆਂ ਸਮੱਸਿਆਵਾਂ। ਮੈਂ ਇਹਦੇ ਕੁਝ ਨਾ ਫਿਲੋਸਫੀਕਲ ਕੁਐਸਚਨ ਵੀ ਇਹਦੇ ਬਾਰੇ ਹੈਗੇ ਕਿ ਮਨ ਦੇ ਵਿੱਚ ਉੱਠਦੇ ਆ, ਉਹਨਾਂ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ। ਇੱਕ ਗੱਲ ਤੇ ਇਹ ਕਿ ਜਿਹੜੇ ਵਿਅਕਤੀ ਕਿਸੇ ਸਮੇਂ ਨਾਇਕ ਹੁੰਦੇ ਨੇ, ਜਿਹੜੀ ਗੱਲ ਪ੍ਰੋਫੈਸਰ ਕੇਰ ਸਿੰਘ ਹੋਰਾਂ ਨੇ ਉਠਾਈ ਸੀ, ਜਿਹੜੇ ਬੰਦਿਆਂ ਨੇ ਕਿਸੇ ਸਮੇਂ ਆਜ਼ਾਦੀ ਦੀ, ਹੱਕ ਸੱਚ ਦੀ ਲੜਾਈ ਲੜੀ ਹੁੰਦੀ ਆ, ਉਹ ਹੀ ਬਾਅਦ ਦੇ ਵਿੱਚ ਉਹ ਜਾਂ ਉਹਨਾਂ ਦੇ ਵੰਸ਼ਜ ਖਲਨਾਇਕ ਕਿਉਂ ਬਣ ਜਾਂਦੇ? ਇਹ ਗੱਲ ਸਾਡੇ ਸਾਹਮਣੇ ਵਾਪਰਦੀ ਹੈ ਕਿ ਆ ਕਿ ਜਿਹੜਾ ਮੁਕਤੀਦਾਤਾ ਸੀ, ਇਹ ਘਟਨਾ ਕੱਲੀ ਇੱਥੇ ਦੀ ਨਹੀਂ, ਇਹ ਘਟਨਾ ਹੋਰ ਥਾਵਾਂ ਤੇ ਵੀ ਵਾਪਰਦੀ ਹੈਗੀ ਆ ਕਿ ਦੇਸ਼ ਦੀ ਆਜ਼ਾਦੀ ਦੇ ਸਮੇਂ ਜਿਸ ਕਿਸਮ ਦਾ ਜਵਾਹਰ ਲਾਲ ਨਹਿਰੂ ਜੀ ਦਾ ਬਿੰਬ ਸੀਗਾ, ਉਹਨਾਂ ਦੀ ਬੇਟੀ ਦਾ ਬਾਅਦ ਚਾ ਕੇ ਬਿੰਬ ਨਹੀਂ ਰਹਿੰਦਾ ਗਾ। ਇਹਨੂੰ ਜੇ ਆਪਾਂ ਹੋਰ ਪੰਜਾਬ ਦੇ ਵਿੱਚ ਕਹੀਏ ਕਿ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਿੰਬ ਸੀਗਾ ਉਹ ਬਾਅਦ ਦੇ ਵਿੱਚ ਸੁਖਬੀਰ ਬਾਦਲ ਦਾ ਬਿੰਬ ਨਹੀਂ ਰਹਿੰਦਾ। ਕਿਤੇ ਇਹ ਤਾਂ ਨਹੀਂ ਕਿ ਪਹਿਲੀ ਜਿਹੜੀ ਪੀੜ੍ਹੀ ਆ ਉਹ ਆਮ ਕਰਕੇ ਇਹ ਕਿ ਬਹੁਤੀ ਦੇਰ ਉਹ ਸੱਤਾ ਦੇ ਵਿੱਚ ਰਹਿੰਦੇ ਨਹੀਂ, ਕੁਝ ਦੇਰ ਬਾਅਦ ਉਹਨਾਂ ਦਾ ਕੋਈ ਕਤਲ ਹੋ ਜਾਏ ਕਿਸੇ ਕਾਰਨ ਕਰਕੇ, ਰਾਜ ਪਲਟਾ ਹੋ ਜਾਏ, ਪਰ ਜਿਹੜੀ ਉਹਨਾਂ ਦੀ ਸੰਤਾਨ ਆ ਉਹ ਫਿਰ ਉਸੇ ਰਾਹ ਤੇ ਕਿਉਂ ਚੱਲ ਪੈਂਦੀ ਆ ਜਿਸ ਰਾਹ ਦੇ ਉਹ ਖਿਲਾਫ ਲੜਦੀ ਹੈ, ਜਿਵੇਂ ਉਹਨੂੰ ਡਿਕਟੇਟਰ ਦਾ ਨਾਮ ਮਿਲਿਆ? ਇੱਕ ਗੱਲ ਤੇ ਮੈਂ ਇਹ ਕਹਿੰਦਾ ਕਿ ਫਿਲੋਸਫੀਕਲੀ ਬਹੁਤ ਵੱਡਾ ਕੁਐਸਚਨ। ਦੂਸਰੀ ਜਿਹੜੀ ਗੱਲ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਉੱਥੇ ਡੈਮੋਕ੍ਰੇਟਿਕ ਤੌਰ ਤੇ ਚੁਣੀ ਹੋਈ ਸਰਕਾਰ ਸੀ, ਡੈਮੋਕ੍ਰੇਟਿਕ ਸਰਕਾਰ ਨੂੰ ਉਲਟਾਉਣਾ ਗਲਤ ਗੱਲ ਆ। ਜੇ ਡੈਮੋਕ੍ਰੇਟਿਕ ਢੰਗ ਨਾਲ ਸੱਚਮੁੱਚ ਉਹ ਬਹੁਗਿਣਤੀ ਦੀ ਰੈਪ੍ਰਜੈਂਟੇਸ਼ਨ ਸੀ ਉਹਦੇ ਕੋਲ ਤਾਂ ਐਡਾ ਵੱਡਾ ਬਵਾਲ ਕਿਉਂ ਉੱਠਿਆ? ਇਹ ਸਾਰੇ ਹੀ ਬੁਲਾਰੇ ਇੱਕ ਗੱਲ ਮੰਨ ਰਹੇ ਨੇ ਕਿ ਭਾਈ ਇਹ ਤਾਂ ਐਵੇਂ ਤਤਕਾਲੀ ਕਾਰਨ ਬਣ ਗਿਆ ਜਿਹੜੀ ਰੈਜ਼ਰਵੇਸ਼ਨ ਆ, ਅਸਲ ਚ ਤਾਂ ਲੋਕਾਂ ਦੇ ਮਨਾਂ ਅੰਦਰ ਇੱਕ ਵੱਡੀ ਬੇਚੈਨੀ ਸੀਗੀ। ਉਹ ਬੇਚੈਨੀ ਆ ਜਿਹੜੀ ਉਸ ਨੂੰ, ਜੇ ਡੈਮੋਕ੍ਰੇਟਿਕ ਸੀਗੀ ਤਾਂ ਫਿਰ ਉਸ ਨੂੰ ਉਹ ਭਾਪ ਲੈਣੀ ਚਾਹੀਦੀ ਸੀ, ਉਹ ਭਾਪ ਕਿਉਂ ਨਹੀਂ ਸਕੀਗੀ?
ਇੱਥੋਂ ਇਹ ਲੱਗਦਾ ਹੈਗਾ ਕਿ ਕੀ ਡੈਮੋਕ੍ਰੇਸੀ ਦਾ ਵੀ ਕਿਤੇ ਅਪਹਰਣ ਤਾਂ ਨਹੀਂ ਹੋ ਜਾਂਦਾ, ਜਿਵੇਂ ਕਿਹਾ ਜਾਂਦਾ ਕਿ ਸਾਰੀ 40% ਵੋਟ ਪਈ ਤੇ ਉਹਦੇ ਵਿੱਚੋਂ ਉਹ ਜਿੱਤੀ ਵੀ ਸੀ ਤੇ ਉਹਦੇ ਉੱਤੇ ਵੀ ਦੋਸ਼ ਲੱਗੇ ਕਿ ਉਹਦੇ ਵਿੱਚ ਵੀ ਗੜਬੜੀਆਂ ਹੋਈਆਂ ਸੀ। ਇੱਕ ਤਾਂ ਇੱਕ ਡੈਮੋਕ੍ਰੇਸੀ ਆਪਣੇ ਆਪ ਦੇ ਵਿੱਚ ਕੁਐਸਚਨ ਅਧੀਨ ਆ ਰਹੀ ਹੈਗੀ ਆ ਕਿ ਜਿਹਨੂੰ ਅਸੀਂ ਡੈਮੋਕ੍ਰੇਸੀ, ਇਸ ਤਰ੍ਹਾਂ ਤਾਂ ਚੋਣਾਂ ਤਾਂ ਰੂਸ ਦੇ ਵਿੱਚ ਵੀ ਹੁੰਦੀਆਂ, ਹਾਲਾਂਕਿ ਸਾਰੇ ਕਹਿੰਦੇ ਆ ਕਿ ਉਹ ਉੱਥੇ ਇੱਕ ਪਾਰਟੀ ਸਿਸਟਮ ਆ। ਇਹ ਇਹ ਕੀ ਚੀਜ਼ ਹੈਗੀ ਆ? ਇਹ ਇੱਕ ਵੱਡਾ ਪੋਲੀਟੀਕਲ ਫਿਲਾਸਫੀ ਦਾ ਕੁਐਸਚਨ ਬਣਦਾ ਹੈ। ਇੱਕ ਸਵਾਲ ਜਿਹੜਾ ਹੋਰ ਇਸ ਨਾਲ ਸਾਡਾ ਵੱਡਾ ਫਿਕਰਮੰਦੀ ਵਾਲਾ ਹੈਗਾ, ਉਹ ਫਿਕਰਮੰਦੀ ਵਾਲਾ ਸਵਾਲ ਇਹ ਬਣਦਾ ਜਾ ਰਿਹਾ ਹੈਗਾ ਕਿ ਹੁਣ ਜੇ ਕਹਿ ਸਕਦੇ ਹਾਂ ਕਿ ਲੰਡਨ ਨੇ ਨਾ ਹੀ ਕੀਤੀ ਹੋਊਗੀ, ਇੰਗਲੈਂਡ ਨੇ ਨਾ ਹੀ ਕੀਤੀ ਹੋਊਗੀ, ਤਾਂ ਹੀ ਉਹ ਇੱਥੋਂ ਫਲਿਊ ਨਹੀਂ ਕੀਤੀ, ਨਹੀਂ ਤਾਂ ਉਹਨੇ ਅੱਗੇ ਜਾਣਾ ਸੀਗਾ ਆਪਦੇ ਪਰਿਵਾਰ ਕੋਲੇ ਜਾਂ ਆਪਦੀ ਭੈਣ ਕੋਲ, ਜੋ ਵੀ ਉਹਨਾਂ ਦਾ ਰਿਸ਼ਤਾ ਹੈ ਉੱਥੇ। ਉਹਨਾਂ ਨੇ ਨਾ ਕਰ ਦਿੱਤੀ। ਇਸਲਾਮਿਕ ਕੰਟਰੀ ਕੋਈ ਲੈਣ ਨੂੰ ਕੋਈ ਤਿਆਰ ਹੋਊਗਾ? ਜੇ ਨਹੀਂ ਇਸਲਾਮਿਕ ਕੰਟਰੀ ਲੈਣ ਨੂੰ ਤਿਆਰ ਹੁੰਦਾ ਤਾਂ ਇੰਡੀਆ ਦੇ ਸਿਰ ਇੱਕ ਵੱਡੀ ਜ਼ਿੰਮੇਵਾਰੀ ਆ ਜਾਣੀ ਹੈ ਹਿਊਮੈਨਿਟੇਰੀਅਨ ਗਰਾਊਂਡ ਤੇ ਕਿ ਕਿਸੇ ਦੇਸ਼ ਦਾ ਜਿਹੜਾ ਦੋਸਤ ਜਿਹਨੂੰ ਤੁਸੀਂ ਕਹਿੰਦੇ ਆ ਉਹਦੀ ਪ੍ਰਧਾਨ ਮੰਤਰੀ ਤੁਹਾਡੇ ਕੋਲੇ ਸ਼ਰਮ 'ਚ ਆਈ ਹੋਈ ਹੈ, ਤੁਸੀਂ ਉਹਨੂੰ ਕੱਢ ਵੀ ਨਹੀਂ ਸਕਦੇ, ਤਾਂ ਉਸ ਹਾਲਤ ਦੇ ਵਿੱਚ ਜੇ ਉਹਨੂੰ ਕੋਈ ਹੋਰ ਦੇਸ਼ ਨਹੀਂ ਚੱਲਦਾ ਤਾਂ ਸਾਡੀ ਸਥਿਤੀ ਕੀ ਹੋਊਗੀ ਕਿ ਅਸੀਂ ਉਹਨੂੰ ਕਿਸ ਸਟੇਟਸ 'ਚ ਰੱਖਾਂਗੇ? ਕੀ ਉਹਨੂੰ ਅਸੀਂ ਨਾਗਰਿਕਤਾ ਦੇ ਦਾਂਗੇ ਜਾਂ ਉਹਨੂੰ ਜਲਾਵਤਨ ਨੂੰ ਸਾਂਭਾਂਗੇ? ਤਾਂ ਜਿਹੜੇ ਦੂਸਰਾ ਉੱਥੋਂ ਦਾ ਦੇਸ਼ ਆ ਉਸ ਤੇ ਜਿਹੜੀ ਵੀ ਹੁਣ ਸਰਕਾਰ ਬਣੂਗੀ ਕੀ ਉਹਦੇ ਨਾਲ ਸਾਡੇ ਸੰਬੰਧ ਚੰਗੇ ਰਹਿਣਗੇ? ਇਹ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਪੋਲੀਟੀਕਲ ਕ੍ਰਾਈਸਿਸ ਪੈਦਾ ਹੋਣ ਵਾਲਾ ਕਿ ਆਖਿਰ ਉਹਦਾ ਕੀ ਕੀਤਾ ਜਾਊਗਾ, ਕਿੰਨੀ ਕੁ ਦੇਰ ਉਹਨੂੰ ਉੱਥੇ ਏਅਰਬੇਸ ਤੇ ਹੀ ਟਿਕਾਈ ਰੱਖਾਂਗੇ, ਅਖੀਰ ਤਾਂ ਕੋਈ ਫੈਸਲਾ ਲੈਣਾ ਪਵੇਗਾ। ਸੋ ਮਸਲੇ ਇੱਕ ਨਹੀਂ, ਮਸਲੇ ਬਹੁਤ ਜ਼ਿਆਦਾ ਇਹਦੇ ਨਾਲ ਜੁੜੇ ਹੋਏ। ਬਿਲਕੁਲ, ਤੁਹਾਡੀ ਗੱਲ ਜਿਹੜੀ ਤੁਸੀਂ ਇਹ ਕਹੀ ਹੈ ਨਾ, ਜਿਹੜੀ ਪੋਲੀਟੀਕਲ ਫਿਲਾਸਫੀ ਦੀ ਗੱਲ ਤੁਸੀਂ ਕਰ ਰਹੇ ਹੋ ਡਾਕਟਰ ਬਰਾੜ, ਗੱਲ ਇਹ ਹੈ ਕਿ ਇੱਥੇ ਤਾਂ 71 ਦੇ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਆਉਂਦੇ ਨੇ ਤੇ ਪਿਤਾ ਜੀ, 75 ਚ ਉਹਨਾਂ ਦਾ ਕਤਲ ਹੋ ਜਾਂਦਾ। ਇਹ ਥੋੜਾ ਜਿਹਾ ਇਸਲਾਮਿਕ ਜਿਹੜੇ ਕੰਟਰੀ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਪ੍ਰਥਾ, ਤਾਂ ਆਪਣਾ ਵੀ ਦੇਖਿਆ ਜਦੋਂ ਆਪਾਂ ਨਿਆਣਿਆਂ ਨੂੰ ਮੁਗਲਾਂ ਦੀ ਹਿਸਟਰੀ ਪੜ੍ਹਾਉਣੇ ਆ ਤੇ ਉਹਦੇ ਚ ਐਂਡ ਤਾਂ ਉਹਨਾਂ ਦਾ ਇਸ ਤਰ੍ਹਾਂ ਦੀ ਕੋਈ ਆਪਦੇ ਮੁੰਡੇ ਦੇ ਹੱਥੋਂ, ਕੋਈ ਭਰਾ ਦੇ ਹੱਥੋਂ, ਤੇ ਇੱਥੇ ਵੀ ਇਹੋ ਜਿਹਾ ਕੁਛ ਹੀ ਚੱਲਦਾ। ਲੇਕਿਨ ਇੱਕ ਗੱਲ ਜਿਹੜੀ ਡਾਕਟਰ ਬਰਾੜ ਨੇ ਪਿਆਰੇ ਦਰਸ਼ਕੋ ਕਹੀ ਹੈ ਉਹ ਸੋਚਣ ਵਾਲੀ ਗੱਲ, ਕਾਫੀ ਜ਼ਿਆਦਾ ਉਹ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਕੋਈ ਵੀ ਡੈਮੋਕ੍ਰੇਸੀ ਹੋਵੇ, ਚਾਹੇ ਬੰਗਲਾਦੇਸ਼ ਵਰਗੀ ਡੈਮੋਕ੍ਰੇਸੀ ਹੈ, ਚਾਹੇ ਇੰਡੀਆ ਵਰਗੀ ਹੈ, ਜਿੱਥੇ ਡੈਮੋਕ੍ਰੇਟਿਕ ਢੰਗ ਨਾਲ ਸਰਕਾਰ ਨਹੀਂ ਚੁਣੀ ਜਾਂਦੀ, ਜਿੱਥੇ ਹੇਰਾਫੇਰੀ ਹੁੰਦੀ ਹੈ, ਜਿੱਥੇ ਸੰਸਥਾਵਾਂ ਨੂੰ ਜਿਹੜਾ ਹੈ ਤੋੜਿਆ ਕਰਵ ਕੀਤਾ ਜਾਂਦਾ, ਦਬਾਇਆ ਜਾਂਦਾ ਹੈ, ਮੀਡੀਆ ਨੂੰ ਦਬਾਇਆ ਜਾਂਦਾ ਹੈ, ਉੱਥੇ ਲੋਕਾਂ ਦੇ ਮਨਾਂ ਚ ਆਕਰੋਸ਼ ਪੈਦਾ ਹੁੰਦਾ ਤੇ ਉਹ ਆਕਰੋਸ਼ ਕਿਸੇ ਨਾ ਕਿਸੇ ਬਹਾਨੇ ਫਿਰ ਉਹ ਬਾਹਰ ਨਿਕਲਦਾ ਤੇ ਇੱਥੇ ਆਪਾਂ ਜੇ ਸਿੱਧੇ ਲਫ਼ਜ਼ਾਂ ਚ ਕਹਿਣਾ ਹੋਵੇ ਵਿਦਿਆਰਥੀਆਂ ਨੇ ਤਾਂ ਪਲਟਤਾ ਨਹੀਂ, ਵਿਦਿਆਰਥੀ ਤਾਂ ਇੱਕ ਬਹਾਨਾ ਬਣੇ, ਰੈਜ਼ਰਵੇਸ਼ਨ ਬਹਾਨਾ ਬਣੀ, ਲੇਕਿਨ ਆਕਰੋਸ਼ ਤਾਂ ਬਹੁਤ ਕਾਰਨਾਂ ਕਰਕੇ ਸੀ। ਇਸ ਤੋਂ ਬਹੁਤ ਸਾਰੇ ਲੀਡਰਾਂ ਨੂੰ ਇਹ ਜਿਹੜੀ ਹੈ ਸੀਖ ਲੈ ਲੈਣੀ ਚਾਹੀਦੀ ਹੈ। ਆਪਾਂ ਇਹ ਚਰਚਾ ਜਾਰੀ ਰੱਖਾਂਗੇ, ਇੱਕ ਬ੍ਰੇਕ ਲਵਾਂਗੇ, ਹੋਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਲ। ਪਹਿਲਾਂ ਦੱਸੋ, ਜਿਸ ਤਰ੍ਹਾਂ ਦੀ ਚਰਚਾ ਹੋ ਰਹੀ ਹੈ ਕਿ ਉੱਥੇ ਜਮਾਤੇ ਇਸਲਾਮੀ, ਉੱਥੇ ISI, ਇਹ
ਅਸਲ ਦੇ ਵਿੱਚ ਪਿੱਛੇ ਕੰਮ ਕਰ ਰਹੀਆਂ ਨੇ। ਤੇ ਫਿਰ ਤਾਂ ਜੋ ਡਾਕਟਰ ਬਰਾੜ ਨੇ ਕਿਹਾ, ਫਿਰ ਤਾਂ ਸ਼ਰਨ ਦੇਣਾ ਵੀ ਅਦਰਵਾਈਜ਼ ਵੀ ਦੇਸ਼ ਲਈ ਕਾਫੀ ਗੰਭੀਰ ਚਿੰਤਾ ਦਾ ਵਿਸ਼ਾ। ਡਾਕਟਰ ਕੇਰ ਸਿੰਘ, ਕਿਵੇਂ ਦੇਖਦੇ ਹੋ ਇਹ ਸਾਰੀ ਗੱਲਬਾਤ? ਡਾਕਟਰ ਸਾਹਿਬ, ਬਹੁਤ ਅੱਛਾ। ਜਿੱਥੋਂ ਤੱਕ ਤੇ ਹਿੰਦੁਸਤਾਨ ਦਾ ਕੰਸਰਨ ਹੈ ਨਾ ਜੀ, ਇਹਦੇ ਬਾਰੇ ਉਹ ਆਪਣੇ ਸਾਰੇ ਹੀ ਬੁਲਾਰਿਆਂ ਨੇ ਬਹੁਤ ਸੁਚੱਜੇ ਢੰਗ ਨਾਲ ਕਹਿਤਾ, ਔਰ ਚੰਗੀ ਗੱਲ ਇਹ ਹੋਈ ਹੈ ਕਿ ਹਿੰਦੁਸਤਾਨ ਵਿੱਚ ਇੱਕ ਯਕਜਹਿਤੀ ਹੈਗੀ ਹੈ, ਯੂਨੈਨੀਮਿਟੀ ਇਹਨੇ ਵੀ ਹੈ ਕਿ ਕੋਈ ਕਿਸੇ ਕਿਸਮ ਦੀ ਪਾਰਟੀਆਂ ਦੇ ਵਿੱਚ ਰੱਸਾਕਸ਼ੀ ਇਸ ਇਸ਼ੂ 'ਤੇ ਨਹੀਂ। ਉਹ ਆਪਣੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਇਕੱਠੀਆਂ ਕਿ ਜੋ ਵਿਦੇਸ਼ੀ ਨੀਤੀ ਬਾਰੇ ਔਰ ਖਾਸ ਕਰਕੇ ਬੰਗਲਾਦੇਸ਼ ਪ੍ਰਤੀ ਜੋ ਮੌਜੂਦਾ ਸਰਕਾਰ ਐਟੀਟਿਊਡ ਲੈਂਦੀ ਉਹਨੂੰ ਉਹ ਸਪੋਰਟ ਕਰਨਗੇ, ਇਹ ਮੈਨੂੰ ਅੱਛੀ ਗੱਲ ਲੱਗੀ, ਹਾਂ ਜ਼ਰੂਰ ਗੱਲ ਹੈ। ਬਾਕੀ ਇੱਕ ਦੋ ਨੁਕਤੇ ਜਿਹੜੇ ਬਰਾੜ ਸਾਹਿਬ ਨੇ ਉਠਾਏ ਆ ਨਾ ਜੀ, ਬੜੇ ਮਹੱਤਵਪੂਰਨ। ਪਰ ਦੇਖੀ ਜੇ ਆਪਾਂ ਅੰਤਰਰਾਸ਼ਟਰੀ ਖੇਤਰ ਦੇ ਵਰਤਾਰੇ ਨੂੰ ਦੇਖੀਏ ਨਾ, ਵਾਲੀਆ ਸਾਹਿਬ, ਜਿੰਨੀ ਕੁ ਮੇਰੇ ਕੋਲ ਇਸ ਵੇਲੇ ਜ਼ਬਾਨੀ ਜਾਣਕਾਰੀ ਹੈਗੀ ਹੈ, ਮੈਂ ਯਾਦਦਾਸ਼ਤ ਵਿੱਚ ਮੇਰੀਆਂ ਗੱਲਾਂ ਹੈਗੀਆਂ, ਉਹ ਤੁਸੀਂ ਦੇਖੋ ਕਿ ਇਹ ਜਿਹੜਾ ਨਾ ਡੈਮੋਕ੍ਰੇਸੀ, ਜਿਸ ਨੂੰ ਆਪਾਂ ਲਿਬਰਲ ਡੈਮੋਕ੍ਰੇਸੀ ਦਾ ਇੱਕ ਲਵਾਦਾ ਹੈਗਾ, ਪਰ ਇਹ ਉਹਨਾਂ ਲੈਜੀਟੀਮੇਸੀ ਵਾਸਤੇ ਇਹ ਆਮ ਲੋਕਾਂ ਵਿੱਚ ਇਹ ਵਿਚਾਰ ਜ਼ਰੂਰ ਹੋਣਾ ਚਾਹੀਦਾ ਹੈ ਕਿ ਇਹ ਪਰਸੈਪਸ਼ਨ ਜ਼ਰੂਰ ਬਣਨੀ ਚਾਹੀਦੀ ਹੈ ਕਿ ਸਹੀ ਮਾਨਿਆਂ ਵਿੱਚ ਇਹ ਲੋਕਤੰਤਰੀ ਢੰਗ ਨਾਲ ਹੀ ਲੀਡਰ ਚੁਣੇ ਗਏ ਹਨ, ਅਤੇ ਜਦੋਂ ਉੱਥੇ ਪ੍ਰਸ਼ਨ ਚਿੰਨ ਹੋ ਜਾਏ ਤਾਂ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਪਰ ਦੂਸਰੇ ਪਾਸੇ ਸਮੱਸਿਆ ਵਾਲੀਆ ਸਾਹਿਬ ਇਹ ਹੈ ਕਿ ਜਿਹੜੀਆਂ ਵਨ ਪਾਰਟੀ ਸਟੇਟਸ ਨੇ ਜਾਂ ਰੀਅਲ ਟਰਮ ਵਿੱਚ ਆਪਾਂ ਡਿਕਟੇਟਰਸ਼ਿਪ ਜਿਸ ਨੂੰ ਆਪਾਂ ਕਹਿੰਦੇ, ਉੱਥੇ ਛੇਤੀ ਕੀਤੇ ਇਹੋ ਜਿਹੇ ਰਾਜ ਪਲਟੇ ਹੁੰਦੇ ਨਹੀਂ ਗੇ। ਤੁਸੀਂ ਦੇਖ ਲਓ ਆਪਣੇ, ਚਾਹੇ ਲੈਟਿਨ ਅਮਰੀਕਾ 'ਚ ਤੁਸੀਂ ਦੇਖ ਲਓ, ਚਾਹੇ ਵੀਤਨਾਮ 'ਚ ਤੁਸੀਂ ਦੇਖ ਲਓ, ਚਾਹੇ ਉਹ ਇੱਥੇ ਆਪਣਾ ਤੁਸੀਂ ਚਾਈਨਾ 'ਚ ਦੇਖ ਲਓ, ਕਿ ਜਦੋਂ ਥੋੜ੍ਹੀ ਜਿਹੀ ਵੀ ਵਿਰੋਧਤਾ ਸ਼ੁਰੂ ਹੁੰਦੀ ਤਾਂ ਉਹ ਰੂਥਲੈਸਲੀ ਕਰਸ਼ ਕਰ ਦਿੱਤੀ ਜਾਂਦੀ ਹੈ। ਇਹ ਵਰਤਾਰਾ ਇਹੀ ਹੈ ਕਿ ਡਿਕਟੇਟਰਸ਼ਿਪ ਜਿਹੜੀ ਹੈ ਨਾ, ਉਹ ਜੇ ਸਹੀ ਮਾਨਿਆਂ 'ਚ ਡਿਕਟੇਟਰਸ਼ਿਪ ਹੋਵੇ ਤਾਂ ਉਹਦਾ ਸਾਰੀਆਂ ਹੀ ਸੰਸਥਾਵਾਂ 'ਤੇ ਇੰਨੀ ਪਕੜ ਜ਼ਿਆਦਾ ਹੁੰਦੀ ਹੈ ਕਿ ਛੇਤੀ ਕੀਤੇ ਉੱਥੇ ਜੋ ਵੀ ਵਿਰੋਧਤਾ ਹੁੰਦੀ ਹੈ ਉਹਨੂੰ ਕਰਸ਼ ਕਰ ਦਿੱਤਾ ਜਾਂਦਾ। ਉਹ ਜਿੰਨਾ ਚਿਰ ਰਾਜ ਪਲਟਾ ਯਾਨੀ ਕਿ ਵਿਰੋਧੀ ਪੂਰਾ ਨਹੀਂ ਹੁੰਦਾ, ਉਹਨਾਂ ਚਿਰ ਉਹ ਫਿਰ ਸਮੱਸਿਆ ਨਾ। ਰਾਜ ਪਲਟੇ ਆਮ ਤੌਰ 'ਤੇ ਜਿਹੜੇ ਹੁੰਦੇ ਆ ਨਾ ਵਾਲੀਆ ਸਾਹਿਬ, ਉਹ ਅੰਤਰਰਾਸ਼ਟਰੀ ਤਾਕਤਾਂ ਦੀ ਦਖਲ ਅੰਦਾਜ਼ੀ ਨਾਲ ਹੁੰਦੇ ਆ। ਜਿੰਨਾ ਚਿਰ ਅੰਤਰਰਾਸ਼ਟਰੀ ਤਾਕਤਾਂ ਦਖਲ ਅੰਦਾਜ਼ੀ ਨਾ ਕਰਨ, ਉਹ ਰਾਜ ਪਲਟੇ ਹੁੰਦੇ ਨੇ। ਇਹ ਆਪਣੇ ਸਾਹਮਣੇ ਹੈ ਅੰਤਰਰਾਸ਼ਟਰੀ ਪੋਲੀਟਿਕਸ ਦੀ, ਜਿੰਨੀ ਕੁ ਮੈਨੂੰ ਇਸ ਵੇਲੇ ਜ਼ਬਾਨੀ ਯਾਦ ਗੱਲਾਂ ਆ ਰਹੀਆਂ, ਉਹਦੇ ਆਧਾਰ 'ਤੇ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਇਆ। ਹੁਣ ਬੰਗਲਾਦੇਸ਼ ਦੀ ਸਮੱਸਿਆ ਇਹ ਹੈ ਕਿ ਇਹ ਲਿਬਰਲ ਡੈਮੋਕ੍ਰੈਟਿਕ ਫਰੇਮਵਰਕ ਵਿੱਚ ਸੀਗਾ, ਪਰ ਇਹਦੀ ਫੰਕਸ਼ਨਿੰਗ ਜਿਹੜੀ ਆ ਉਹ ਡਿਕਟੇਟੋਰੀਅਲ ਸੀਗੀ। ਫੰਕਸ਼ਨਿੰਗ ਡਿਕਟੇਟੋਰੀਅਲ ਹੈ, ਅਤੇ ਜੋ ਲੋਕਤੰਤਰੀ ਢੰਗ ਹੈ ਯਾਨੀ ਚੋਣਾਂ ਦਾ ਢੰਗ ਤਰੀਕਾ ਹੈਗਾ ਉਹ ਵੀ ਨਾਲ ਦੀ ਨਾਲ ਚੱਲ ਰਿਹਾ ਸੀਗਾ, ਮਲਟੀ ਪਾਰਟੀ ਸਿਸਟਮ ਆਪਾਂ ਕਹਿ ਰਹੇ ਹੋਏ ਸੀ। ਸੋ ਇਹ ਮਿਲਗੋਭਾ ਜਿਹਾ ਹੁੰਦਾ, ਇਹਦੀ ਨਾਲ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ। ਦੂਸਰੀ ਗੱਲ ਜਿਹੜਾ ਬਰਾੜ ਸਾਹਿਬ ਨੇ ਨੁਕਤਾ ਉਠਾਇਆ ਨਾ, ਉਹ ਵੀ ਬੜਾ ਮਹੱਤਵਪੂਰਨ ਹੈ। ਪੋਲੀਟਿਕਸ ਦੇ ਵਿੱਚ ਆਪਣੀ ਆਮ ਤੌਰ 'ਤੇ ਪੋਲੀਟੀਕਲ ਸਾਇੰਸ 'ਚ ਇੱਕ ਫਰੇਜ਼ ਵਰਤੀ ਜਾਂਦੀ ਹੈ ਕਿ ਪਾਵਰ ਕਰਪਟਸ ਐਂਡ ਐਬਸੋਲੀਟ ਪਾਵਰ ਕਰਪਟਸ ਐਬਸੋਲੂਟ। ਇਹ ਜਿਹੜੀ ਗੱਲ ਬਰਾੜ ਸਾਹਿਬ ਕਹਿ ਰਹੇ ਸੀ ਨਾ, ਇਹ ਇਹਦੇ 'ਤੇ ਇਹ ਹੈ ਥਿਓਰਾਈਜ਼ ਕੀਤਾ ਗਿਆ ਹੋਇਆ ਕਿ ਜਦੋਂ ਤਾਕਤ, ਸਿਆਸੀ ਤਾਕਤ ਲਗਾਤਾਰ ਅਨਚੈਲੇਂਜਡ ਰਹੇ ਲੰਬੇ ਸਮੇਂ ਵਾਸਤੇ, ਤਾਂ ਉਹ ਜਿਹਨੂੰ ਕਹਿੰਦੇ ਨੇ ਕਿ ਸਿਰ ਨੂੰ ਚੜ੍ਹ ਜਾਂਦੀ ਹੈ। ਇਹ ਤਾਕਤ ਦੀਆਂ
ਅਲਾਮਤਾਂ ਹੁੰਦੀਆਂ ਹੈ ਤੇ ਇਹਨਾਂ ਤੋਂ ਕੋਈ ਵਿਰਲਾ ਹੀ ਬੰਦਾ ਬਚਦਾ ਹੈ। ਸੋ ਇਹ ਸਮੱਸਿਆਵਾਂ ਜਿੱਥੋਂ ਤੱਕ ਬਰਾੜ ਸਾਹਿਬ ਨੇ ਜਿਹੜੀ ਨੁਕਤੇ ਉਠਾਏ ਸੀਗੇ। ਅਖੀਰ ਤੇ ਮੈਂ ਸਿਰਫ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਹੈ ਕਿ ਇਹ ਜਿਹੜਾ ਤੁਸੀਂ ਕਹਿ ਰਹੇ ਸੀਗੇ ਨਾ ਕਿ ਭਾਰਤ ਵਿਸ਼ਵ ਗੁਰੂ ਦੀ ਗੱਲ ਕਰ ਰਿਹਾ, ਉਹ ਉਹ ਸਾਫਟ ਪਾਵਰ ਦੇ ਤੌਰ 'ਤੇ ਹੈਗਾ, ਉਹ ਸੱਭਿਆਚਾਰਕ ਤੌਰ 'ਤੇ ਹੈਗਾ। ਕੋਈ ਉਹ ਇਹ ਨਹੀਂ ਹੈ ਕਿ ਪੋਲੀਟੀਕਲੀ ਉਹਨੇ ਕੋਈ ਵਿਸ਼ਵ ਗੁਰੂ ਬਣ ਜਾਣਾ ਜਾਂ ਕੋਈ ਸਮੱਸਿਆ ਨਹੀਂ ਹੈ, ਉਹ ਹੋਰ ਖੇਤਰ ਦੀਆਂ ਗੱਲਾਂ ਹੈਗੀਆਂ। ਹਿੰਦੁਸਤਾਨ ਦੀ ਸਮੱਸਿਆ ਇਹ ਹੈ ਕਿ ਇਸ ਵੇਲੇ ਜਿਸ ਕਿਸਮ ਦੀ ਉਹਦੀ ਪੋਲੀਟਿਕਸ, ਇੰਟਰਨੈਸ਼ਨਲ ਪੋਲੀਟਿਕਸ ਹੈ, ਉਹ ਬਹੁਤ ਕਸੂਤੀ ਸਥਿਤੀ 'ਚ ਫਸਿਆ ਹੋਇਆ। ਚੀਨ ਨਾਲ ਸਾਡੀ ਲੜਾਈ ਚੱਲ ਰਹੀ ਹੋਈ ਆ, ਔਰ ਇੱਥੇ ਰੀਜਨਲ ਪਾਵਰਸ ਜਿਹੜੀਆਂ ਹੈਗੀਆਂ ਕੰਟਰੀਜ਼ ਦੀਆਂ, ਉਹ ਉਹਨਾਂ ਦੇ ਵਿੱਚ ਚੀਨ ਦੀ ਪਕੜ ਅੱਗੇ ਨਾਲੋਂ ਮਜ਼ਬੂਤ ਹੈ। ਔਰ ਦੂਸਰੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਉਹ ਹੁਣ ਅਮਰੀਕਾ ਵੀ ਕੋਈ ਭਾਰਤ ਦੇ ਬਹੁਤਾ ਹੱਕ ਵਿੱਚ ਨਹੀਂ ਹੈ। ਜਦੋਂ ਦਾ ਉਹਨਾਂ ਨੇ ਜੋ ਵੀ ਅਮਰੀਕਾ ਦੀ ਅੰਤਰਰਾਸ਼ਟਰੀ ਪਾਲਿਸੀ ਹੈਗੀ ਹੈ, ਔਰ ਜਿਹੜਾ ਹਿੰਦੁਸਤਾਨ ਹੈ ਉਹ ਰੂਸ ਪ੍ਰਤੀ ਵੀ ਆਪਣਾ ਸਾਫਟ ਕਾਰਨਰ ਰੱਖ ਰਿਹਾ ਹੋਇਆ, ਯੂਕਰੇਨ ਵਾਰ ਸਾਡੇ ਸਾਹਮਣੇ ਹੀ ਹੈਗੀ ਹੈ, ਅਤੇ ਉਹ ਵੀ ਖਾਸ ਕਿਸਮ ਦੀ ਇੱਕ ਸਿਆਸਤ ਕਰ ਰਿਹਾ ਹੋਇਆ, ਬੜੀ ਕੰਪਲੈਕਸ ਸਿਚੁਏਸ਼ਨ ਹੈ। ਸੋ ਇਸ ਹਾਲਾਤ 'ਚ ਮੈਨੂੰ ਲੱਗਦਾ ਇਹੀ ਹੈ ਕਿ ਸਾਡੇ ਬਹੁਤ ਹਿੱਤ ਜੁੜੇ ਹੋਏ ਹੈ, ਆਰਥਿਕ ਹਿੱਤ ਵੀ ਜੁੜੇ ਹੋਏ ਹੈ, ਸਮਾਜਿਕ ਵੀ ਜੁੜੇ ਹੋਏ, ਰਾਜਨੀਤਿਕ ਵੀ ਜੁੜੇ ਹੋਏ ਹੈ, ਅਤੇ ਬਹੁਤ ਸੰਭਲ ਕੇ ਚੱਲਣ ਦੀ ਲੋੜ। ਬਹੁਤ ਡਾਕਟਰ ਸਾਹਿਬ, ਜਿਹੜਾ ਅਹਿਮ ਨੁਕਤਾ ਹੈ ਉਹ ਇਹ ਵੀ ਹੈ ਕਿ ਜੇ ਹਿੰਦੁਸਤਾਨ ਸ਼ਰਨ ਦਿੰਦਾ ਹੈ, ਜਿਹੜੀ ਵੀ ਸਰਕਾਰ ਹੁਣ ਬਣੂ ਉਹਦੇ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨ ਰਹਿਣਗੇ, ਇਹ ਵੀ ਤਾਂ, ਕਿਉਂਕਿ ਜਿਹੜੀ ਸਰਕਾਰ ਹੁਣ ਬਣਨੀ ਹੈ ਜਾਂ ਬਣ ਜਾ ਰਹੀ ਹੈ, ਖਲ ਦੀ ਹੈ ਜਿਹੜੀ ਹੈ, ਜੇ ਬਾਹਰ ਆ ਰਹੀ ਹੈ ਤਾਂ ਮੇਰਾ ਖੜਾ ਬਾਹਰ ਆ ਗਈ ਹੋਣੀ ਜਾਂ ਅੱਜ ਸ਼ਾਮ ਤੱਕ ਆਜੂਗੀ, ਤਾਂ ਸਰਕਾਰ ਤਾਂ ਇਸ ਤਰ੍ਹਾਂ ਹੀ ਬਣਨੀ ਹੈ, ਸਾਰੀਆਂ ਪਾਰਟੀਆਂ ਨੂੰ ਲੈ ਕੇ ਬਣਾ ਰਹੀ ਹੈ ਸਰਕਾਰ, ਜਿਹੜੀ ਜਿਹੜਾ ਜਨਰਲ ਹੈ ਹੁਣ ਆਰਮੀ ਚੀਫ ਹੈ, ਜਿਸ ਤਰ੍ਹਾਂ ਦੀ ਗੱਲ ਉਹਨੇ ਕਹੀ ਹੈ। ਖੈਰ ਉਸਨੇ ਇਸ ਵਾਰ ਜਿਹੜੇ ਤੁਸੀਂ ਕਹੇ ਨਾ, ਮਿਲਟਰੀ ਨੇ ਇੱਥੇ ਜਵਾਬ ਹੀ ਦੇ ਤਾ ਇਹਨੂੰ ਗੋਲੀ ਚਲਾਉਣ ਤੋਂ, ਵੀ ਅਸੀਂ ਸਟੂਡੈਂਟਸ ਤੇ ਗੋਲੀ ਨਹੀਂ ਚਲਾਉਣੀ, ਅਖੀਰਲੇ ਦਿਨ ਤਾਂ ਇਹ ਹਾਲ ਰਿਹਾ। ਜਸਪ੍ਰੀਤ ਦਰਬਾਲ ਸਾਹਿਬ, ਆਵਾਜ਼ ਫੇਰ ਨਹੀਂ ਆ ਰਹੀ ਤੁਹਾਡੀ, ਅਨਮਿਊਟ ਕਰੋ ਦਰਬਾਲ ਸਾਹਿਬ। ਦਰਬਾਲ ਸਾਹਿਬ ਟਾਈਮ ਪਹਿਲੇ ਹੀ ਬੜਾ ਘੱਟ ਹੁੰਦਾ ਆਪਣੇ ਕੋਲ। ਚਲੋ ਚੇਤਨ ਮੋਹਨ ਜੋਸ਼ੀ ਸਾਹਿਬ ਜੀ, ਜੀ ਲਾਸਟ ਪਲੀਜ਼। ਮੈਂ ਜਿੰਨੇ ਵੀ ਇੱਥੇ ਚਾਹੇ ਕਾਂਗਰਸ ਦਰਬਾਲ ਸਾਹਿਬ ਬੈਠੇ ਨੇ, ਚਾਹੇ ਡਾਕਟਰ ਖੇਡ ਸਿੰਘ ਨੇ ਜਾਂ ਸਾਡੇ ਦੂਸਰੇ ਸਾਡੇ ਮਹਿਮਾਨ ਨੇ, ਮੈਂ ਇੱਥੇ ਉਹ ਕਹਿੰਦਾ ਕਿ ਇਹ ਇੱਕ ਐਸਾ ਸੰਜੀਦਗੀ ਵਾਲਾ ਮੁੱਦਾ ਵਾ, ਇਹਦੇ ਤੇ ਆਉਣ ਵਾਲੇ ਸਮੇਂ ਦੇ ਉੱਤੇ ਨਿਰਧਾਰਿਤ ਹੋਣਗੀਆਂ ਸਾਡੀਆਂ ਨੀਤੀਆਂ। ਬਾਕੀ ਏਡਾ ਸੌਖਾ ਨਹੀਂ ਹੁੰਦਾ ਕਿ ਕਿਸੇ ਮੁਲਕ ਦੀ ਇਨਵੈਸਟਮੈਂਟ ਕਿਤੇ ਹੋਈ ਹੋਏ ਤੇ ਉਹਨੂੰ ਏਦਾਂ ਹੀ ਛੱਡ ਦਿੱਤਾ ਜਾਵੇ। ਚਾਈਨਾ ਦਾ ਜੇ ਦੂਜੇ ਮੁਲਕਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਇਨਵੈਸਟਮੈਂਟ ਹੈਗੀ ਆ, ਉਹ ਜਾਣਨ ਚਾਈਨਾ ਜਾਣੇ, ਲੇਕਿਨ ਜਿੱਥੇ ਜਿੱਥੇ ਭਾਰਤ ਦੀ ਵਿਦੇਸ਼ ਨੀਤੀ ਕਹਿੰਦੀ ਹੈ, ਕਿਉਂਕਿ ਇਸ ਨੀਤੀਆਂ ਦੇ ਦੌਰਾਨ ਅਸੀਂ ਲੋਕ ਇਸ ਟਾਈਮ ਤੇ ਜਿਹੜੀ ਸਾਡੀ ਪ੍ਰਾਇਓਰਿਟੀ ਆ ਉਹ ਹੈਗੀ ਵੀ ਜਿਹੜਾ ਵੀ ਕੋਈ ਹਿੰਦੁਸਤਾਨ ਦਾ ਵਾਸੀ ਉੱਥੇ ਹੈਗਾ ਉਹਨੂੰ ਹਿੰਦੁਸਤਾਨ ਵਾਪਸ ਸੁਰੱਖਿਅਤ ਲਿਆਂਦਾ ਜਾਵੇ, ਚਾਹੇ ਵਿਦਿਆਰਥੀ ਹੋਵੇ, ਚਾਹੇ ਉਹ ਸਾਡੇ ਉੱਥੇ ਜੋਬ ਕਰ ਰਹੇ ਲੋਕ ਹੋਣ, ਚਾਹੇ ਸਾਡੇ ਸਾਇੰਟਿਸਟ ਹੋਵੇ, ਚਾਹੇ ਕੋਈ ਵੀ ਹੋਵੇ। ਇਹ ਇਹ ਜਿਹੜੀ ਜੇ ਜਿਹੜੀ ਚੀਜ਼ ਆ ਇਹਦੇ ਦੇ ਉੱਤੇ ਬਿਲਕੁਲ ਅਸੀਂ ਇਸ ਟਾਈਮ ਫਿਲਹਾਲ ਭਾਰਤ ਸਰਕਾਰ ਦਾ ਬਿਲਕੁਲ ਫੋਕਸ ਹੈਗਾ ਵਾ ਕਿ ਆਪਣੀ ਜਾਨ ਮਾਲ ਦੀ ਸੁਰੱਖਿਆ, ਜਿਹੜੇ ਲੋਕ ਉੱਥੇ ਹਿੰਦੁਸਤਾਨੀ ਕਰਦੇ ਪਏ ਨੇ ਉਹਨਾਂ ਨੂੰ ਸਹੀ ਸਲਾਮਤ ਹਿੰਦੁਸਤਾਨ ਲਿਆ ਜਾਵੇ। ਬਾਕੀ
ਇੰਨੀ ਛੇਤੀ ਨਹੀਂ ਕੋਈ ਵੀ ਸਟੈਪ ਲੈ ਸਕਦੇ ਕਿ ਸਾਡਾ ਆਉਣ ਵਾਲਾ ਸਿਗਨਲ ਕੀ ਹੋਏਗਾ। ਨਹੀਂ ਨਹੀਂ ਜੋਸ਼ੀ ਸਾਹਿਬ, ਪ੍ਰੋਬਲਮ ਇਹ ਨਹੀਂ ਹੈ, ਇਹ ਤਾਂ ਆ ਜਾਣਗੇ। ਪ੍ਰੋਬਲਮ ਤਾਂ ਇਹ ਹੈ ਜਿਸ ਤਰੀਕੇ ਦੇ ਉੱਥੇ ਟਾਰਗੇਟ ਕੀਤਾ ਜਾ ਰਿਹਾ ਨਾ, ਉਹ ਬੰਦੇ ਜਦੋਂ ਜੇ ਤੁਸੀਂ ਐਡੀ ਵੱਡੀ ਗਿਣਤੀ 1 ਕਰੋੜ ਹਿੰਦੂਆਂ ਨੂੰ ਕਿਵੇਂ ਸੰਭਾਲੋਗੇ ਤੁਸੀਂ? ਇਹ ਵੀ ਤਾਂ ਇਕੱਲੇ ਇਹ ਨਹੀਂ ਹੈ, ਹੋਰ ਬੜੇ ਪਹਿਲੇ ਹੀ ਸਾਡੇ ਕੋਲ ਤਾਂ, ਅਸੀਂ ਤਾਂ ਪੰਜਾਬ ਦੇਖਿਆ ਬੰਗਲਾਦੇਸ਼ੀ ਆਪਦੀਆਂ ਕਲੋਨੀਆਂ ਬਣਾਈ ਬੈਠੇ, ਸਾਡੇ ਤਾਂ ਹਾਲ ਇਹ ਹੋਇਆ ਪਿਆ। ਤੇ ਇਹ ਇੱਕ ਬਹੁਤ ਵੱਡੀ ਸਮੱਸਿਆ। ਆਪਾਂ ਦੇਖੀਏ 71 ਚ ਕਿਵੇਂ ਲੋਕ ਆਏ ਨੇ ਉੱਥੇ। ਖੈਰ, ਜਸਪ੍ਰੀਤ ਸਿੰਘ ਨਰਵਾਲ ਸਾਹਿਬ ਦੇ ਤੁਹਾਡੀ ਆਵਾਜ਼ ਆ ਗਈ, ਤੁਹਾਡੀ ਲਾਸਟ ਟਿੱਪਣੀ। ਹਾਂਜੀ ਹਾਂਜੀ, ਮੇਰੀ ਆਵਾਜ਼ ਆ ਰਹੀ ਹੈ? ਜੀ ਆ ਰਹੀ ਹੈ। ਦੇਖੋ ਵਾਲੀਆ ਸਾਹਿਬ, ਇਹ ਗੰਭੀਰ ਮਸਲਾ ਬਹੁਤ ਜ਼ਿਆਦਾ ਗੰਭੀਰ ਭਾਰਤ ਲਈ ਬਣਦਾ ਜਾ ਰਿਹਾ, ਕਿਉਂਕਿ ਕਾਰਨ ਵਿੱਚੋਂ ਇਕੱਲਾ ਉਹਨਾਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਹੈ ਉਹਨੂੰ ਸ਼ਰਨ ਦੇਣ ਦਾ ਨਹੀਂ ਹੈ, ਕਾਰਨ ਵਿੱਚੋਂ ਜਿਹੜੇ ਹੈਗੇ ਆ ਕਿ ਸਾਡੀ ਜਿਹੜੀ ਸਰਹੱਦ ਹੈ ਉਹਦੀ ਰਾਖੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਜਿੱਥੇ ਤੱਕ ਗੱਲ ਕੀਤੀ ਜਾਵੇ ਸਾਡੇ ਵਪਾਰ ਦੀ, $15 ਬਿਲੀਅਨ, $15.9 ਬਿਲੀਅਨ ਦਾ ਜਿਹੜਾ ਇਨਵੈਸਟਮੈਂਟ ਸਾਡਾ ਵਪਾਰ ਉੱਥੇ ਚੱਲ ਰਿਹਾ ਹੈ, ਇੱਕ ਬਹੁਤ ਵੱਡੀ ਰਕਮ ਹੋ ਜਾਂਦੀ ਹੈ। ਔਰ ਉਸ ਦੇ ਨਾਲ ਬਹੁਤ ਸਾਰੀਆਂ ਇੰਡਸਟਰੀਜ਼ ਇਫੈਕਟ ਹੁੰਦੀਆਂ ਨੇ, ਸੋ ਬਹੁਤ ਸਾਰਾ ਸਾਡੇ ਕੋਲੋਂ ਮਾਲ ਉੱਥੋਂ ਬਣ ਕੇ ਵੀ ਆਉਂਦਾ ਸੀ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਉਹਨਾਂ ਨੂੰ ਸਪੋਰਟ ਵੀ ਕਰਦੇ ਸੀਗੇ। ਸੋ ਉਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਹੈ ਕਿ ਭਾਰਤ ਨੂੰ ਆਪਣੀ ਜਿਹੜੀ ਨੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਕਰਨੀ ਪੈਣੀ ਹੈ, ਔਰ ਬਕਾਇਦਾ ਤੌਰ ਤੇ ਲੀਡਰ ਆਫ ਆਪੋਜੀਸ਼ਨ ਵਿਰੋਧੀ ਧਿਰ ਇਸ ਵੇਲੇ ਇਸ ਮੁੱਦੇ ਦੇ ਉੱਤੇ, ਫੋਰਨ ਪਾਲਿਸੀ ਦੇ ਉੱਤੇ, ਬੰਗਲਾਦੇਸ਼ ਦੇ ਮੁੱਦੇ ਦੇ ਉੱਤੇ ਭਾਰਤ ਸਰਕਾਰ ਦੇ ਨਾਲ ਖੜੀ ਹੈ। ਔਰ ਜੋ ਵੀ ਭਾਰਤ ਦੇ ਲੋਕਾਂ ਦੇ ਹਿੱਤ ਦੇ ਲਈ ਫੈਸਲੇ ਲਏ ਜਾਣਗੇ, ਜੋ ਭਾਰਤ ਦੀ ਇਕਨੋਮਿਕ ਕੰਡੀਸ਼ਨ ਦੇ ਲਈ ਫੈਸਲੇ ਦਿੱਤੇ ਜਾਣਗੇ, ਜੇ ਜੋ ਜਿਸ ਤਰੀਕੇ ਦੀ ਵੀ ਮਦਦ ਦੀ ਲੋੜ ਪਈ ਬੰਗਲਾਦੇਸ਼ ਨੂੰ, ਜੇ ਭਾਰਤ ਦੀ ਸਰਕਾਰ ਵੱਲੋਂ ਦਿੱਤੀ ਜਾਏਗੀ, ਤਾਂ ਉਹਦਾ ਜਿਹੜਾ ਪੂਰਨ ਤੌਰ ਦੇ ਉੱਤੇ ਵਿਰੋਧੀ ਦਲ ਸਮਰਥਨ ਕਰੇ। ਦੇਖੋ ਨਰਵਾਲ ਸਾਹਿਬ, ਇਹ ਤਾਂ ਹੁੰਦਾ ਹੀ ਹੈ। ਅਟਲ ਬਿਹਾਰੀ ਵਾਜਪਾਈ ਤਾਂ ਹੁਣ ਤੱਕ ਅਸੀਂ ਯਾਦ ਕਰਦੇ ਹਾਂ, 71 ਦੇ ਵਿੱਚ ਜਦੋਂ ਇੰਦਰਾ ਗਾਂਧੀ ਦੇ ਜਦੋਂ ਬੰਗਲਾਦੇਸ਼ ਬਣਿਆ ਜਿਹੜਾ ਪੂਰਬੀ ਪਾਕਿਸਤਾਨ ਹੈ, ਤੋ ਇੰਦਰਾ ਜੀ ਇੰਡੀਆ ਇੰਡੀਆ ਜੀ ਇੰਦਰਾ ਦਾ ਜਿਹੜਾ ਨਾਰਾ ਦਿੱਤਾ ਸੀ ਹੁਣ ਤੱਕ ਅਸੀਂ ਯਾਦ ਕਰਦੇ। ਜਦੋਂ ਦੇਸ਼ ਦਾ ਮਸਲਾ ਉਦੋਂ ਤਾਂ ਸਾਰੇ ਇਕੱਠੇ ਨੇ, ਚੰਗੀ ਗੱਲ ਹੈ ਰਾਹੁਲ ਗਾਂਧੀ ਜਾ ਕੇ ਵਿਦੇਸ਼ ਮੰਤਰੀ ਨੂੰ ਮਿਲੇ ਨੇ, ਔਰ ਵਿਦੇਸ਼ ਮੰਤਰੀ ਨੇ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਜਿਹੜੀ ਆਪਣੀ ਗੱਲ ਸਾਰੀ ਦੱਸੀ ਹੈ ਕਿ ਸਿਸਟਮ ਉੱਥੇ ਕਿਵੇਂ ਚੱਲ ਰਿਹਾ ਹੈ। ਡਾਕਟਰ ਬਰਾੜ, ਤੁਹਾਡਾ ਲਾਸਟ ਕਮੈਂਟ। ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਕਿ ਜਿਹੜੀ ਹੁਣ ਇਹ ਸਾਡੇ ਕੋਲ ਸਮੱਸਿਆ ਆਈ ਵੀ ਆ, ਇਸ ਦੇ ਲਈ ਸਾਰੇ ਦੇਸ਼ ਨੂੰ ਵੀ ਇੱਕਜੁੱਟ ਹੋ ਕੇ ਇਸ ਦਾ ਹੱਲ ਕੱਢਣਾ ਚਾਹੀਦਾ। ਜੋ ਕਿਹਾ ਕਿ ਕੱਢਿਆ ਜਾ ਰਿਹਾ, ਬਹੁਤ ਵਧੀਆ ਗੱਲ ਆ, ਕਿਉਂਕਿ ਇਹ ਅਚਾਨਕ ਵਾਪਰੀ ਘਟਨਾ, ਕੁਝ ਦੇਰ ਬਾਅਦ ਇਹਦੇ ਤੇ ਪੋਲਿਟਿਕਸ ਸ਼ੁਰੂ ਹੋਵੇਗੀ, ਇਸ ਗੱਲ ਤੋਂ ਆਪਾਂ ਇਨਕਾਰ ਨਾ ਕਰੀਏ। ਤੇ ਦੂਸਰੀ ਜਿਹੜੀ ਗੱਲ ਹੈ ਕਿ ਇਨਵੈਸਟਮੈਂਟ ਦੀ ਬਜਾਏ ਮਨੁੱਖੀ ਜਾਨ ਮਹੱਤਵਪੂਰਨ ਆ, ਪਹਿਲਾਂ ਸਾਨੂੰ ਮਨੁੱਖੀ ਜਾਨਾਂ ਦਾ ਫਿਕਰ ਹੋਣਾ ਚਾਹੀਦਾ, ਇਨਵੈਸਟਮੈਂਟ ਦੀ ਜਾਂ ਮੁਨਾਫੇ ਦੀ ਗੱਲ ਬਾਅਦ ਦੇ ਵਿੱਚ ਹੋਣੀ ਚਾਹੀਦੀ। ਤੀਜੀ ਜਿਹੜੀ ਗੱਲ ਹੈ ਕਿ ਇਹਦੇ ਵਿੱਚੋਂ ਸਾਨੂੰ ਕੁਝ ਸਬਕ ਵੀ ਸਿੱਖਣੇ ਚਾਹੀਦੇ ਹੈਗੇ ਆ ਕਿ ਡਿਕਟੋਰੀਅਲ ਐਕਟ ਐਟੀਚਿਊਡ ਕਿਸੇ ਦਾ ਵੀ ਹੋਵੇ ਉਹ ਮਾੜਾ ਹੀ ਮਾੜਾ ਹੁੰਦਾ ਹੈਗਾ। ਜਦੋਂ ਐਜੀਟੇਟਰਾਂ ਨੂੰ ਅੱਤਵਾਦੀ ਜਾਂ ਖਾਲਿਸਤਾਨੀ ਜਾਂ ਕੁਝ ਵੀ ਆਖਿਆ ਜਾਂਦਾ ਹੈ, ਉਸ ਦਾ ਅਰਥ ਫਿਰ ਇਹ ਬਣ ਜਾਂਦਾ ਹੈ। ਉੱਥੇ ਇੱਕ ਛੋਟਾ ਜਿਹਾ ਸ਼ਬਦ ਆ ਜਿਹੜਾ ਰਜ਼ਾਕਾਰ, ਉਹਨੇ ਇਹ ਜਿਹਨੂੰ ਕਹਿ ਸਕਦੇ ਹਾਂ ਕਿ ਪਲੀਤੀ ਲਾਈ, ਤੇ ਇੱਥੋਂ ਇਹ ਵੀ ਜਾ ਰਿਹਾ ਕਿ ਕਿਸੇ ਵੀ ਦੇਸ਼ ਦੇ ਹਾਕਮ ਹੋਣ, ਉਹਨਾਂ ਨੂੰ ਲੋਕ ਆਵਾਜ਼ ਹੈ ਜਿਹੜੀ ਉਹਨੂੰ ਸੁਣਨਾ ਚਾਹੀਦਾ ਹੈ। ਬਾਕੀ ਇਹ ਕਿ ਜਾਣ ਮਾਲ ਦੀ ਤਾਂ ਸ਼ਾਂਤੀ ਦੇ ਲਈ ਆਪਾਂ ਕਹਿ ਸਕਦੇ ਹਾਂ, ਥੋੜੀ ਜਿਹੀ ਜਾਣਕਾਰੀ ਇਹ ਆ ਰਹੀ ਹੈ ਕਿ ਸ਼ਾਇਦ ਜਿਹੜੇ ਉਹਨਾਂ ਦੇ ਨੋਬਲ ਲੋਰੀਏਟ ਆ ਮੁਹੰਮਦ ਯੂਨਸ, ਸ਼ਾਇਦ ਉਹ ਇਸ ਗੱਲ ਨੂੰ ਮੰਨ ਗਏ ਕਿ ਜੇ ਫੌਜ ਵਿਰੋਧੀ ਧਿਰ ਤੇ ਵਿਦਿਆਰਥੀ ਤਿੰਨੇ ਧਿਰਾਂ ਜੇ ਮੈਨੂੰ ਪ੍ਰਵਾਨ ਕਰਦੀਆਂ ਤਾਂ ਮੈਂ ਅੰਤਰਿਮ ਸਰਕਾਰ ਆ ਜਿਹੜੀ
ਉਹ ਰਨ ਕਰਨ ਲਈ ਤਿਆਰ ਆ। ਮੇਰਾ ਖਿਆਲ ਆ ਕਿ ਜੇ ਇਸ ਤਰ੍ਹਾਂ ਦੀ ਕੋਈ ਸਰਬ ਸਾਂਝੀ ਬਣ ਕੇ ਦੁਬਾਰਾ ਉੱਥੇ ਚੋਣਾਂ ਹੋਣ ਤਾਂ ਉਹ ਸਾਡੇ ਗੁਆਂਢੀ ਦੇਸ਼ ਲਈ ਤੇ ਸਾਡੇ ਲਈ ਚੰਗੀ ਗੱਲ ਹੋਵੇ। ਦੇਖੋ ਇਹ ਗੱਲ ਆਈ ਹੈ ਕਿ ਮੁਹੰਮਦ ਯੂਨਸ ਹੋਰਾਂ ਨੂੰ ਅਪਰੋਚ ਕੀਤਾ ਗਿਆ, ਪਰ ਹੁਣ ਗੱਲ ਤਾਂ ਇਹ ਹੈ ਕਿ ਮੁਹੰਮਦ ਯੂਨਸ ਪੋਲੀਟੀਸ਼ੀਅਨ ਨਹੀਂ ਹੈ। ਜਿਸ ਤਰ੍ਹਾਂ ਦੀ ਉੱਥੇ ਹਿੰਸਾ ਫੈਲੀ ਹੋਈ ਹੈ, ਉੱਥੇ ਉਹ ਕਿਵੇਂ ਕੰਟਰੋਲ ਕਰਦੇ ਨੇ, ਮਿਲਟਰੀ ਕਿਵੇਂ ਕੰਟਰੋਲ ਕਰਦੀ ਹੈ, ਇਹ ਬੜੇ ਵੱਡੇ ਸਵਾਲ ਨੇ। ਮਿਲਟਰੀ ਦੇ ਚੀਫ ਨੇ ਤਾਂ ਇਹ ਵੀ ਕਿਹਾ ਕਿ 3 ਦਿਨ ਹੋ ਜਾਣੇ ਨੇ, ਕੱਲ੍ਹ ਅਸੀਂ ਕਰਫਿਊ ਹਟਾ ਦਾਂਗੇ। ਲੇਕਿਨ ਜੇ ਕਰਫਿਊ 'ਚ ਇੰਨੀ ਹਿੰਸਾ ਹੋ ਰਹੀ ਹੈ, ਉਸ ਤੋਂ ਬਿਨਾਂ ਕਿਵੇਂ ਦੇਖੋਗੇ? ਹਿੰਸਾ ਦਾ ਹਾਲ ਤਾਂ ਇਹ ਹੈ ਕਿ ਬੰਦੇ ਨੂੰ ਜਿਉਂਦਾ ਜਲਾ ਤਾ, ਹਿੰਸਾ ਦਾ ਹਾਲ ਹੈ ਕਿ ਇੱਕ ਮੰਤਰੀ ਦਾ ਘਰ ਹੀ ਜਿਹੜਾ ਮੈਂ ਦੇਖ ਰਿਹਾ ਸੀ ਉਹ ਅੱਗ ਲਾ ਤੀ। ਇਸ ਕਿਸਮ ਦੀ ਗੱਲ ਹੈ। ਸਾਡੇ ਜਿਹੜੇ ਕੰਸਰਨ ਇੱਕ ਬਹੁਤ ਵੱਡਾ ਹੈ ਕਿ ਐਡਾ ਵੱਡਾ ਜਿਹੜਾ ਹੈ ਬਾਰਡਰ ਹੈ, 4000 ਕਿਲੋਮੀਟਰ ਤੋਂ ਵੱਧ, 3-4 ਸਟੇਟ ਪੂਰੀਆਂ ਨਾਲ ਲੱਗਦੀਆਂ ਨੇ, ਉਹ ਤੇ ਇਕੱਲੀ BSF ਕਿਵੇਂ ਇੰਨੀ ਨਿਗਾਹ ਰੱਖ ਸਕਦੀ ਹੈ? ਜੇ ਉਧਰੋਂ ਲੋਕਾਂ ਨੇ ਇੱਧਰ ਆਉਣਾ ਸ਼ੁਰੂ ਕਰਤਾ ਤਾਂ ਬਹੁਤ ਵੱਡੀ ਸਮੱਸਿਆ ਸਾਡੇ ਦੇਸ਼ ਦੇ ਲਈ ਬਣ ਸਕਦੀ ਹੈ। ਇਹ ਵੀ ਤਾਂ ਸਾਡਾ ਖਿਆਲ ਰੱਖਣ ਦੀ ਲੋੜ ਹੈ। ਇੰਟਰਨੈਸ਼ਨਲ ਲੈਵਲ ਤੇ ਵੀ ਬੜਾ ਕੁਛ ਹੁਣ ਚੱਲ ਰਿਹਾ ਹੈ, ਔਰ ਜੇ ਜਿਸ ਤਰੀਕੇ ਨਾਲ ਬਹੁਤ ਸਾਰੇ ਲੋਕ ਜਮਾਤੇ ਇਸਲਾਮੀ ਦਾ ਨਾਂ ਲੈ ਰਹੇ ਨੇ ਜਾਂ ISI ਦਾ, ਵੈਸੇ ਇਹ ਗੱਲ ਹੋ ਵੀ ਸਕਦੀ ਹੈ ਕਿ ਜੇ ਉਹ ਆਉਂਦੇ ਨੇ ਤਾਂ ਫਿਰ ਕਿਸ ਕਿਸਮ ਦੀ ਸਰਕਾਰ ਬਣੂਗੀ? ਤੇ ਅੱਗੇ ਹੀ ਸਰਕਾਰ ਆਪਾਂ ਦੇਖ ਹੀ ਰਹੇ ਹਾਂ, ਜਿੱਥੇ ਜਿੱਥੇ ਇਸ ਤਰ੍ਹਾਂ ਦੀਆਂ ਸਰਕਾਰਾਂ ਬਣੀਆਂ ਨੇ ਤੇ ਉੱਥੇ ਫਿਰ ਸਿਰਦਰਦੀ ਤਾਂ ਵਧੀ ਹੈ ਗੁਆਂਢੀ ਦੇਸ਼ ਆਉਣ ਦੇ ਨਾਤੇ। ਗੁਆਂਢੀ ਤਾਂ ਉਹੀ ਚੰਗਾ ਹੁੰਦਾ ਜਿੱਥੇ ਸ਼ਾਂਤੀ ਹੋਵੇ, ਜੇ ਗੁਆਂਢ 'ਚ ਲੜਾਈ ਝਗੜਾ ਰਹਿੰਦਾ ਹੈ ਤੇ ਫਿਰ ਬੜੀ ਮੁਸ਼ਕਲ ਹੋ ਜਾਂਦੀ ਹੈ। ਤੋ ਇਹ ਸਾਰੀ ਗੱਲਬਾਤ ਦੇ ਵਿੱਚ ਮਸਲਾ ਵੱਡਾ ਹੈ। ਉਹ ਤੋਂ ਜਿਹੜੇ ਸਬਕ ਸਿੱਖਣ ਵਾਲੀ ਗੱਲ ਹੈ ਉਹ ਤਾਂ ਇਹੀ ਹੈ ਕਿ ਭਾਈ ਜੇ ਡੈਮੋਕਰੇਸੀ ਹੈ, ਸਹੀ ਤਰੀਕੇ ਨਾਲ ਡੈਮੋਕਰੇਟਿਕ ਢੰਗ ਨਾਲ ਚੱਲੇ। ਤੇ ਜਬ ਬਿਲਕੁਲ ਇਹ ਗੱਲ ਡਾਕਟਰ ਬਰਾੜ ਦੀ ਬਿਲਕੁਲ ਠੀਕ ਹੈ, ਜੇ ਇੱਕ ਸ਼ਬਦ ਜੇ ਜਿਹੜੀ ਸੇਖ ਹਸੀਨਾ ਇਹ ਐਜੀਟੇਟਰਸ ਬਾਰੇ ਇਸ ਤਰ੍ਹਾਂ ਦੇ ਨਾ ਬੋਲਦੀ, ਇਹਨਾਂ ਨੂੰ ਟੈਸਟ ਨਾ ਦੱਸਦੀ, ਇਹਨਾਂ ਨੂੰ ਵਿਦਿਆਰਥੀ ਕਹਿੰਦੀ ਵੀ ਇਹ ਵਿਦਿਆਰਥੀ ਦੀ, ਜਾਂ ਵਿਦਿਆਰਥੀਆਂ ਨੂੰ ਫੜ ਕੇ ਧੱਕੇ ਨਾਲ ਵੀਡੀਓ ਨਾ ਬਣਾਈ ਜਾਂਦੀ ਕਿ ਅਸੀਂ ਵਾਪਸ ਲੈਣੇ ਆ, ਇਹ ਜਾ ਜਿੱਥੇ ਵੀ ਧੱਕਾ ਹੋਊਗਾ। ਅਸੀਂ ਵੀ ਦੇਖਿਆ ਪੰਜਾਬ ਚ ਕਿੰਨਾ ਧੱਕਾ, ਫੜ ਕੇ 2 ਬੰਦਿਆਂ ਨੂੰ ਕਹੋ ਜੀ ਇਹਨਾਂ ਨੇ ਕਰਾਇਆ ਜੀ ਬੇਅਦਬੀ, ਇਸ ਤਰ੍ਹਾਂ ਦੀਆਂ ਗੱਲਾਂ ਉੱਥੇ ਵੀ ਆਈ ਹੋਏ ਆ। 3 ਵਿਦਿਆਰਥੀਆਂ ਨੂੰ ਫੜ ਕੇ ਧੱਕਾ ਯੂਨੀਵਰਸਿਟੀ ਦੇ, ਇੱਕ ਲੈਂਗੁਏਜ ਦਾ ਸੀ, ਕਹਿੰਦੇ ਵੀਡੀਓ ਪਾਓ, ਉਹਨਾਂ ਦੇ ਕੁੱਟ ਹਾਲ ਤੱਕ ਪਏ ਨੇ ਹਸਪਤਾਲ ਚ। ਤੋ ਇਸ ਤਰ੍ਹਾਂ ਦੀ ਜਿੱਥੇ ਵੀ ਧੱਕਾ ਹੋਊਗਾ ਫਿਰ ਉੱਥੇ ਆਹੀ ਹਾਲ ਹੋਊਗਾ ਜੋ ਸ਼ੇਖ ਹਸੀਨਾ ਦਾ ਹੋਇਆ। ਇੱਥੋਂ ਬੜਾ ਕੁਛ ਸਿੱਖਣ ਦੀ ਲੋੜ ਹੈ। ਵੈਸੇ ਜਿਸ ਤਰੀਕੇ ਨਾਲ ਇਹ ਹੋਇਆ, ਮਸਲਾ ਖੜਾ ਹੋਇਆ, ਜਿਸ ਤਰ੍ਹਾਂ ਦਾ ਸਾਡਾ ਟਾਈਟਲ ਹੈ, ਉੱਥੇ ਦਾ ਸਿਆਸੀ ਘਮਸਾਨ ਹਿੰਦੁਸਤਾਨ ਨੂੰ ਸੱਚਮੁੱਚ ਹੀ ਬਹੁਤ ਸਾਵਧਾਨ ਕਰਦਾ ਹੈ ਤੇ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਮੈਨੂੰ ਪੂਰਨ ਆਸ ਹੈ ਕਿ ਦੇਸ਼ ਸਾਵਧਾਨ ਰਹੂਗਾ ਔਰ ਅਸੀਂ ਇਸ ਸਮੱਸਿਆ ਤੋਂ ਵੀ ਪਾਰ ਲੰਘਾਂਗੇ। ਡਾਕਟਰ ਕੇਰ ਸਿੰਘ ਜੀ, ਜਸਪ੍ਰੀਤ ਸਿੰਘ ਨਰਵਾਲ ਸਾਹਿਬ, ਚੇਤਨ ਮੋਹਨ ਜੋਸ਼ੀ ਜੀ ਔਰ ਡਾਕਟਰ ਜਿੰਦਰਪਾਲ ਬਰਾੜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ ਆਪਣੀ ਗੱਲ ਸਾਡੇ ਦਰਸ਼ਕਾਂ ਸਾਹਮਣੇ ਰੱਖੀ, ਪਿਆਰੇ ਦਰਸ਼ਕਾਂ ਤੁਹਾਡਾ ਵੀ ਧੰਨਵਾਦ। ਕੱਲ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀ ਸ਼ੋਅ ਚ ਕਰਦੇ ਹਾਂ ਮੁਲਾਕਾਤ। ਬਹੁਤ ਬਹੁਤ ਸ਼ੁਕਰੀਆ। ਚਰਚਾ।